ਇਹ ਥਾਂ ਰੜਾ ਸੀ ਸ਼ਾਇਦ ਕੋਈ ਪਿਛਲੇ ਯੁੱਗ ਦਾ ਤਪੱਸੇ ਵਾਲਾ ਕੋਈ ਖੜਾ ਸੀ ਚੋਲਾ ਵਕਤ ਨੇ ਪਵਾਇਆ ਸਮੇਂ ਨੇ ਹੰਡਾਇਆ ਹਜੇ ਲਾੜੇ ਨੂੰ ਕੋਈ ਸਮਝ ਨਹੀਂ ਆਇਆ ਜਿਹੜੇ ਤੁਰ ਦਰਗਾਈ ਹੁੰਦੇ ਨੇ ਥੱਪਾ ਲਾ ਕੇ ਉਹ ਫਿਰ ਸਮਝ ਨਹੀਂ ਆਉਣ ਦਿੰਦੇ ਰਾਮ ਜੀ ਵੱਖਰੀ ਹੁੰਦੀ ਜਿਹਨੂੰ ਆਪਾਂ ਸਿੱਧੇ ਜੇ ਕਹੀਏ ਸੰਤ ਮਹਾਰਾਜੇ ਰਾਜੇ ਵੀ ਸਨ ਯੋਗੀ ਵੀ ਸਨ ਤੇ ਫਕੀਰ ਵੀ ਸਨ ਤੇ ਤਕਦੀਰਾਂ ਨੂੰ ਬਦਲਣ ਵਾਲੇ ਵੀ ਸਨ ਸਾਧ ਤੇ ਗੁਰੂ ਚ ਤੇ ਭਗਤ ਤੇ ਫਖੀਰ ਚ ਕੋਈ ਫਰਕ ਨਹੀਂ ਫਰਕ ਇਹ ਨਹੀਂ ਹੈ ਕਿ ਸਮਝ ਨਹੀਂ ਉਦੋਂ ਮੈਂ ਫਸਟ ਟਾਈਮ ਮੈਨੂੰ ਇੱਥੇ ਕੋਈ ਸੱਜਣ ਹੀ ਲੈ ਕੇ ਆਉਣ ਆਲਾ ਮੈਂ ਆਪ ਨਹੀਂ ਆਇਆ ਅਸਲ ਮੈਂ ਵੀ ਨਹੀਂ ਕਿਸੇ ਨੂੰ ਪਹਿਲਾਂ ਮੰਨਦਾ ਸੀ ਮੇਰਾ ਵੀ ਜੀਵਨ ਨਹੀਂ ਮੈਂ ਇਹ ਸਮਝਦਾ ਹਾਂ ਮੈਂ ਵੀ ਇਹ ਚਿੱਟ ਕਿਪੜੀ ਇਸ ਤਰ੍ਹਾਂ ਹੀ ਹੁੰਦੇ ਨੇ ਤਪੇ ਵਾਂਗੂ ਸਰੀਰ ਸੀ ਤਪਦਾ ਬਹੁਤ ਸੀ ਵਕਾਰਾਂ ਅੰਦਰ ਖਾਪਦਾ ਬਹੁਤ ਸੀ ਉਹ ਜਿਵੇਂ ਕਹਿੰਦੇ ਨੇ ਇੱਛਾ ਤੇ ਕਾਮ ਖਤਮ ਨਹੀਂ ਹੁੰਦੇ ਮਰਦੇ ਦਮ ਤੱਕ ਗੱਲਾਂ ਦੋ ਨੇ ਸੱਜਣਾ ਜੁੰਦਿਆਂ ਜੀ ਤੇ ਮਾਂ ਪਿਓ ਦੀ ਸਮਝ ਨਹੀਂ ਆਉਂਦੀ ਸਾਧੂ ਤੇ ਰੱਬ ਬੜੀ ਦੂਰ ਦੀ ਗੱਲਾਂ ਨੇ ਇਸ ਕਰਕੇ ਜਾਂ ਮਰਿਆਂ ਬਾਅਦ ਤੇ ਜਾਂ ਕੁਝ ਕਰਿਆਂ ਬਾਅਦ ਮੈਂ ਨਹੀਂ ਉਹ ਸੇਵਾ ਕਰਦਾ ਜਿਵੇਂ ਕਹਿ દਈਏ ਸਿੱਧੀ ਯਾਰ ਜਿਹੜਾ ਮੇਰਾ ਕਰਨਾ ਕੁਝ ਕਰ ਲਈ ਮੈਂ ਸੇਵਾ ਨਹੀਂ ਕਰਦਾ ਬਾਈ ਜੀ ਇਹ ਹਕੀਕਤ ਕਹਿਣ ਵਾਲੀ ਗੱਲ ਏ ਚੌਂਕੜਾ ਮੈਂ ਵੀ ਨਹੀਂ ਕਦੀ ਲਾਇਆ ਕਈ ਬੰਦੇ ਐਸੇ ਨੇ ਉਸਤਤ ਵੇਖ ਕੇ ਜੁੜਦੇ ਨੇ ਕਈ ਐਸੇ ਨੇ ਜਿਹੜੇ ਫੁਰਸਤ ਵੇਖ ਕੇ ਜੁੜਦੇ ਨੇ ਕਈ ਐਸੇ ਨੇ ਜਿਹੜੇ ਜੜਮਾਂ ਤੋਂ ਹੀ ਰੋੜਦੇ ਨੇ ਫਿਰ ਉਹਨਾਂ ਨੂੰ ਪੰਜੇ ਵਾਂਗੂ ਰੱਖ ਲੈਂਦਾ ਕਹਿੰਦੇ ਸੀ ਵੀ ਕਿਸ਼ਾਰਾ ਪਰਨਾ ਚੁੱਕ ਵੀ ਆਪਣਾ ਜਾ ਹਾਂਜੀ ਹਾਂਜੀ ਮਹਾਰਾਜ ਕਹਿੰਦੇ ਵੀ ਅਸੀਂ ਕਿਹੜਾ ਵੀ ਕਿਸੇ ਦਾ ਐਗਰੀਮੈਂਟ ਸਾਈਨ ਸੀ ਮਹਾਰਾਜ ਤੇ ਆਪ ਜੋ ਮਤਲਬ ਉਹਨਾਂ ਦਾ ਠਾਠਾ ਬਗਾ ਸੀ ਯਾਰ ਪਿੱਛੇ ਤਗੜੀ ਫਰਮ ਹੋਵੇ ਇਹ ਬਸ ਗੱਲਾਂ ਇਹ ਦੁਨਿਆਵੀ ਗੱਲਾਂ ਨਹੀਂ ਇਹ ਤੇ ਵਕਤ ਨੂੰ ਚੇਂਜ ਕਰਨ ਵਾਲੀਆਂ ਆ ਜਦੋਂ ਵੇਖਿਆ ਮਕਸਦ ਉਹਨਾਂ ਦਾ ਵੀ ਟਾਕਰਾ ਹੋਇਆ ਕਹਿੰਦੇ ਵੀ ਇਹਨਾਂ ਦਾ ਫਿਕਰ ਛੱਡ ਦੋ ਸੰਤ ਮਹਾਰਾਜ ਦੇ ਮਾਤਾ ਪਿਤਾ ਨੂੰ ਉਹਨਾਂ ਨੇ ਹਾਂਜੀ ਬਚਨ ਕੀਤਾ ਵੀ ਇਹ ਆਮ ਨਹੀਂ ਇਸ ਤਰ੍ਹਾਂ ਹੀ ਮਹਾਂਪੁਰਖ ਸਾਧੂ ਸੰਤ ਕਈ ਵਾਰੀ ਇਹੋ ਜੇ ਮੌਜ ਦੇ ਮਾਲਕ ਹੁੰਦੇ ਨੇ ਭੇਤ ਨਹੀਂ ਹਾਂ ਕਿੰਤੂ ਵਾਲੇ ਵੀ ਬਥੇਰੇ ਨੇ ਜਿਹੜੇ ਕੋਈ ਸ਼ਰਧਾ ਜਾਂ ਕੋਈ ਸਹਿਜ ਜਾਂਦੇ ਨੇ ਉਹ ਕੁਝ ਲੈ ਜਾਂਦੇ ਨੇ ਕਈ ਫਿਰ ਨਦੀਆਂ ਵਾਂਗੂ ਵਹਿ ਜਾਂਦੇ ਨੇ ਜਿਹੜਾ ਗੁਲਾਬ ਹੁੰਦਾ ਨਾ ਉਹਨੂੰ ਕੰਡੇ ਦੀ ਲੋੜ ਹੈ ਤੇ ਜਿਹੜਾ ਚੋਟੀ ਦਾ ਸਾਧ ਹੈ ਉਹਨੂੰ ਵੀ ਦੋ ਪੱਖ ਦੀ ਲੋੜ ਹੈ ਤੇ ਜਿਹੜਾ ਯੋਧਾ ਉਹਨੂੰ ਖੰਡੇ ਦੀ ਲੋੜ ਹੈ ਤੇ ਜਿਹੜਾ ਮਹਾਪੁਰਖ ਬ੍ਰਹਮ ਗਿਆਨੀ ਉਹਨੂੰ ਬ੍ਰਹਮੰਡੇ ਸੰਡੇ ਪਿੰਡੇ ਸਾਰੇ ਸਾਰਿਆਂ ਸ਼ੈਦ ਦੀ ਲੋੜ ਹੈ ਕਿਉਂ ਉਹਦੇ ਵਿੱਚ ਸਮਾਇਆ ਹੁੰਦਾ ਉਹ ਆਪਾਂ ਇੱਕ ਸੰਸਾਰ ਕਰਕੇ ਜਨਮ ਲਿਆ ਨਰੰਕਾਰ ਤੇ ਕਾਰਜ ਆਪਣਾ ਕੋਈ ਹੋ ਰਹੀ ਹੈ ਸਿਸਟਮ ਤੇ ਦਾਣਾ ਪਾਣਾ ਹੀ ਹੋ ਰਹੀ ਹੈ ਸਾਰੇ ਥਾਂ ਤੇ ਉਹਦੀ ਪਰਵਰ ਲੱਧੂ ਹੁੰਦੀ ਏ ਇੱਥੇ ਵੀ ਦੋਹੇ ਜਾਨ ਨੇ ਵੀ ਉਹਨੂੰ ਤਾਂ ਵੀ ਮਤਲਬ ਨਹੀਂ ਉਹ ਕਹਿੰਦਾ ਯਾਰ ਪਤਾ ਹੀ ਨਹੀਂ ਮੈਨੂੰ ਮੈਂ ਕੌਣ ਆ ਉਹ ਦੂਜੇ ਨੂੰ ਪੁੱਛਦਾ ਜੇ ਉਹਨੂੰ ਕਹਿ ਵੀ ਦੇਵੇ ਵੀ ਤੁਹਾਡਾ ਤਾਂ ਨਾਂ ਹੀ ਬੜਾ ਉਹ ਕਹਿੰਦਾ ਅੱਛਾ ਉਹ ਫਲਾਣਾ ਫਲਾਣਾ ਅੱਛਾ ਠੀਕ ਹੈ ਉਹ ਗੱਦੀ ਘੜ ਪਾ ਦੇਗਾ ਬਸ ਯਾਰ ਕੋਈ ਸਾਧ ਭਾਵੇਂ ਝੂਠਾ ਭਾਵੇਂ ਸੱਚਾ ਰੱਬ ਸਾਡਾ ਪੱਕਾ ਹੈ ਦੁਨੀਆ ਨੂੰ ਧੱਕਾ ਫੇਰਨ ਵਾਲਾ ਉਹ ਮੱਕਾ ਹੈ ਸਮਝ ਆ ਗਈ ਤੇ ਸੁਣਨ ਨਹੀਂ ਆਈ ਤੇ ਕ ਸੁਣਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੇਰੀ ਬੇਨਤੀ ਹੈ ਵੀ ਜਿਹੜਾ ਇੱਥੇ ਸੰਤ ਮਹਾਰਾਜ ਦਾ ਖੂਬ ਦਾ ਸਾਨੂੰ ਪਤਾ ਲੱਗਿਆ ਸੀਗਾ ਸੰਗਤ ਤੋਂ ਵੀ ਇੱਥੇ ਵੀ ਮਹਾਰਾਜ ਆਏ ਨੇ ਮੈਂ ਚਾਹੁੰਨਾ ਵੀ ਇਹਦਾ ਇਤਿਹਾਸ ਕਿਵੇਂ ਹੋਇਆ ਸੀਗਾ ਕੀ ਸੀਗਾ ਜੋ ਵੀ ਤੁਹਾਡੇ ਜੋ ਤੁਹਾਡੇ ਹੋਵੇ ਧਿਆਨ ਚ ਮੈਨੂੰ ਜਰੂਰ ਸਭ ਤੋਂ ਵੱਡਾ ਤਾਂ ਇਤਿਹਾਸ ਆਪਣੇ ਗੁਰੂ ਪੀਰਾਂ ਦਾ ਹੀ ਹੈ ਜਿੱਥੋਂ ਸਟਾਰਟਿੰਗ ਹੋਈ ਬੀਜ ਪੁੰਗਰਿਆ ਹਨ ਜੀ ਬਾਕੀ ਸਤਪੁਰਖ ਮਹਾਪੁਰਖ ਆਉਂਦੇ ਨੇ ਬੀਜ ਛੱਟਾ ਖਿਲਾਰ ਕੇ ਤੁਰ ਜਾਂਦੇ ਨੇ ਯਾਦਾਂ ਰਹਿ ਜਾਂਦੀਆਂ ਨੇ ਜਿਵੇਂ ਹੁਣ ਆਜਾਦਾਂ ਨੇ ਜੀ ਬਾਕੀ ਸੰਤ ਮਹਾਰਾਜ ਫਸਟ ਟਾਈਮ ਇੱਥੇ ਆਣ ਕੇ ਜਦੋਂ ਸਾਰੇ ਧਾਮਾਂ ਦੀ ਸੇਵਾ ਤੇ ਮਹਾਪੁਰਖਾਂ ਨੇ ਜਿਵੇਂ ਉਹਨਾਂ ਨੂੰ ਸੰਗਤ ਕੀਤੀ ਉਹਨਾਂ ਨੇ ਹਨਾ ਤੇ ਜਿਵੇਂ ਕਹਿੰਦੇ ਨੇ ਵੀ ਜਿੱਥੋਂ ਦਾ ਕੋਈ ਖੂਹ ਤੇ ਕੋਸ਼ ਅੰਦਰ ਦੀ ਪਿਛਲਾ ਕਰਮ ਤਪ ਤੇਜ ਹੋਵੇ ਉੱਥੇ ਫਿਰ ਉਹ ਪ੍ਰਗਟਤਾ ਹੈ ਕਈ ਵਾਰੀ ਬੱਚਾ ਜਨਮ ਕਿਤੇ ਹੋਰ ਲੈਂਦਾ ਤੇ ਕਰਮ ਕਿਤੇ ਹੋਰ ਹੁੰਦਾ ਇਸ ਕਰਕੇ ਸੰਤ ਮਹਾਰਾਜ ਜੀ ਫਸਟ ਟਾਈਮ ਆਣ ਕੇ ਇੱਥੇ ਖੂਹ ਤੇ ਬੈਠੇ ਉਦੋਂ ਟਿੱਬਿਆਂ ਦਾ ਇਲਾਕਾ ਹੁੰਦਾ ਸੀ ਵੈਸੇ ਪ੍ਰੋਪਰ ਮੈਨੂੰ ਵੀ ਇਹਨਾਂ ਪਤਾ ਨਹੀਂ ਵੀ ਜਿੰਨਾਂ ਨੂੰ ਕੋਈ ਪਤਾ ਲੱਗਾ ਪੁਰਾਣੇ ਸਿਆਣੇ ਮਿਲਦੇ ਰਹੇ ਸੱਜਣ ਮਿੱਤਰ ਕੋਈ ਜਦੋਂ ਇਥੋਂ 2011 ਚ ਮੈਂ ਐਂਟਰ ਹੋਇਆ ਇੱਥੇ ਜੀ ਤੇ ਇਸ ਕਰਕੇ ਮਤਲਬ ਕਈ ਵਾਰੀ ਪਤਾ ਲੱਗਦਾ ਜੀ ਬਈ ਹੁਣ ਕਈ ਅਸਥਾਨਾਂ ਤੇ ਜਾਈਦਾ ਅਸਥਾਨ ਸਾਰੇ ਪੂਜਣਯੋਗ ਨੇ ਜੀ ਕੁਝ ਸਾਡੇ ਅੱਜਕੱਲ ਤੁਹਾਨੂੰ ਪਤਾ ਹੀ ਏ ਗੁਰੂ ਦੀ ਬੜੀ ਕਿਰਪਾ ਜੀ ਬਈ ਚੜਤ ਤੇ ਰੜਕ ਨੂੰ ਵੇਖ ਕੇ ਕੋਈ ਜਰਦਾ ਨਹੀਂ ਪ੍ਰਸੰਤ ਮਹਾਰਾਜ ਐਹੋ ਜੀ ਚੀਜ਼ ਸਨ ਸੁਣਿਆ ਹੀ ਐ ਦਰਸ਼ਨ ਤੇ ਕੀ ਪਤਾ ਕਦੋਂ ਹੋਣ ਕਦੋਂ ਨਾ ਹੋਣ ਹੁੰਦੇ ਤੇ ਕਹਿੰਦੇ ਨੇ ਅੰਗ-ਸੰਗ ਹੀ ਨੇ ਸਾਧੂ ਮਹਾਤਮਾ ਪਰਮਾਤਮਾ ਉਹ ਬਸ ਉਹ ਲਾਈਏ ਕੁਛ ਅੱਖਾਂ ਤੇ ਪਲਕੇ ਵਾਂਗੂ ਪਰ ਜਿੱਥੋਂ ਤੱਕ ਨਜ਼ਰ ਆਈ ਗੁਰੂ ਦੀ ਕਿਰਪਾ ਹੋਈ ਜਦੋਂ ਇਸ ਸਟਾਂਡ ਤੇ ਆਣ ਕੇ ਬੈਠੇ ਵੀ ਮਨ ਨੂੰ ਸਕੂਨ ਮਿਲਿਆ ਇਹ ਗੱਲ ਨਹੀਂ ਇਹ ਮੈਂ ਨਹੀਂ ਕਹਿੰਦਾ ਵੀ ਅੱਜ ਕੱਲ ਅਗਲਾ ਕਹਿੰਦਾ ਪੱਥਰਾਂ ਦੀ ਪੂਜਾ ਨੇ ਇਮਾਰਤਾਂ ਨੂੰ ਪੂਜਾ ਨੇ ਬੜੇ ਅੱਜ ਕੱਲ ਹਣਾ ਸਮਾਧਾਂ ਨੂੰ ਪੂਜੇ ਵੇ ਸੱਜਣਾ ਗੱਲਾਂ ਦੋ ਨੇ ਹਰਕ ਦਾ ਪਿਓ ਇੱਕੋ ਹੀ ਹੁੰਦਾ ਅੱਗੋ ਪਰਿਵਾਰ ਦਾ ਲਾਣਾ ਬਾਣਾ ਬੜਾ ਤਗੜਾ ਹੁੰਦਾ ਜੀ ਪਰ ਕੁਆਲਿਟੀ ਕਿਥੇ ਕਿਸੇ ਨੇ ਪੈਦਾ ਕਰਨੀ ਇਸ ਕਰਕੇ ਸੰਤ ਮਾਰਾ ਨੇ ਜਦੋਂ ਇੱਥੇ ਭਜਨ ਕੀਤਾ ਉਹਨਾਂ ਦੀਆਂ ਬੰਦਕੀ ਦੀਆਂ ਮਈਕਾਂ ਉਹਨਾਂ ਦਾ ਅੰਦਰ ਦਾ ਜੋ ਕੁਦਰਤੀ ਗਿਆਨ ਲੈ ਕੇ ਆਏ ਇੱਕ ਤੇ ਹੁੰਦਾ ਪੜਿਆ ਇੱਕ ਹੁੰਦਾ ਕਾਪੀ ਇੱਕ ਹੁੰਦਾ ਵੀ ਕਿਸੇ ਦੀ ਗੱਲ ਸੁਣਾ ਦੇਣੀ ਇੱਕ ਹੁੰਦਾ ਪਤਾ ਹੀ ਨਹੀਂ ਲੱਗਦਾ ਪੰਨੇ ਹੀ ਖਤਮ ਨੇ ਮੈਂ ਤੇ ਇਹੀ ਆਖਾਂਗਾ ਵੀ ਸੰਤ ਮਹਾਰਾਜ ਦੀ ਵੀ ਜਿੰਨੀ ਸੋਭਾ ਕੀਤੀ ਜਾਵੇ ਰਾਣਾ ਸਾਹਿਬ ਵਾਲਿਆਂ ਦੀ ਮਹਾਂਪੁਰਖ ਸੰਤ ਬਾਬਾ ਆਇਸ਼ਰ ਸਿੰਘ ਜੀ ਉਹ ਨਹੀਂ ਥੋੜੀ ਇਹ ਖੂ ਉਹ ਸਮੇਂ ਦਾ ਜਦੋਂ ਮਹਾਰਾਜ ਆਣ ਕੇ ਇੱਥੇ ਫਸਟ ਟਾਈਮ ਬੈਠੇ ਸਨ ਜਿਹੜਾ ਭੋਰਾ ਸਾਹਿਬ ਹੈ ਜੀ ਫਿਰ ਉਹ ਭੋਰਾ ਸਾਹਿਬ ਬੱਚੇ ਬਾਅਦ ਦੀਆਂ ਗੱਲਾਂ ਨੇ ਮਹਾਰਾਜ ਫਿਰ ਉੱਥੇ ਚਲੇ ਗਏ ਉਹ ਮੈਂ ਚਾਹੁੰਦਾ ਵੀ ਉਹ ਤੁਸੀਂ ਸਾਰਾ ਦੱਸੋ ਵੀ ਕਿਵੇਂ ਹੋਇਆ ਕਿਵੇਂ ਕਿਵੇਂ ਜਦੋਂ ਮਹਾਂਪੁਰਖ ਇੱਥੋਂ ਗਏ ਸਾਧੂ ਫਿਰ ਇੱਥੇ ਨਾਲ ਹੀ ਕਿਸੇ ਨੇ ਉਹ ਸਮੇਂ ਦੇ ਵਿੱਚ ਇਹ ਤਿੰਨ ਕਿੱਲੇ ਜ਼ਮੀਨ ਆ ਇੱਥੇ দান ਕੀਤੀ ਸੀ ਜਿਵੇਂ ਜਿਵੇਂ ਦੱਸਣ ਦੇ ਮੁਤਾਬਕ ਆ ਤੇ ਉਹ ਮਹਾਰਾਜ ਫਿਰ ਉੱਥੇ ਉਹਨਾਂ ਦੇ ਵੈਸੇ ਮਹਾਰਾਜ ਤੇ ਇਹਨਾਂ ਚੀਜ਼ਾਂ ਦੇ ਭਾਵਕ ਨਹੀਂ ਸਨ ਨਾ ਹੀ ਕਿਉਂਕਿ ਉਹਨਾਂ ਦਾ ਆਨੰਦ ਹੋਰ ਸੀ ਜੀ ਹੁਣ ਬਾਅਦ ਤੋਂ ਤੁਸੀਂ ਇਹ ਹਿਸਾਬ ਲਾਓ ਵੀ ਇੱਥੇ ਕੋਈ ਪਤਾ ਹੀ ਨਹੀਂ ਲੱਗੰਦਿਆ ਵੀ ਸਿੱਧਾ ਜੀ ਉਹੀ ਗੱਲ ਹੁੰਦੀ ਹੈ ਵੀ ਕਹੇ ਤੇ ਕੋਈ ਸੋਭਾ ਨਹੀਂ ਦੇਖਾਈ ਪਰਵਾਨ ਵੀ ਸਮੁੰਦਰ ਦਾ ਕੀ ਅੰਤ ਪਾਵਾਂਗੇ ਮਹਾਰਾਜ ਤੇ ਉਹ ਚੀਜ਼ ਸਾਨਾ ਵੀ ਜਿੱਥੋਂ ਦੀ ਨੰਗ ਉਹ ਉਹੀ ਸਾਨਾ ਤੇ ਜਿਨ੍ਹਾਂ ਨੇ ਉਹ ਸਮੇਂ 'ਚ ਸੰਗਤ ਕੀਤੀ ਸ਼ਾਇਦ ਉਹ ਜਾਣਦੇ ਨੇ ਕਈ ਇਹੋ ਜਿਹਿਆਂ ਤੁਸੀਂ ਵੇਖਿਆ ਹੋਣਾ ਸੋਸ਼ਲ ਮੀਡੀਆ ਤੇ ਵੀ ਵੀਡੀਓ ਹਨਾ ਜਿਹੜੀਆਂ ਰੂਹਾਂ ਨੇ ਮਤਲਬ ਉਦੋਂ ਕਈ ਨੇੜੇ ਰਹਿ ਕੇ ਵੀ ਆਨੰਦ ਨਹੀਂ ਮਾਣ ਸਕੇ ਤੇ ਕਈ ਫਿਰ ਬਾਅਦ 'ਚ ਜਿਵੇਂ ਬਾਬਾ ਫਰੀਦ ਜੀ ਵਾਲਾ ਵੀ ਬਚਨ ਆਉਂਦਾ ਚਲੋ ਮੈਂ ਇਨਾ ਪੜਿਆ ਲਿਖਿਆ ਤੇ ਹੈ ਨਹੀਂ ਨਾ ਨੌਲੇਜ ਫਿਰ ਪਸਤਾ ਆਇਆ ਕੀ ਕਰੇ ਜਬ ਚਿੜੀਆਂ ਚੁਗੇ ਖੇਤ ਇਸ ਕਰਕੇ ਵੀ ਉਹ ਆਏ ਜੇ ਸੋਚਿਆ ਜਾਵੇ ਇੱਥੇ ਨਾਲ ਹੀ ਅਸਥਾਨ ਹੈ ਪਿੰਡ ਰਾੜਾ ਛੇਵੇਂ ਪਾਸ਼ਾ ਦੇ ਚਰਨ ਵੀ ਪਏ ਨੇ ਉਸੇ ਅਸਥਾਨ ਹੈ ਮਹਾਰਾਜ ਦਾ ਇੱਥੇ ਕਢਾਣੇ ਵੀ ਹੈ ਚੂਲਾ ਸਾਹਿਬ ਨਾਲ ਕਈ ਅਸਥਾਨ ਨੇ ਹਨ ਹੁਣ ਜੇ ਸੋਚਿਆ ਜਾਵੇ ਗਿਣ ਕੇ ਘਰ 50 ਨਹੀਂ ਉਹ ਪਿੰਡ ਦੇ ਰਾੜਾ ਸਾਹਿਬ ਰਾੜਾ ਸਾਹਿਬ ਤੇ ਮਹਾਰਾਜ 베ਗੋਵਾਲ ਤੋਂ ਚੱਲੇ ਆਲੋਵਾਲ ਜੀ ਸੌਰੀ 베ਗੋਵਾਲ ਨਹੀਂ ਆਲੋਵਾਲ ਉਹਨਾਂ ਦਾ ਪਿੰਡ ਸੀ ਪਟਿਆਲੇ ਦੇ ਕੋਲ ਹਨਾ ਤੇ ਉੱਥੋਂ ਚੱਲੇ ਕਿੱਥੇ ਆਣ ਕੇ ਭਾਗ ਲਾਏ ਉਜਾੜ ਚ ਮਹਿ ਖਲਾਰੇ ਗੁਲਗਸਤੇ ਪੈਦਾ ਕੀਤੇ ਹਨ ਤੇ ਅੱਜ ਜੇ ਰਾੜਾ ਸਾਹਿਬ ਉਹ ਘਰਾਂ ਲੋ ਵੇਖਿਆ ਜਾਏ ਤੇ ਯਾਰ ਕੋਈ ਸ਼ਾਨਬੀਨ ਨਹੀਂ ਤੇ ਜੇ ਸੰਤ ਮਹਾਰਾਜ ਦੇ ਨਾਂ ਲੋ ਵੇਖਿਆ ਜਾਏ ਤੇ ਕੋਈ ਰਿਕਾਰਡ ਮੈਂ ਕਹਿੰਦਾ ਵੀ ਅਨਮਿੱਥੀ ਮੰਜ਼ਲ ਹੈ ਇਸ ਕਰਕੇ ਉਹ ਸਾਧੂ ਸੰਤਾਂ ਦਾ ਮਹਾਪੁਰਖਾਂ ਦਾ ਰਾੜੇ ਤੋਂ ਇਹ ਰੜਾ ਸੀ ਥਾਂ ਜਿੱਥੋਂ ਤੱਕ ਜਿੰਨੀ ਕੁ ਮੇਰੀ ਬੁੱਧ ਨੇ ਹਨ ਇਹ ਥਾਂ ਰੜਾ ਸੀ ਸ਼ਾਇਦ ਕੋਈ ਪਿਛਲੇ ਯੁੱਗ ਦਾ ਤਪੱਸੇ ਵਾਲਾ ਕੋਈ ਖੜਾ ਸੀ ਉਡੀਕ ਚ ਹੋਣਾ ਤੇ ਆਲੇ ਦੁਆਲੇ ਜੇ ਉਹ ਸਮੇਂ ਚ ਸੁਣਨ ਮੁਤਾਬਕ ਆਉਂਦਾ ਟਕੀਆਂ ਸਣ ਜਿਵੇਂ ਟਿੱਬਿਆਂ ਦੀ ਬੋਲੀ ਸੀ ਪਹਿਲਾਂ ਟਿੱਬਿਆਂ ਦੇ ਸਥਾਨ ਹੋਰ ਸਣ ਹਨਾ ਕੱਚੇ ਹੀ ਮਤਲਬ ਉਹ ਪੁਰਾਣੇ ਪ੍ਰਾਤਮਕ ਸਮੇਂ ਚ ਤੇ ਮਹਾਰਾਜ ਆਣ ਕੇ ਇਸ ਝੁੰਡ ਚ ਬੈਠੇ ਜੀ ਤੇ ਨਹੀਂ ਤੇ ਆਮ ਆਪਾਂ ਅੱਜ ਕੱਲ ਜਦੋਂ ਮਾੜਾ ਦਿਨ ਛੁਪਦਾ ਸ਼ਾਮ ਦਾ ਵੇਲਾ ਹੁੰਦਾ ਤੇ ਆਪਲਾ ਉਸੇ ਟਾਈਮ ਕੁੰਡੀ ਲਾ ਲੈਨੇ ਆ ਵੀ ਯਾਰ ਹੁਣ ਰੂਹ ਨਹੀਂ ਕਰਦੀ ਪਰ ਵੇਖੋ ਜਿਗਰਾ ਕਿੱਡਾ ਹੈ ਵੀ ਉਹੀ ਦਿੰਦਾ ਮਹਾਰਾਜ ਆਣ ਕੇ ਇੱਥੇ ਬੈਠੇ ਚਾਰ ਚੰਨ ਲਾਏ ਅੱਜ ਸੰਗਤਾਂ ਆਉਂਦੀਆਂ ਨੇ ਨਮਸ਼ਕਾਰ ਕਰਦੀਆਂ ਨੇ ਕਿਉਂ ਕਰਦੀਆਂ ਨੇ ਕਾਰਨ ਕੀ ਏ ਕੀ ਉਹ ਜਿਹੜੀ ਮਹਿਕੇ ਨਾਮ ਦੀ ਗੱਲ ਸਿਰਫ ਨਾਮ ਦੀ ਏ ਨਹੀਂ ਤੇ ਮਹਾਰਾਜ ਵੀ ਇੱਕ ਬੰਦੇ ਸਨ ਜੇ ਸੋਚਿਆ ਜਾਏ ਹੈ ਸਭ ਆਪਾਂ ਬੰਦੇ ਆ ਪਰ ਕਿਸੇ ਕੋਲ ਇੱਕ ਕੁਆਲਿਟੀ ਪੈਦਾ ਕਰ ਦਿੰਦਾ ਫਿਰ ਤੇ ਉਹ ਗੱਲ ਹੋ ਜਾਂਦੀ ਦਸਵੇਂ ਪਾਸ਼ਾ ਪੜਿਆ ਨਹੀਂ ਨੀਚੋਂ ਉੱਚ ਕਰੇ ਕਿ ਨਹੀਂ ਜਦੋਂ ਟੁੱਟਦਾ ਹੈ ਨਾ ਉਹ ਕਿਸੇ ਨੂੰ ਪੁੱਛਦਾ ਨਹੀਂ ਹਾਂਜੀ ਮੈਂ ਚਾਹੁੰਦਾ ਵੀ ਜਿਵੇਂ ਤੁਸੀਂ ਦੱਸਿਆ ਵੀ ਸੰਤ ਮਹਾਰਾਜ ਪੋਰਾ ਸਾਹਿਬ ਆਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਆਏ ਇਹ ਫਸਟ ਟਾਈਮ ਹੈ ਇਹ ਤੁਹਾਨੂੰ ਦੱਸਿਆ ਨਾ ਇੱਥੇ ਗਿਆਨ ਸਿੰਘ ਹੁੰਦਾ ਸੀ ਉਹ ਬੰਦੇ ਦੱਸਦੇ ਨੇ ਪੁਰਾਣੇ ਜਿਹੜੇ ਸੰਤਾਂ ਦੇ ਉਹ ਸਮੇਂ ਦੇ ਬਜ਼ੁਰਗ ਸਾਨਾ ਹਨਾ ਉਹਨਾਂ ਨੂੰ ਜ਼ਿਆਦਾ ਪਤਾ ਹੋਣਾ ਅੱਜ ਤੇ ਹੁਣ ਦੀ ਕੁਆਲਿਟੀ ਜਿਵੇਂ ਹੁੰਦਾ ਪਤਾ ਸਿੱਧਾ ਜਾ ਬਚਣਾ ਯਾਰ ਵੇ ਚੋਲਾ ਵਕਤ ਨੇ ਪਵਾਇਆ ਸਮੇਂ ਨੇ ਹੰਡਾਇਆ ਹਜੇ ਲਾੜੇ ਨੂੰ ਕੋਈ ਸਮਝ ਨਹੀਂ ਆਇਆ ਇਹ ਤੇ ਉਹੀ ਜਾਣਦਾ ਵੀ ਕਿਵੇਂ-ਕਿਵੇਂ ਕੀ ਉਹਦੀ ਮਤਲਬ ਗਿਆਨ ਦਾ ਤਤ ਨੇ ਪਰ ਸਾਧੂ ਸੰਤਾਂ ਦੇ ਬਥੇਰੇ ਦਰਸ਼ਨ ਕੀਤੇ ਨੇ ਸਭ ਪੂਜਨ ਯੋਗ ਨੇ ਪਰ ਵੱਖਰੀ ਮਿਸਾਲ ਏ ਥੋੜੀ ਜੀ ਉਹ ਕਿਸ ਤਰ੍ਹਾਂ ਦੀ ਮਿਸਾਲ ਹੈ ਇਹ ਜਾਣਨਾ ਚਾਹਨਾ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ ਮਾਰ ਇਹ ਫਿਰ ਹੁਣ ਸਮੁੰਦਰ ਕੋਲ ਬੈਠੇ ਆ ਖਤਰਾ ਵੀ ਲੱਗਦਾ ਜੀ ਤੇ ਕੁਝ ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਮਤਲਬ ਤਪੇ ਅੰਗੂ ਸਰੀਰ ਸੇ ਤਪਦਾ ਬਹੁਤ ਸੀ ਵਿਕਾਰਾਂ ਅੰਦਰ ਖਾਪਦਾ ਬਹੁਤ ਸੀ ਉਹ ਜਿਵੇਂ ਕਹਿੰਦੇ ਨੇ ਇੱਛਾ ਤੇ ਕਾਮ ਖਤਮ ਨਹੀਂ ਹੁੰਦੇ ਮਰਦੇ ਦਮ ਤੱਕ ਪਰ ਜਦੋਂ ਸਤਪੁਰਖਾਂ ਦੀ ਜਾਂ ਕੋਈ ਸੰਗਤ ਕੋਈ ਮਹਾਂਪੁਰਖਾਂ ਦੀ ਕੋਈ ਬੰਦਕੀ ਬਾਣ ਵਾਲਿਆਂ ਦੀ ਕਰਦਾ ਜਾਂ ਉਹ ਜਗ੍ਹਾ ਤੇ ਅਸਥਾਨ ਇਤਿਹਾਸਿਕ ਜਗ੍ਹਾ ਤੇ ਜਾ ਕੇ ਬਹਿੰਦਾ ਤੇ ਉਹਦੇ ਕਰਮ ਦਾ ਥੋੜਾ ਬੋਤਾ ਉਹ ਜਿਵੇਂ ਉਹ ਕਿਰਣਾ ਨਹੀਂ ਮਿਲ ਜਾਂਦੀਆਂ ਤੇ ਉਹਨੂੰ ਸਕੂਨ ਮਿਲਦਾ ਮੈਂ ਤੇ ਇਹੀ ਕਹਾਂ ਹੋਰ ਬਸ ਕਹਿਣ ਦਾ ਅਨੰਤ ਪਰੇ ਕਹਿ ਸਕਦਾ ਬਸ ਕਹਿ ਨਹੀਂ ਸਕਦਾ ਬਾਈ ਯਾਰ ਲਬਜੀ ਨਹੀਂ ਕੁਝ ਜੇ ਇਸ ਚੀਜ਼ਾਂ ਦਾ ਪਤਾ ਲੱਗ ਜੇ ਨਾ ਤੇ ਤੇਰਾ ਮੇਰਾ ਯਾਰ ਟਾਕਰਾ ਹੀ ਨਾ ਹੁੰਦਾ ਕਿ ਨਹੀਂ ਹੁਣ ਵੇਖੋ ਉਥੋਂ ਰਾਹ ਚ ਵੀ ਮਿਲੇ ਨਹੀਂ ਪਤਾ ਨਾ ਮੈਂ ਤੁਹਾਨੂੰ ਜਾਣਨਾ ਨਾ ਤੁਸੀਂ ਮੈਨੂੰ ਜਾਣਦੇ ਮੈਂ ਤੇ ਕੁਦਰਤੀ ਜਦੋਂ ਮੇਰਾ ਮਨ ਕਰਦਾ ਇੱਥੇ ਆ ਜਾਂਦੇ ਆ ਜਿਵੇਂ ਜਿਵੇਂ ਮਾਲਕ ਬਸ ਸਕੂਨ ਮਿਲਦਾ ਤੇ ਇਸ ਕਰਕੇ ਵੀ ਉਹਨਾਂ ਦੀ ਵਹਿਮਾ ਉਹੀ ਜਾਣਦਾ अच्छा फिर जब वो इत्थे आए हां जी ਉਸ ਤੋਂ ਬਾਅਦ ਫਿਰ ਭੋਰਾ ਸਾਹਿਬ ਮਹਾਰਾਜ ਆਪਣੀ ਮੌਜਨ ਆ ਲਈ ਗਏ ਸੀ ਕਿ ਜਾਂ ਕੋਈ ਕਿਵੇਂ ਉਹਨਾਂ ਦਾ ਜਾਣਾ ਇੱਥੋਂ ਕਿਵੇਂ ਹੋਇਆ ਯਾਰ ਇਹ ਤੇ ਗੱਲ ਉਹ ਹੋ ਜਾਂਦੀ ਹੈ ਵੀ ਜਦੋਂ ਸ਼ਹਿਦ ਬਣ ਜੇ ਨਾ ਮੱਖੀਆਂ ਨੂੰ ਉਹਨੂੰ ਡਲੇ ਸਾਰੇ ਮਾਰਦੇ ਨੇ ਜੀ ਸਮਝਦੇ ਹੋ ਨਾ ਸੰਤ ਮਹਾਰਾਜ 파ਰਸ ਸਨ ਹਮ ਉਹਨਾਂ ਦਸਤਾਕੀ ਮਾਫ ਕਰਾਂ ਜੀ 파ਰਸ ਇੱਕੋ ਹੀ ਹੁੰਦਾ ਉਹਦੀਆਂ ਦੁਕਾਨਾਂ ਕਿੰਨੀਆਂ ਖੁੱਲ ਜਾਂਦੀਆਂ ਨੇ ਉਦੇ ਗਾਹਕ ਉਹਦੇ ਪੁਜਾਰੀ ਉਹਦੇ ਜਿਹੜੇ ਅੱਗੋਂ ਖਰੀਦਣ ਵਾਲੇ ਵੱਡੇ ਵੱਡੇ ਬਿਜ਼ਨਸਮੈਨ ਕਿਵੇਂ ਜਵਾਰੀ ਲਾ ਲਓ ਹਨਾ ਪਰ ਜੇ ਉਹਦੀ ਉਹਦੀ ਖੋਜ ਕਰੋ ਵਿਪਾਰਸ ਕਿੱਥੋਂ ਆਇਆ ਫਿਰ ਤੇ ਮੈਂਟਲ ਹੋਣ ਵਾਲਾ ਕੰਮ ਹੈ ਸਮਝਦੇ ਹੋ ਨਾ ਇਸ ਕਰਕੇ ਉਹਨਾਂ ਦੀ ਮੌਜ ਲਾ ਲਓ ਜਾਂ ਕੁਝ ਲਾ ਲਓ ਜਦੋਂ ਉੱਥੇ ਗਏ ਆਏ ਕੁਝ ਪਿੰਡ ਦੇ ਜਿਨ੍ਹਾਂ ਨੇ ਸੱਦਿਆ ਪਹਿਲਾਂ ਉਹੀ ਵਿਰੋਧ ਵਿਰੋਧਤਾ ਹੋਗੇ ਹਣਾ ਜਿਵੇਂ ਗਿਆਨ ਸਿੰਘ ਰਾੜੇ ਵਾਲਾ ਸੀ ਉਹ ਸਮੇਂ ਮਹਾਰਾਜ ਦਾ ਪਹਿਲਾ ਜਿਹੜੀ ਉਹ ਸਾਰੀ ਹੈਗਾ ਕਿਵੇਂ ਕਿਵੇਂ ਹੋਇਆ ਉਹ ਜੇ ਤੁਸੀਂ ਦੱਸ ਸਕੋ ਵੀ ਉਹ ਉਹ ਜਿੰਨੀ ਕੁ ਸੁਣੀ ਹੈ ਤੈਨੂੰ ਬੱਚੇ ਦੱਸਨੇ ਆ ਵੀ ਮਤਲਬ ਉਹ ਭਾਵਕ ਹੋਇਆ ਵੇਖੋ ਉਹੀ ਗੱਲ ਹੁੰਦੀ ਐ ਨੇ ਇੱਕ ਮਸਕੀਨ ਜੀ ਬਚਨ ਕਰਦੇ ਹੁੰਦੇ ਨੇ ਕਹਿੰਦੇ ਵੀ ਜੇ ਬੰਦੇ ਦੀ ਸ਼ਰਧਾ ਬਣਦੀ ਐ ਨਾ ਸ਼ਰਧਾ ਟੁੱਟ ਵੀ ਸਕਦੀ ਐ ਕਈ ਵਾਰੀ ਨਾ ਕਰਤੀ ਬਣਾ ਗੁਰੂ ਕਿਰਪਾ ਕਰੇ ਅਸੀਂ ਤਪੱਸਿਆ ਵੀ ਸਾਡੀ ਬੜੀ ਐ ਸੇਵਾ ਬੜੀ ਐ ਸਿਮਰਨ ਵੀ ਬੜਾ ਐ ਅਸੀਂ ਗੁਰੂ ਨੂੰ ਵੇਖ ਕੇ ਨਹੀਂ ਕਰਦੇ ਅਸੀਂ ਬੰਦੇ ਨੂੰ ਵੇਖ ਕੇ ਕਰਨੇ ਆ ਸਾਡੇ ਨਾਲ ਪਬਲਿਕ ਅੱਜ ਅੱਜ ਤੁਸੀਂ ਵੇਖ ਹੀ ਰਹੇ ਹੋ ਜੇ ਕਿਸੇ ਨੂੰ ਕੋਈ ਮਾੜਾ ਮੋਟਾ ਦਾਣ ਪੋਨ ਨੂੰ ਵੀ ਕਰਨਾ ਤਾਂ ਵੀ ਸੋਸ਼ਲ ਮੀਡੀਆ ਜੀ ਪਰ ਜਿਹੜਾ ਹੁਣ ਕਰੋੜਾਂ ਜੁੱਗਾਂ ਤੋਂ ਦਿੰਦਾ ਆਉਂਦਿਆ ਉਦੋਂ ਤੇ ਪੰਨੇ ਵੀ ਨਹੀਂ ਸਨ ਕਲਮ ਵੀ ਨਹੀਂ ਸੀ ਸ਼ਹਿ ਵੀ ਨਹੀਂ ਸੀ ਕਦੇ ਵੀ ਨਹੀਂ ਸਨ ਤੇ ਆ ਤੇ ਅੱਜ ਕੱਲ ਵਰਕਰ ਚੱਲਣਦੇ 36 36 ਕੈਮਰੇ ਲੱਗੇ ਨੇ ਆਲੇ ਦੁਆਲੇ ਸਾਰਾ ਸਿਸਟਮ ਹੈ ਕਿਉਂਕਿ ਅਸੀਂ ਉਹਨੂੰ ਵਿਖਾਉਂਦੇ ਆ ਜਿਹੜਾ ਪਹਿਲਾਂ ਹੀ ਵਿਖਾ ਚੁੱਕਾ ਸਭ ਕੁਝ ਅੰਦੀ ਇਸ ਕਰਕੇ ਯਾਰ ਨਾ ਹੀ ਛੇੜ ਤੇ ਚੰਗਾ ਪਰ ਮਤਲਬ ਉਹ ਉਹ ਚੀਜ਼ ਜਿਹੜੀ ਸੀ ਨਾ ਮਹਾਂਪੁਰਖ ਸਾਧੂ ਸੰਤ ਜੀ ਇਹ ਮੈਂ ਨਹੀਂ ਇਹ ਨਹੀਂ ਵੀ ਅੱਜ ਕੱਲ ਅਗਲਾ ਕਹਿੰਦਾ ਵੀ ਕਿਸੇ ਦਾ ਨਾਮ ਵਰਤਣਾ ਚਾਹੁੰਦਾ ਵੇਖੋ ਸਿਫਤ ਉਹਦੀ ਕੀਤੀ ਜਾਂਦੀ ਏ ਬੰਦਾ ਸਿੱਧੀ ਜੀ ਗੱਲ ਕਰਾਂ ਵੀ ਜਿਹੜੇ ਡਾਕਟਰ ਤੋਂ ਕੋਈ ਬੰਦਾ ਬਚਿਆ ਹੁੰਦਾ ਅਗਲਾ ਉਹਦੇ ਗੁਣ ਗਾਉਂਦਾ ਭਾਵੇਂ ਉਹ ਪਿੰਡ ਵਾਲਾ ਕਿਉਂ ਨਾ ਹੋਵੇ ਸਮਝਦੇ ਹੋ ਨਾ ਹੁਣ ਸੰਤ ਮਹਾਰਾਜ ਨੂੰ ਕੋਈ ਲਬਜੀ ਨਹੀਂ ਕਿੰਨੀਆਂ ਫੁੱਲਵਾੜੀਆਂ ਉਹਨਾਂ ਨੇ ਤਿਆਰ ਕੀਤੀਆਂ ਕਿੰਨੇ ਗੁਲਗੁਸਤੇ ਤਿਆਰ ਕੀਤੇ ਤੇ ਉਹ ਮਨ ਚ ਆਉਂਦਾ ਜੇ ਛੋਟਾ ਜਿਹਾ ਹੁਣ ਵੇਖੋ ਪਿੰਡ ਦੇ ਇਹ ਘਰ ਸਾਰੇ 50 ਨੇ ਗਿਣਤੀ ਨਾਲ 50 ਘਰ ਕੀ ਹੁੰਦੇ ਨੇ ਨਹੀਂ ਤੇ ਪਿੰਡਾਂ ਦਾ ਤਾਂ ਗੜ ਹੁੰਦਾ ਜਿਵੇਂ ਉਹ ਇੱਥੇ ਕੜਾਣੀ ਸਾਹਿਬ ਹੀ ਏ ਜਿੱਥੇ ਮਹਾਰਾਜ ਦਾ ਚੋੜਾ ਸਾਹਿਬ ਏ ਛੇਵੇਂ ਪਾਤਸ਼ਾਹ ਦਾ ਕਈ ਪਿੰਡਾਂ ਆਣ ਕੇ ਕਈ ਬਰਾਦਰੀਆਂ ਆਣ ਕੇ ਕਈ ਵਿਰਸੇ ਆਣ ਕੇ ਉੱਥੇ ਵਸ ਗਏ ਉਹ ਮਹਾਰਾਜ ਨੇ ਵਜਨ ਕੀਤਾ ਕੜਾਣੀ ਦਾ ਕੜਾਣ ਬਣੇਗਾ ਸਾਧ ਤੇ ਗੁਰੂ ਚ ਤੇ ਭਗਤ ਤੇ ਫਖੀਰ ਚ ਕੋਈ ਫਰਕ ਨਹੀਂ ਫਰਕ ਇਹ ਨਹੀਂ ਹੈ ਕਿ ਸਮਝ ਨਹੀਂ ਜੀ ਉਹ ਜਿਵੇਂ ਕਹਿੰਦੇ ਨੇ ਮੁੰਡਾ ਤੇਰਾ ਹੈ ਪਰ ਤੇਰੇ ਤੇ ਨਹੀਂ ਗਿਆ ਸਿੱਧਾ ਜਿ ਸਮਝਦੇ ਹੋ ਨਾ ਵੀ ਯਾਰ ਅਸੀਂ ਤੇ ਜਟਕਾ ਜਿਹਾ ਸੌਦਾ ਵੀ ਸਾਨੂੰ ਉਹ ਅਜੇ ਮਹਾਪੁਰਖਾਂ ਵਾਲੀਆਂ ਗੱਲਾਂ ਵੀ ਨਹੀਂ ਨਾ ਹੀ ਸਾਡੇ ਕੋਲ ਇਹ ਗਿਆਨ ਹੈ ਤੇ ਇਹਨਾਂ ਵੀ ਹਾਂ ਜਿਵੇਂ ਕਹਿੰਦੇ ਨੇ ਵੀ ਉਹ ਰਾਤ ਨੂੰ ਬੈਟਰੀ ਦੀ ਟਾਊਰ ਚ ਨਹੀਂ ਵੱਜਦੀ ਉਹ ਜਿੱਦੇ ਜਿੱਦੇ ਤੇ ਵੱਜੀ ਏ ਉਹ ਉਹਨਾਂ ਕੋ ਅਗਲਾ ਦੱਸ ਦਿੰਦਾ ਯਾਰ ਉਹਦਾ ਪ੍ਰਕਾਸ਼ ਇੰਨਾ ਹੈ ਉਹਦਾ ਪ੍ਰਕਾਸ਼ ਇੰਨਾ ਹੈ ਬਾਕੀ ਤੁਸੀਂ ਦੱਸੋ ਕਈ ਇਹ ਸਵਾਲ ਨੇ ਬੀ ਗਿਆਨ ਸਿੰਘ ਰਾੜੇ ਵਾਲੇ ਦਾ ਸੀਗਾ ਉਹਦਾ ਕੀ ਉਹ ਇੱਥੇ ਹੀ ਬੱਚੇ ਨਾਲ ਪਿੰਡ ਆ ਪਿੰਡ ਤੁਹਾਨੂੰ ਦੱਸਿਆ ਨਾ ਪਹਿਲਾਂ ਜ਼ਿਕਰ ਕੀਤਾ ਵੀ ਇੱਥੇ ਨਾਲ ਪਿੰਡ ਹੈ ਰਾੜਾ ਜੀ ਉਹ ਸਮੇਂ ਦਾ ਪਤਾ ਨਹੀਂ ਉਹ ਮੰਤਰੀ ਸੀ ਜਾਂ ਕੁਛ ਸੀ ਜੀ ਪੁਰਾਣੇ ਸਮੇਂ ਦਾ ਸੰਤਾਂ ਤੋਂ ਭਾਵਕ ਹੋ ਗਿਆ ਤੇ ਉਹ ਕਹਿੰਦਾ ਵੀ ਮਹਾਰਾਜ ਜੇ ਆ ਤੁਹਾਨੂੰ ਜਗ੍ਹਾ ਕੋਈ ਪਸੰਦ ਆਉਂਦੀ ਏ ਕਿਤੇ ਸਾਡੇ ਇਲਾਕੇ ਜਿਵੇਂ ਆਪਾਂ ਕਿਸੇ ਨੂੰ ਮਿਲੀਏ ਸੱਜਣ ਮਿੱਤਰ ਨੂੰ ਜਾਂ ਕਿਸੇ ਨੂੰ ਅਗਲਾ ਕਹਿੰਦਾ ਯਾਰ ਤੇਰੇ ਨਾਲ ਮੇਰੇ ਵਿਚਾਰ ਮਿਲੇ ਨਾ ਕਿਤੇ ਸਾਡੇ ਏਰੀਏ 'ਚ ਵੀ ਆਈ ਹੈ ਹਨਾ ਪਰ ਅਸਲ ਉਹ ਸਬੰਧ ਹੁੰਦਾ ਪਿੱਛੋਂ ਹੀ ਡਾਟਾ ਬਣਿਆ ਹੁੰਦਾ ਜੀ ਮੰਨ ਲਓ ਹਜੇ ਤੁਸੀਂ ਮੇਰਾ ਤੁਹਾਡਾ ਕੋਈ ਲੈਣ ਦੇਣ ਨਹੀਂ ਹੈ ਹਨਾ ਕਿਸ ਤਰ੍ਹਾਂ ਮਿਲੇ ਤੁਸੀਂ ਬਾਣੇ ਕਰਕੇ ਸਤਕਾਰ ਕੀਤਾ ਰਾਹ 'ਚ ਪੁੱਛਿਆ ਜਾਂ ਇਸ ਤਰ੍ਹਾਂ ਵੇਖੋ ਮੈਂ ਵੀ ਤਾਂ ਹੀ ਤੂੰ ਕੁਝ ਦੱਸ ਸਕਣਾ ਜੇ ਉਹ ਮੰਜ਼ਲ ਤੱਕ ਪਹੁੰਚਿਆ ਹੋਵਾਂ ਜੀ ਜਦੋਂ ਪਹੁੰਚੇ ਨੇ ਤੇ ਗੱਲ ਕਿੱਥੋਂ ਕੁ ਸ਼ੁਰੂ ਕਰਾਂਗੇ ਐਵੇਂ ਉਹ ਅੱਜ ਕੱਲ੍ਹ ਜੇ ਹੁਣ ਚਾਰ ਕੋ ਵੀਊ ਬਣ ਜਾਣ ਜਾਂ ਹੋਰ ਚੀਜ਼ਾਂ ਬਣ ਜਾਣੀਆਂ ਕੋਈ ਵੱਡੀ ਗੱਲ ਨਹੀਂ ਇਹ ਕੰਮ ਥੋੜਾ ਜਿਹਾ ਚੱਲ ਸਕਦਾ ਪਰ ਕੁਆਲਿਟੀ ਨਹੀਂ ਪਰ ਉਹਨਾਂ ਨੇ ਜਦੋਂ ਵੇਖਿਆ ਮਾਪੁਰਖਾਂ ਨੂੰ ਲਿਆਂਦਾ ਇੱਥੇ ਸ਼ੁਰੂਆਤ ਕੀਤੀ ਭਾਵੁਕੀ ਹੋਏ ਸਵੇਰ ਖੂਹ ਦੀ ਗੱਲ ਤੁਸੀਂ ਹਾਂਜੀ ਉਹੀ ਖੂਹ ਹੈ ਨਾ ਜਿੱਥੇ ਆ ਤੁਹਾਨੂੰ ਦੱਸਿਆ ਵੀ ਹੁਣ ਥੋੜੀ ਜਿਹੀ ਮਰਿਆਦਾ ਇਹਨਾਂ ਨੇ ਚੇਂਜ ਕਰਤੀ ਏ ਤੇ ਨਹੀਂ ਤੇ ਸੰਗਤ ਇੱਥੇ ਹੜ ਪੈਂਦਾ ਜਦੋਂ ਫਸਟ ਟਾਈਮ ਮੈਂ ਆਇਆ ਇੱਥੇ ਉਦੋਂ ਕੱਚਾ ਸੀ ਸਾਰੇ ਇੱਥੇ ਸ਼ਾਇਦ ਮੇਰੀ ਇੱਕ ਵੀਡੀਓ ਵੀ ਸ਼ੂਟ ਹੋਈ ਹੋਣੀ ਪਹਿਲਾਂ ਜੀ ਤੇ ਉਹ ਟਿੱਬੇ ਸਨ ਉਹ ਟਿੱਬਾ ਮੈਂ ਆਪ ਵੇਖਿਆ ਇੱਕ ਟਿੱਬਾ ਸੀ ਉਦੋਂ ਜੀ ਪਤਾ ਨਹੀਂ ਉਹ ਉਦੋਂ ਇੱਥੇ ਪੱਥਰ ਜਾਂ ਨਾ ਪੱਥਰ ਕੁਝ ਵੀ ਨਹੀਂ ਸੀ ਆ ਤੇ ਹੁਣੇ ਕਿਸੇ ਜਿਵੇਂ ਪ੍ਰੇਮੀ ਨੇ ਜਾਂ ਕੋਈ ਸ਼ਾਹਵੰਦ ਨੇ ਸੇਵਾ ਮਹਾਰਾਜ ਨੇ ਉਹ ਆਪ ਕਰਾਉਣ ਵਾਲੇ ਨੇ ਪਰ ਉਹੀ ਗੱਲ ਹੁੰਦੀ ਹੈ ਨਾ ਜਿਵੇਂ ਆਪਾਂ ਹੁਣ ਜ਼ਿਕਰ ਕਰਾਂਗੇ ਇਹ ਤੇ ਆਪਣਾ ਕਿੰਤੂ ਪ੍ਰਿੰਤੂ ਵੀ ਹੁਣਾ ਵੀ ਜੋੜਿਆਂ ਨੂੰ ਮੱਥੇ ਟੇਕਦੇ ਨੇ ਫਲਾਣ ਨੂੰ ਮੱਥੇ ਟੇਕਦੇ ਨੇ ਵੇਖੋ ਗੱਲ ਤੇ ਵੇ ਹੁਣ ਜੇ ਟਿਕਾ ਆ ਗਿਆ ਨਾ ਫਿਰ ਕਬੀਰ ਜੀ ਕਹਿੰਦੇ ਨੇ ਮੜੀਆਂ ਵੀ ਇੱਕ ਬ੍ਰਹਮ ਗਿਆਨੀ ਨੇ ਜੇ ਟਕਾਹ ਹੀ ਨਹੀਂ ਆਇਆ ਫੇ ਗੁਰੂ ਕਿਰਪਾ ਕਰੇ ਭਈ ਭਾਵੇਂ ਜਿੱਥੇ-ਜਿੱਥੇ ਮਰਜੀ ਤੁਸੀਂ ਕੋਈ ਚੀਜ਼ ਦਾ ਆਨੰਦ ਲੈ ਸਕਦੇ ਜਿਹੜੀ ਸੰਗਤ ਤੇ ਜਾਂ ਰੰਗਤ ਤੇ ਹੁਣ ਹੀਰਾ ਹੈ ਨਾ ਉਹ ਮੇਰੇ ਵਰਗਾ ਮੂਰਖ ਸੀ ਉਹਨੇ ਗਧੇ ਤੇ ਗੱਲ ਚ ਪਾਤਾ ਕਿਉਂਕਿ ਪਤਾ ਨਹੀਂ ਸੀ ਜੀ ਹੁਣ ਜਿੰਨੂੰ ਪਤਾ ਸੀ ਉਹ ਇੱਕੋ ਗੱਲ ਕਹਿੰਦਾ ਜੀ ਕਹਿੰਦਾ ਯਾਰ ਇਹ ਤੋਂ ਹੀਰਾ ਨਾ ਮੰਗੋ ਗਧਾ ਹੀ ਮੰਗ ਲਓ ਜੇ ਤੋ ਹੀਰਾ ਮੰਗਿਆ ਸ਼ਾਇਦ ਰਫੜ ਪਵੇਗਾ ਸਾਡਾ ਇਸ ਕਰਕੇ ਜਿਹੜੇ ਸੰਤ ਮਹਾਂਪੁਰਖ ਸਾਧੂ ਸੰਤ ਸੰਤ ਮਹਾਰਾਜ ਦੇ ਪਿੱਛੋਂ ਵੀ ਲੰਬੜਦਾਰਾਂ ਦੇ ਪੁੱਤਰ ਸਨ ਕੋਈ ਜੀ ਇਹ ਮੈਂ ਜਿਵੇਂ ਕਹਿੰਦੇ ਛੋਟਾ ਮੂੰਹ ਵੱਡੀ ਗੱਲ ਯਾਰ ਮੈਂ ਕੀ ਉਹਨਾਂ ਦੀ ਉਸਤਤ ਕਰਾਂਗਾ ਗੱਲ ਕਰਨ ਲੱਗੇ ਜਿਹਦਾ ਜਿਹੜੇ ਸ਼ਖਸ ਦਾ ਐਡਾ ਨਾਂ ਲੈ ਕੇ ਬੰਦੇ ਦੇ ਅੰਦਰੋਂ ਜੀਵਨ ਪਲਟੇ ਕਈ ਰੂਹਾਂ ਇਹੋ ਜਿਹੇ ਮੁੰਡੇ ਮਿਲਦੇ ਨੇ ਸੱਜਣ ਮਿੱਤਰ ਜਿਹੜੇ ਕਹਿੰਦੇ ਸਨ ਵੀ ਯਾਰ ਸਾਡਾ ਕਦੀ ਸੇਵਾ ਨੂੰ ਸਿਮਰਨ ਨੂੰ ਜਾਂ ਮਤਲਬ ਹੋਰ ਚੀਜ਼ ਨੂੰ ਦਿਲ ਨਹੀਂ ਕੀਤਾ ਉਹ ਬੰਦਿਆਂ ਦਾ ਜੀਵਨ ਪਲਟਦਾ ਵੇਖਿਆ ਮੈਂ ਚਾਹੁੰਦਾ ਜੇ ਤੁਹਾਨੂੰ ਕੋਈ ਘਟਨਾ ਯਾਦ ਹੋਵੇ ਇਦਾਂ ਦੀ ਜਿਹੜੀ ਇਦਾਂ ਪਸੰਦ ਮਾਰਾ ਜਦ ਤੁਸੀਂ ਦੱਸਿਆ ਨਾਮ ਸੁਣ ਕੇ ਹਾਂ ਇੱਥੇ ਤੁਸੀਂ ਹੋਰ ਤੇ ਕੀ ਇੱਕ ਸ਼ਖਸੀਅਤ ਬਹੁਤ ਵੱਡੀ ਉਹ ਪਹਿਲਾਂ ਮੈਨਸ਼ਿਨਰੀ 'ਚ ਵੀ ਸਨ ਬੜੇ ਸੰਤਾਂ ਸਾਧੂ ਨੂੰ ਤੁਹਾਨੂੰ ਪਤਾ ਹੀ ਹੈ ਗਿਆਨੀ ਪਿੰਦਰਪਾਲ ਸਿੰਘ ਹੁਣ ਤੁਸੀਂ ਉਹ ਹਿਸਾਬ ਵੇਖੋ ਮੈਂ ਮੈਂ ਤੇ ਹੁਣ ਅੱਜ ਦੀ ਵੈਰੈਟੀ ਆ ਸਾਨੂੰ ਤੇ ਪਤਾ ਨਹੀਂ ਇਹ ਜੀਵਨ ਦਾ ਹਨਾ ਉਹ ਵੇਖੋ ਵਿਦਵਾਨ ਲੋਕ ਨੇ ਜਦੋਂ ਇਟੇ-ਬਟੇ ਵਿਦਵਾਨ ਦਾ ਚਲਕ ਪੈ ਸਕਦੀ ਏ ਫਿਰ ਤੁਸੀਂ ਆਪ ਹੀ ਸਮਝ ਲਓ ਫਿਰ ਇੱਥੇ ਇੱਕ ਦਸ਼ਮੇਸ਼ ਵਾਲੇ ਨੇ ਮਰੇਲਕੋਟਲੇ ਸੰਤ ਮਹਾਰਾਜ ਦੇ ਦਰਸ਼ਨ ਕਰਦੇ ਸਨ ਹਨਾ ਉਹ ਵੀ ਸ਼ਾਇਦ ਤੁਸੀਂ ਜਿਗਰ ਸੋਸ਼ਲ ਮੀਡੀਆ ਦਾ ਯੁੱਗ ਤੇ ਇਹ ਗੱਲ ਵੀ ਗੱਲਾਂ ਦੋ ਨੇ ਸੱਜਣਾ ਜੂੰਦਿਆਂ ਜੀ ਤੇ ਮਾਂ ਪਿਓ ਦੀ ਸਮਝ ਨਹੀਂ ਆਉਂਦੀ ਸਾਧੂ ਤੇ ਰੱਬ ਬੜੀ ਦੂਰ ਦੀ ਗੱਲਾਂ ਆ ਇਸ ਕਰਕੇ ਜਾਂ ਮਰਿਆਂ ਬਾਅਦ ਤੇ ਜਾਂ ਕੁਝ ਕਰਿਆਂ ਬਾਅਦ ਹੁਣ ਮੇਰੇ ਵਰਗੇ ਵੀ ਉਦੋਂ ਹੁੰਦੇ ਨੇ ਚਿੱਟੇ ਕੱਪੜੇ ਪਾ ਕੇ ਜਾਂ ਬੜੇ ਵੀ ਕਈ ਵਾਰੀ ਸੰਤ ਮਹਾਰਾਜ ਦੀ ਬਰਾਬਰੀ ਕਰਦੇ ਹੋਣਗੇ ਅੱਜ ਵੀ ਚਰਚ ਦਾ ਸਿਸਟਮ ਤੁਹਾਨੂੰ ਪਤਾ ਹੀ ਏ ਹਰ ਬੰਦਾ ਕਹਿੰਦਾ ਮੇਰਾ ਮਤਲਬ ਜਿਹੜਾ ਸਟੈਂਡ ਏ ਬਹੁਤ ਲੈਵਲ ਤੇ ਹੋਵੇ ਅਸਲ ਅਸੀਂ ਇੱਕ ਤਾਂ ਮਿੱਟੀ ਨਾਲ ਘਰ ਲਿਪੇ ਨੇ ਸਮਝਣਾ ਨਾ ਇੱਕ ਮਿੱਟੀ ਨੂੰ ਬਣਾਉਣ ਵਾਲੇ ਕੋਈ ਖਤਰਨਾਕ ਹੁਣ ਤੁਸੀਂ ਆਪ ਹੀ ਸਿਆਣੇ ਮਹਾਰਾਜ ਤੇ ਉਹ ਚੀਜ਼ ਸਣਾ ਜਿਨ੍ਹਾਂ ਨੇ ਦਰਸ਼ਨ ਕੀਤੇ ਉਹ ਸਮੇਂ ਚ ਜਾ ਉਹਨਾਂ ਦੀ ਸੰਗਤ ਕੀਤੀ ਬਸ ਉਹ ਉਹੀ ਸਨ ਕਈ ਕਈ ਦਿੱਲੀ ਚ ਐਡੀਆਂ-ਐਡੀਆਂ ਸਾਮੀਆਂ ਨੇ ਜਿਨ੍ਹਾਂ ਕੋ ਕੁਝ ਵੀ ਨਹੀਂ ਸੀ ਰੋਂਦੇ ਕਰ ਲਾਂਦੇ ਆਉਂਦੇ ਸਨ ਮਹਾਰਾਜੇ ਕੋਲ ਤੇ ਅੱਜ ਵੇਖੋ ਉਹਨਾਂ ਨੂੰ ਛੇੜ ਕੇ ਵੇਖੋ ਜਾ ਕੇ ਉਹਨਾਂ ਕੋ ਲਬਜ ਨਹੀਂ ਨਿਕਲਦੇ ਸਿਫਤ ਤੇ ਬੜੀ ਦੂਰ ਦੀ ਗੱਲ ਹੈ ਇਸ ਕਰਕੇ ਉਹਨਾਂ ਦਾ ਜੀਵਨ ਉਹਨਾਂ ਦੀ ਕਲਣਾ ਨਹੀਂ ਤੇ ਆਪ ਇੱਥੇ ਪਿੰਡ ਚ ਸਿੱਧੇ ਜੀ ਗੱਲ ਕਰਾਂ ਯਾਰ ਖੂ ਹੋਰ ਵੀ ਨੇ ਜੀ ਬਜ਼ਰੇ ਵਾਲੇ ਦਿਵਾਲੇ ਨੇ ਉੱਥੇ ਕੋਈ ਹਾਂ ਕੋਈ ਦਿਵਾਲੀ ਵਾਲੇ ਦੇਣਾ ਜਾਂ ਕੋਈ ਐਤਵਾਰ ਵਾਲੇ ਦਿਨ ਦੀਵਾ ਜਗਾ ਦਿੰਦਾ ਹੋਣਾ ਉਹ ਵੀ ਕਿਸੇ ਸੱਜੇ ਖਾਪੇ ਕਿਹਾ ਹੋਣਾ ਕਿਸੇ ਨੇ ਪਰ ਮਹਾਰਾਜ ਇਹਨਾਂ ਚੀਜ਼ਾਂ ਤੋਂ ਉੱਤੇ ਸਨ ਜਦੋਂ ਇੱਥੇ ਸੰਤ ਮਹਾਰਾਜ ਜੀ ਅਗਸਤ ਦੇ ਵਿੱਚ ਵਰਸੀ ਆਉਂਦੀ ਏ ਕਿੱਡੀਆਂ ਸੰਪਰਤਾਵਾਂ ਹੁੰਦੀਆਂ ਨੇ ਕਿੰਨੇ-ਕਿੰਨੇ ਆਉਂਦੇ ਨੇ ਫਿਰ ਦੱਸੋ ਹੁਣ ਤੁਸੀਂ ਆਪ ਹੀ ਸਿਆਣੇ ਆ ਕਨਾਈ ਇਸ ਕਰਕੇ ਉਹੀ ਗੱਲ ਹੁੰਦੀ ਨਾ ਹੀਰੇ ਦੀ ਜਿਹੜੀ ਤੁਹਾਨੂੰ ਦੱਸਿਆ ਸੀ ਹੀਰਾ जौहरी ਜਾਣ ਸਕਦਾ ਕਿਉਂਕਿ ਉਹ जौਰੀ ਉਹਦੇ ਨਾਲ ਰਿਹਾ ਏ ਉਹਦੇ ਕਰਮ ਕਰਕੇ ਮਸਕੀਨ ਜੀ ਦਾ ਵੀ ਇਹੀ ਬਚਨ ਹੈ ਜੀ ਕਈ ਵਾਰੀ ਅਸੀਂ ਖੂਦ ਖੂਦ ਦੇ ਕੋਲ ਰਹਿੰਨੇ ਆ ਸਾਡੀ ਪਿਆਸ ਨਹੀਂ ਖਤਮ ਹੁੰਦੀ ਪਿਆਸ ਤੇ ਬੜੀ ਦੂਰ ਦੀ ਗੱਲ ਹੈ ਤੇ ਕਈ ਵਾਰੀ ਬੰਦਾ ਕਮਲਾ ਕੋਈ ਮੇਰੇ ਵਾਂਗੂ ਪੈਂਦਾ ਡਿੱਗਦਾ ਦੂਰੋਂ ਆ ਜਾਂਦਾ ਤੇ ਉਹ ਜਿਹੜੇ ਨੇੜੇ ਹੁੰਦੇ ਨੇ ਨਾਲ ਨਹੀਂ ਲੱਗਣ ਦਿੰਦੇ ਤੇ ਉਹ ਫਿਰ ਉਹ ਉਦੀ ਚਮਕ ਜੋ ਜਿਹੜੀ ਵੇਖਣ ਵਾਲਾ ਜਿਵੇਂ जौਰੀ ਏ ਉਹ ਫਿਰ ਦੂਰੋਂ ਨਦਰ ਕਰਕੇ ਉਹਨੂੰ ਜਿਵੇਂ ਕਹਿੰਦੇ ਵੀ ਲੋਹੇ ਤੋਂ ਪਾਰਸ ਬਣਾ ਦਿੰਦਾ ਇਹ ਗੱਲ ਹੈ ਸੰਤ ਮਹਾਰਾ ਦੇ ਅੱਜ ਵੀ ਕਾਰਨਾਮੇ ਨੇ ਇਹ ਨਹੀਂ ਇਹ ਜਿਹੜੀਆਂ ਚੀਜ਼ਾਂ ਨੇ ਜਾਂਦੀਆਂ ਤੁਸੀਂ ਹੁਣ ਵੇਖੋ ਕਿੱਡੇ ਇਤਿਹਾਸ ਨੇ ਸਾਡੇ ਵਰਲਡ 'ਚ ਗੁਰੂ ਪੀਰਾਂ ਦੇ ਹਨਾ ਫਤਿਹਗੜ੍ਹ ਸਾਹਿਬ ਲਾ ਲਓ ਚਮਕੌਰ ਦੀ ਗੜੀ ਲਾ ਲਓ ਆਨੰਦਪੁਰ ਸਾਹਿਬ ਲਾ ਲਓ ਅੱਛਾ ਨਹਿਰ ਵੀ ਉਹੀ ਜਾਂਦੀ ਏ ਜਿੱਥੋਂ ਮਿਲੇ ਤਾਂ ਜਿੰਨੇ ਗੁਰੂ ਤਾਂ ਆਮਨੇ ਇਸ ਨਹਿਰ ਦੇ ਕੰਢੇ ਤੇ ਨੇ ਸਵਾਲ ਇਹ ਵੇ ਕਿ ਵੇਖੋ ਕਿੱਥੋਂ ਪ੍ਰਗਟ ਹੁੰਦਾ ਕਿੱਥੇ ਬੀਜ ਉਗਦਾ ਸੰਤ ਮਹਾਰਾ ਨੇ ਆਲੂ ਅਵਾਲ ਸਾਹਿਬ ਜਨਮ ਲਿਆ ਹਨਾ ਤੇ ਵੇਖੋ ਕਿੰਨੇ ਤਗੜੇ ਸਨ ਗ੍ਰੈਜੂਏਟ ਉਹ ਸਮੇਂ ਤੇ ਗ੍ਰੈਜੂਏਟ ਪੜ੍ਹ ਲਿਗੇ ਤੇ ਅੱਜ ਦਾ ਅਗਲਾ ਕਹਿੰਦਾ ਯਾਰ ਓਏ ਬਚਾ ਕੇ ਰੱਖੀ ਓਏ ਮੁੰਡਾ ਕੁੜੀ ਜਾਵੇ ਦਾ ਸਾਥ ਨਾ ਬਣ ਜੇ ਇਹਨੂੰ ਚੋਲਾ ਨਾ ਪਵਾ ਦੇ ਕਿਤੇ ਯਾਰ ਇਹ ਗੱਲਾਂ ਉਹਦੀ ਕੋਈ ਉਹਦੇ ਘਰ ਦਾ ਪਤਾ ਨਹੀਂ ਹਾਂ ਐਕਟਿੰਗ ਚ ਚైనా ਦਾ ਮਾਲ ਬੜਾ ਚੱਲਦਾ ਮੇਕਅਪ ਵੀ ਏ ਸਾਰਾ ਕੁਝ ਪਰ ਜਦੋਂ ਕਿਸੇ ਸ਼ਖਸੀਅਤ ਦੀ ਜੀ ਕੋਈ ਗੱਲ ਕਰਨੇ ਆ ਨਾ ਉਥੇ ਦੋ ਪਹਿਲੂ ਨੇ ਜੇ ਸੰਸਾਰ ਨਾਲ ਤੁਰੋਗੇ ਨਾ ਸਾਇਦ ਤੁਹਾਨੂੰ ਆਪਣੇ ਆਪ ਦੀ ਵੀ ਸਮਝ ਨਹੀਂ ਆਵੇਗੀ ਅੱਜ ਦੇ ਸਮੇਂ ਨੇ ਤੇ ਕੀ ਕਹਿਣਾ ਉਹ ਸਮੇਂ ਨੇ ਤੇ ਗੁਰੂ ਨਾਨਕ ਪਾਤਸ਼ਾਹ ਵਰਗਿਆਂ ਨੂੰ ਨਹੀਂ ਬਖਸ਼ਿਆ ਤੇ ਤੂੰ ਮੈਂ ਤੇ ਕੀ ਆ ਅੱਜ ਦਾ ਜਿਹੜਾ ਗਿਆਨ ਹੈ ਥੋੜਾ ਜਿਹਾ ਕਿਤਾਬੀ ਕੀੜਾ ਉਹ ਜਿਹੜਾ ਗਿਆਨ ਹੈ ਕੀੜੇ ਨੂੰ ਨਾ ਕੀੜੇ ਦੀ ਜੜ੍ਹ ਹੀ ਨਹੀਂ ਪਤਾ ਲੱਗਣ ਦੀ ਖਤਮ ਕਰਨ ਦੇ ਆ ਇੱਕ ਸਿੱਧੀ ਜੀ ਗੱਲ ਹੈ ਨਾ ਹੁਣ ਵੇਖੋ ਦਰਬਾਰ ਸਾਹਿਬ ਜਾਣੇ ਆ ਹਸਪਤਾਲ ਕਿੰਨੇ ਨੇ ਸੈਂਟਿਸਟ ਕਿੰਨੇ ਨੇ ਕਿੱਡੇ ਕਿੱਡੇ ਪਤਾ ਨਹੀਂ ਜੀ ਕਹਿੰਦੇ ਕਵਾਂਦੇ ਉਹੀ ਗੱਲ ਹੁੰਦੀ ਹੈ ਨਾ ਜਦੋਂ ਕਿਸੇ ਬੰਦੇ ਦਾ ਟੱਕਰਾ ਹੁੰਦਾ ਕਹਿੰਦਾ ਤੈਨੂੰ ਮਿਲਾਾਂਗੇ ਜੀ ਤੇ ਅਗਲਾ ਯੂਰਤ ਵਾਲਾ ਬੰਦਾ ਨਹੀਂ ਕਹਿੰਦਾ ਕਹਿੰਦਾ ਕੋਈ ਨਹੀਂ ਤੈਨੂੰ ਵੇਖਾਂਗੇ ਕੋਈ ਗੱਲ ਨਹੀਂ ਜੀ ਹੁਣ ਕਿਉਂ ਵੇਖਾਂਗੇ ਉਹਨੇ ਤੇ ਉਹ ਸਮੇਂ ਗੱਲ ਕਹਿਤੀ ਪਰ ਅਗਲਾ ਉਹ ਸਮੇ ਉਹ ਵੀ ਨਹੀਂ ਡਰਿਆ ਪਰ ਜਦੋਂ ਕੱਲਾ ਬੈਠਾ ਉਹਦੇ ਦਿਮਾਗ 'ਚ ਫਿਰ ਕੀ ਘੁੰਮੀ ਵੀ ਇਹਨੇ ਇਹਦੇ ਪਿੱਛੇ ਕੋਈ ਸ਼ਕਤੀ ਹੈ ਇਹਦੇ ਪਿੱਛੇ ਕੋਈ ਕਾਰਨ ਹੈ ਇਹਨੇ ਯੁਰਤ ਨਾਲ ਗੱਲ ਕਿਉਂ ਕੀਤੀ ਸਮਝਦੇ ਹੋ ਨਾ ਇਸ ਕਰਕੇ ਜਿਹੜੇ ਧਾਰਮਿਕ ਸਥਾਨ ਜਾਂ ਕੋਈ ਬੰਦਕੀ ਵਾਂਣ ਜਿਹੜੇ ਸਾਧੂ ਸੰਤ ਮਹਾਤਮਾ ਪਰਮਾਤਮਾ ਜੀ ਕਿਸੇ ਤੇ ਕਿਸੇ ਰੂਪ 'ਚ ਕਦੀ ਕਦੀ ਕੋਈ ਝਲਕ ਵਿਖਾ ਜਾਂਦਾ ਪਰ ਹਾਂ ਸਮਝ ਨਹੀਂ ਆਉਂ ਜਾਂਦਾ ਡੈਡ ਕਰ ਦਿੰਦਾ ਤੇ ਜੇ ਸਮਝ ਦੇ ਦਿੰਦਾ ਮਾੜੀ-ਮੋਟੀ ਫਿਰ ਉਹ ਸੰਡੇ ਮਾਰਕੀਟ ਵਾਲਾ ਕੰਮ ਬਣ ਜਾਂਦਾ ਗਾਹਕ ਜਿਆਦਾ ਨੇ ਮਾਲ ਪੂਰਾ ਨਹੀਂ ਫਿਰ ਉਹ ਬਨੌਟੀ ਕੰਮ ਚੱਲਣ ਲੱਗ ਜਾਂਦਾ ਜਿੰਨਾ ਤੇ ਕਿਰਪਾ ਗੁਰਬਾਣੀ ਮੁਤਾਬਕ ਚਲੋ ਮੈਂ ਪੜਿਆ ਨਹੀਂ ਕੀੜੀ ਤੋਂ ਲੈ ਕੇ ਹਾਥੀ ਤੱਕ ਚੀਤੀ ਤੋਂ ਲੈ ਕੇ ਕੁੰਚਰ ਤੱਕ ਹਨਾ ਉਹੀ ਬਚਨ ਆਉਂਦਾ ਦੁਬਾਰਾ ਸਾਰਿਆਂ ਤੇ ਦ੍ਰਿਸ਼ਟੀ ਏ ਇੱਕ ਕਮਲਾ ਬੰਦਾ ਉੱਤ ਤੇ ਵੀ ਉੰਨੀ ਏ ਉਹ ਵਖਤ ਕਰਕੇ ਕਮਲਾ ਇੱਕ ਸ਼ਰਾਬੀ ਕਲੈਕਟਰਲੈਸ ਬੰਦਾ ਉੱਥੇ ਵੀ ਕਿਰਪਾ ਹੁੰਨੀ ਹੈ ਪਰ ਉਹ ਥੋੜਾ ਜਿਹਾ ਜਿਵੇਂ ਪਲੇਟਫਾਰਮ ਤੋਂ ਉਹ ਹੈ ਘਰ ਇਹ ਖੂਦ ਨੇੜੇ ਹੀ ਹੈ ਪਰ ਗੇੜ ਚ ਪਿਆ ਸਿੱਧਾ ਜਾਂ ਪੰਜਾਬੀ ਜਟਕਾ ਥੋਦਾ ਜਿਹਨੂੰ ਕਹਿੰਦੇ ਨੇ ਗਦੀ ਗੇੜ ਜੀ ਵੀ ਯਾਰ ਇਹਨੂੰ ਬੰਦੇ ਨੂੰ ਸਮਝ ਨਹੀਂ ਆਉਂਦੀ ਇਸ ਕਰਕੇ ਮਹਾਂਪੁਰਖ ਜਿਹੜੇ ਸਾਧੂ ਸੰਤ ਹੁੰਦੇ ਨੇ ਜੀਵਨ ਵਾਲੇ ਜੀ ਉਹਨਾਂ ਨੂੰ ਦੱਸਣ ਪੁੱਛਣ ਦੀ ਲੋੜ ਨਹੀਂ ਜਿਸ ਜਗ੍ਹਾ ਤੇ ਅੱਜ ਆਪਾਂ ਬੈਠੇ ਆ ਤੁਸੀਂ ਜ਼ਿਕਰ ਕੀਤਾ ਹਨਾ ਕਿ ਤੇ ਜੰਦਰਾ ਖੋਲਦਾ ਤੁਹਾਨੂੰ ਅੰਦਰ ਵੀ ਦਰਸ਼ਨ ਕਰਾਉਂਦੇ ਮਤਲਬ ਬਹਿ ਕੇ ਪਤਾ ਲੱਗਦਾ ਯਾਰ ਅਗਲਾ ਕਹਿੰਦਾ ਮੈਂ ਨਾਮ ਨਹੀਂ ਜਪਦਾ ਮੈਂ ਨਹੀਂ ਉਹ ਸੇਵਾ ਕਰਦਾ ਜਿਵੇਂ ਕਹਿ ਦਈਏ ਸਿੱਧੀ ਯਾਰ ਜਿਹੜਾ ਮੇਰਾ ਕਰਨਾ ਕੁਝ ਕਰ ਲਈ ਮੈਂ ਸੇਵਾ ਨਹੀਂ ਕਰਦਾ ਬਾਈ ਜੀ ਇਹ ਹਕੀਕਤ ਕਹਿਣ ਵਾਲੀ ਗੱਲ ਏ ਚੌਂਕੜਾ ਮੈਂ ਵੀ ਨਹੀਂ ਕਦੀ ਲਾਇਆ ਨਾ ਹੀ ਸਾਡਾ ਕੋਈ ਅੰਮ੍ਰਿਤ ਵੇਲਾ ਪਰ ਜਦੋਂ ਇੱਥੇ ਸਟਾਨ ਤੇ ਆਣ ਕੇ ਬੈਠੀਦਾ ਮਨ ਕਰਦਾ ਵੀ ਕੋਈ ਅੰਦਰੋਂ ਜਿਵੇਂ ਪਹਿਲਾਂ ਪੁਰਾਣੇ ਖੂਹ ਨਹੀਂ ਸਣ ਉਹ ਜ਼ੁਰਤ ਨਾਲ ਬਾਲਟੀ ਜਦੋਂ ਜਾਂਦੀ ਸੀ ਤੇ ਜਦੋਂ ਖਿੱਚਣੇ ਹਜੂਰ ਲੱਗਦਾ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਖਿੱਚਦਾ ਏ ਇਹ ਮੈਂ ਨਹੀਂ ਉਹ ਬੋਲਦਾ ਇਹ ਗੱਲਾਂ ਕਿਸੇ ਦੀਆਂ ਬਣਾਈਆਂ ਨਹੀਂ ਮੇ ਜਾਂ ਵੀ ਹਾਂ ਮੈਨੂੰ ਅੱਜ ਕਿਸੇ ਨੇ ਉਹ ਕਿਹਾ ਹੋਣਾ ਵੀ ਅੱਜ ਰਾੜਾ ਸਾਹਿਬ ਦਾ ਨਾਮ ਲਈਏ ਤੇ ਕੋਈ ਤੇਰੇ ਵੀ ਮਾੜਾ ਮੋਟਾ ਠਕ ਠਗੀਆ ਚੱਲ ਜਾਏਗਾ ਵੇਖੋ ਗੱਲਾਂ ਦੋ ਨੇ ਉਹ ਬੜਾ ਡਾਡਾ ਯਾਰ ਉਸ ਤਾਂ ਤੋਂ ਉਹਨਾਂ ਦੀ ਕੀਤੀ ਜਾਂਦੀ ਏ ਜਿਨ੍ਹਾਂ ਦੇ ਨਾਲ ਇੱਕ ਵੱਡੇ ਲੋਗੋ ਤੇ ਵੱਡੇ ਪ੍ਰਮਾਤਮਾ ਆਕਾਲ ਪੁਰਖ ਦੀ ਬਰਕਤ ਚੱਲਦੀ ਏ ਪਰ ਉਹਨੇ ਪ੍ਰਗਟਨਾ ਕਦੋਂ ਹੈ ਕਦੋਂ ਸਮੇਂ ਨੇ ਆਉਣਾ ਇਹ ਕਿਸੇ ਨੂੰ ਕੋਈ ਪਤਾ ਨਹੀਂ ਸਿੱਧਾ ਜਾ ਬਚਨ ਕਰੀਏ ਸੰਗਤ ਬੈਠੀ ਸਾਰੇ ਜਾਣਾ ਆਪਾਂ ਉਹਨਾਂ ਦੋ ਬੱਚੇ ਜੰਮੇ ਨੇ ਗ੍ਰਿਸ਼ਤੀ ਮੈਂ ਵੀ ਕਿਸੇ ਮਾਂ ਦੀ ਕੁਲ ਚ ਹੀ ਆਇਆ ਹਾਂ ਜੀ ਦੋ ਬੱਚਿਆਂ ਤੇ ਕੀ ਗਰੰਟੀ ਦੇ ਦਾਂਗੇ ਉਹ ਬੜਾਪੇ ਚ ਪ੍ਰਸ਼ਾਦਾ ਦੇਣਗੇ ਕਿ ਨਹੀਂ ਇੱਕ ਯੂ ਘਰ ਇੱਕ ਉਹ ਪੁੱਤਰ ਹੁੰਦਾ ਅਫਸਰ ਬਣ ਜਾਂਦਾ ਇੱਕ ਵਿਚਾਰਾ ਦਿਹਾੜੀਆਂ ਕਰਦਾ ਰਹਿੰਦਾ ਇੱਕ ਵਾਲੇ ਦੀ ਘਰ ਵਾਲੀ ਚੰਗੀ ਆ ਜਾਂਦੀ ਏ ਦੂਜੇ ਵਾਲੇ ਦੀ ਮੈਂ ਕਹਿੰਦੀ ਵੀ ਉਹ ਕਹਿੰਦੀ ਵੀ ਜਣਾ ਛੱਡਣੀਆਂ ਹੀ ਨਹੀਂ 95% ਵੇਖ ਲਓ ਸੋਸ਼ਲ ਮੀਡੀਆ ਤੱਕ ਹੀ ਆਹ ਜਦੋਂ ਸੰਗਤ ਕਰਦਾ ਗੁਰੂ ਸਾਹਿਬ ਨੇ ਗੁਰੂ ਅੰਗਦ ਦੇ ਪਾਤਸ਼ਾਹ ਨੇ ਕਿਉਂ ਦਰਜਾ ਦਿੱਤਾ ਸੰਗਤ ਦਾ ਹਣਾ ਲੀ ਉਹੀ ਏ ਸਭ ਕੁਝ ਉਹੀ ਏ ਸੰਤਾਂ ਗੁਰੂ ਪੀਰਾਂ ਦੀ ਚੱਕਰੀ ਉਹੀ ਏ ਸਿਰਫ ਇੱਕ ਇਹ ਵੇ ਪਲੇਟਫਾਰਮ ਜਿਹੜਾ ਉਹਦੇ ਵਿੱਚ ਗੋਲ ਮੋਲ ਹੈ ਹਰ ਬੰਦੇ ਨੂੰ ਇਹੀ ਹੁੰਦਾ ਵੀ ਮੈਂ ਬਹੁਤ ਹੀ ਵੱਡਾ ਸੂਝਵਾਨ ਤੇ ਗਿਆਨ ਹਾਂ ਪਰ ਨਹੀਂ ਉਹ ਵੇਖਿਆ ਨਾ ਚੱਲਦਾ ਚਾਈਨਾ ਦੇ ਮਾਲ ਆਉਂਗਾ ਜਿਵੇਂ ਸ਼ਵੀਕਰ ਜੇ ਕਈਆਂ ਦੇ ਵਿੱਚ ਹੀ ਚਿੱਪਾਂ ਆ ਗਈਆਂ ਨੇ ਹੁਣ ਐਪਲ ਦਾ ਹੀ ਫੋਨ ਹੈ ਉਹਨੂੰ ਕੋਈ ਉਹਦੀ ਆਪਣੀ ਹੀ ਮੈਮਰੀ ਹੈ ਆਪਣਾ ਸਭ ਕੁਝ ਹੈ ਹਨਾ ਆਪਣੀ ਹੀ ਸੇਮ ਹੈ ਉਹਦੀ ਸਾਰਾ ਕੁਝ ਸਿਸਟਮ ਹੈ ਨਾ ਇਸ ਤਰ੍ਹਾਂ ਹੀ ਹੈ ਜਿਹੜੇ ਤੁਰ ਦਰਗਾਈ ਹੁੰਦੇ ਨੇ ਠੱਪਾ ਲਾ ਕੇ ਉਹ ਫਿਰ ਸਮਝ ਨਹੀਂ ਆਉਣ ਦਿੰਦੇ ਰਮ ਜੀ ਵੱਖਰੀ ਹੁੰਦੀ ਹੈ ਜਿਹਨੂੰ ਆਪਾਂ ਸਿੱਧੇ ਜੇ ਕਹਿ ਜਾਈਏ ਸੰਤ ਮਹਾਰਾਜੇ ਰਾਜੇ ਵੀ ਸਨ ਯੋਗੀ ਵੀ ਸਨ ਤੇ ਫਕੀਰ ਵੀ ਸਨ ਤੇ ਤਕਦੀਰਾਂ ਨੂੰ ਬਦਲਣ ਵਾਲੇ ਵੀ ਸਨ ਮਹਾਰਾਜ ਦੀ ਇੱਕ ਇਹ ਖਾਸ਼ ਤੇ ਸਭ ਤੋਂ ਵੱਡੀ ਜਿਵੇਂ ਬੰਦਾ ਤਿਹੜੇ ਤੋਂ ਤਿਹੜਾ ਹੁੰਦਾ ਸੀ ਨਾ ਜਿਹੜਾ ਬੰਦਾ ਆਪਣੇ ਨੂੰ ਜਿਵੇਂ ਕਹਿਦੀ ਵੀ ਮੇਰੇ ਵਰਗਾ ਵਾਜ ਆਉਂਦਾ ਤੇ ਉਥੋਂ ਪੂਰਾ ਸੀ ਵੀ ਅੱਜ ਮੈਂ ਵੀ ਦੋ ਹੱਥ ਕਰਾਂਗਾ ਵੀ ਇਹਦੀ ਬੜੀ ਜੈਜਕਾਰ ਹੈ ਜਦੋਂ ਆ ਜਾਂਦਾ ਸੀ ਅਗਲਾ ਫਿਰ ਉਹ ਇਹ ਦੂਜੀ ਨਮਸ਼ਕਾਰ ਨਹੀਂ ਘਰ ਡੰਡਾ ਉਹ ਤੋਂ ਪੁੰਨ ਵੱਡਾ ਹੈ ਲੰਮਾ ਹੀ ਪੈ ਜਾਂਦਾ ਕਿਉਂਕਿ ਮਾਰ ਇਹ ਮੈਂ ਨਹੀਂ ਇਹ ਤਾਕਤ ਬੋਲਦੀ ਹੈ ਆ ਰਾੜੇ ਪਿੰਡ ਚਾਲੇਦ ਵਾਲੇ ਇੱਥੇ ਨੇੜੇ-ਨੇੜੇ ਪਿੰਡਾਂ 'ਚ ਕਈ ਹਜੇ ਵੀ ਸੰਗਤਾਂ ਨੇ ਜਿਨ੍ਹਾਂ ਦੇ ਘਰ ਵੱਜੇ ਨੇ ਜਿਨ੍ਹਾਂ ਦੀ ਡਿਊਟੀਆਂ ਮਹਾਰਾਜ ਨੇ ਲਾਈਆਂ ਨੇ 2 ਵਜੇ ਤੱਕ ਹਜੇ ਮਾਈਆਂ ਹੁੰਦੀਆਂ ਨੇ ਰਾਤ ਨੂੰ ਪ੍ਰਸ਼ਾਦਾ ਪਿੰਡਾਂ 'ਚ ਵਾਰੀਆਂ ਵੱਜੀਆਂ ਨੇ ਨਹੀਂ ਤੇ ਅਗਲਾ ਪਿੰਡ ਵਾਲੇ ਗੁਰਦੁਆਰੇ ਮੱਥਾ ਨਹੀਂ ਟੇਕਦਾ ਯਾਰ ਜਿਨ੍ਹਾਂ ਨੂੰ ਕੁਝ ਮਿਲਿਆ ਹੋਵੇ ਨਾ ਜੇ ਅਸਲ ਦੇ ਨੇ ਫਿਰ ਉਹ ਨਕਲ ਨਹੀਂ ਰਹਿੰਦੇ ਉਹ ਫਿਰ ਉਹ 20 ਕਿਤੇ ਦੇ ਕਿਤੇ ਖਲਾਰਦਾ ਉਹਨਾਂ ਦਾ ਖੁਦ ਹੀ ਟਿੰਡਾਂ ਵਾਂਗੂ ਚਾਲ ਤੁਰੀ ਆਉਂਦੀ ਇਸ ਕਰਕੇ ਕਹਤੇ ਕੋ ਸੋਬਾ ਨਹੀਂ ਦੇਖਾ ਹੀ ਪ੍ਰਮਾਣ ਵੀ ਉਹ ਮਹਾਂਪੁਰਖ ਸਾਧੂ ਸੰਤ ਉਹਨਾਂ ਦੀ ਜਿਹੜੀ ਕਰਨੀ ਉਹਨਾਂ ਦੀ ਕਥਣੀ ਮੈਂ ਤਾਂ ਕੁਝ ਵੀ ਨਹੀਂ ਪਤਾ ਨਹੀਂ ਕਿੰਨੇ ਕੁ ਜਿਵੇਂ ਕਲਗੀਧਰ ਪਾਤਸ਼ਾਹ ਦੇ 52 ਕਵੀ ਰਹਿੰਦੇ ਸਨ ਹੁਣ ਇਹ ਸਵਾਲ ਆਖੇਗਾ ਵੀ ਇਹ ਤੁਲਨਾ ਅੱਜ ਕੱਲ੍ਹ ਵੀ ਸੰਤ ਮਾਰਾ ਜੀ ਉਹ ਸਣਾ ਨਹੀਂ ਭਗਤ ਵੀ ਉਹੀ ਏ ਗੁਰੂ ਵੀ ਉਹਦੀ ਏ ਪਰ ਉਹਦੇ ਪਿੱਛੇ ਜਿਹੜੀ ਕਿਰਨਾ ਨੇ ਉਹਦੀ ਤਾਕਤ ਵੇਖੋ ਆਪਾਂ ਤਾਂ ਕੀ ਆ ਯਾਰ ਹੁਣ ਤੇ ਅਮਰੀਕਾ ਵਾਲੇ ਸੈਂਟੈਂਸ ਵੀ ਕਹਿਣ ਲੱਗੇ ਨੇ ਵੀ ਦਰਬਾਰ ਸਾਹਿਬ ਜਿਹੜੇ ਸਿਮਰਨ ਕਰਨ ਵਾਲੇ ਜਿੱਥੇ ਬੰਦਾ ਬਹਿੰਦਾ ਵੀ ਇਹ ਕੋਈ ਮਮੂਲੀ ਤਾਕਤ ਨਹੀਂ ਗੋਰੇ ਵੇਖੋ ਫੋਰਨ ਕੰਟਰੀਆਂ 'ਚ ਜਾ ਕੇ ਵੇਖਦੇ ਹੋ ਉਹ ਬਸ ਇੱਕ ਹੋਰ ਵਜਨ ਕਰਾਂ ਫਿਰ ਆਉਣਾ ਖੋਤੀ ਵਾਂਗ ਬੋੜ ਥੱਲੇ ਹੀ ਏ ਅੱਜ ਆਜੋ ਕੱਲ ਆਜੋ ਕਹਿਣ ਦਾ ਭਾਵ ਇਹ ਪਤਾ ਲੱਗਦਾ ਉਦੋਂ ਜਦੋਂ ਇਹ ਪਰਸ਼ਾਵਾਂ ਟਲ ਜਾਂਦਾ ਬੂਟਾ ਫਲ ਜਾਂਦਾ ਫਿਰ ਕਈਆਂ ਦਾ ਬੀਜ ਤਿਆਰ ਕਰਕੇ ਗਾਂ ਉਹਦੀ ਪਨੀਰੀ ਨੂੰ ਖਲਾਰ ਜਾਂਦਾ ਇਸ ਕਰਕੇ ਮਹਾਰਾਜ ਦੀ ਜੋ ਸਿਫਤ ਸੀ ਜੋ ਇਸ ਏਰੀਏ 'ਚ ਉਹਨਾਂ ਨੇ ਫੁੱਲਵਾੜੀ ਦੇ ਅੰਦਰ ਦੇ ਅਦਰੂਨੀ ਤਾਕਤਾਂ ਦੇ ਬੀਜ ਖਲਾਰੇ ਨੇ ਕਿਰਪਾਈਏ ਹੁਣ ਕਈ ਇਹ ਵੀ ਕਹਿੰਦੇ ਨੇ ਵੀ ਕਈ ਪੀੜੀਆਂ ਬਦਲ ਗਈਆਂ ਵੇਖੋ ਗੱਲ ਇਸ ਤਰ੍ਹਾਂ ਹੈ ਨਾ ਵੇਖੋ ਉਹੀ ਗੱਲ ਨਾ ਇੱਕ ਬੱਚੇ ਨੂੰ ਆਪਾਂ ਬੜਾ ਪ੍ਰੇਮ ਕਰਨੇ ਆ ਇੱਕ ਤਾਂ ਥੋੜਾ ਜਿਹਾ ਬਲੈਕ ਐਂਡ ਵੈਡ ਰੰਗ ਗੇ ਮੂੰਹ ਮੱਥੇ ਨਹੀਂ ਲੱਗਦਾ ਉਹਨੂੰ ਕਹਿੰਨੇ ਆ ਯਾਰ ਤੂੰ ਪਰਾਂ ਰਾਇ ਓਏ ਤਾਕਤ ਕੀ ਪਤਾ ਉਹਦੋਂ ਜ਼ਿਆਦਾ ਕੀ ਪਤਾ ਉਹਦੇ ਕਰਕੇ ਹੀ ਸਾਰੀ ਟਰਨ ਘਰ ਦੀ ਕੋ ਮੰਦੀ ਹੋਵੇ ਕਈ ਵਾਰੀ ਬੱਚਾ ਆਪਾ ਜਨਮ ਲੈ ਲੈਂਦਾ ਆਪਾਂ ਰੱਬ ਦੀ ਤੇ ਕੀ ਸਾਰੇ ਟੱਬਰ ਦੀ ਐਸੀ ਤੈਸੀ ਕਰ ਦਿੰਦੇ ਆ ਯਾਰ ਛੱਡ ਯਾਰ ਤੂੰ ਨਾ ਹੀ ਹੁੰਦਾ ਕੋਈ ਪਤਾ ਨਹੀਂ ਵੈਗਰੂ ਉਹਦੇ ਕਰਕੇ ਹੀ ਆਪਾਂ ਨੂੰ ਜਲ ਪਾਣੀ ਤੇ ਸਾਰੇ ਘਰ ਦਾ ਜਿਹੜਾ ਸਰਕਲ ਹੈ ਉਹ ਘਮਾਉਂਦੇ ਆ। ਇਹੀ ਸਮਝੇ ਵੀ ਜਦੋਂ ਸਾਨੂੰ ਸਮਝ ਆ ਗਈ ਨਾ ਫਿਰ ਤੇ ਉਹ ਕਬੀਰ ਵਾਲਾ ਹੀ ਕੰਮ ਹੈ। ਭਾਵੇਂ ਹਡਵਾਰਾਂ ਦੇ ਕੋਲ ਬਹਿ ਜਾ। ਤੇ ਉਹ ਵੀ ਚੰਦਨ ਹੈ। ਤੇ ਜੇ ਅੰਦਰ ਜੀਵਨ ਕੁਛ ਨਹੀਂ, ਮਖਵਲੀ ਗੱਦੀਆਂ ਵੀ ਨੇ, ਪੂਰੀ ਐਕਟਿੰਗ ਵੀ ਪੂਰੀ ਏ ਤੇ ਰਾਤ ਨੂੰ ਫਿਰ ਥੱਬਾ ਗੋਲੀਆਂ ਦਾ ਵੀ ਖਾਣਾ ਤੇ ਫਿਰ ਉਹ ਜੀਵਨ ਫਿਰ ਉਹ ਮਾੜਾ ਮੋਟਾ ਇੰਨਾ ਹੈ ਕਿ ਪੈਸੇ ਦੀ ਤੌਂਸ 'ਚ ਬੰਦਾ ਮੇਕਅਪ ਕਰਕੇ ਆਪਣੀ ਤਾਕਤ ਜਮਾਉਣਾ ਚਾਹੁੰਦਾ ਇਸ ਕਰਕੇ ਹੁਣ ਜਦੋਂ ਉਹ ਸੰਧਮਾਰਾਂ ਦਾ ਜਿੰਨੀਆਂ ਵੀ ਕਾਸ਼ਟਾਂ ਸੁਣੋ ਤੁਸੀਂ ਕੋਈ ਇੱਕ ਵੀ ਤੁਸੀਂ ਜਿੰਨੇ ਵੀ ਦਿਵਾਨ ਨੇ ਹਨ ਤੁਸੀਂ ਇੱਕ 'ਚ ਦੱਸ ਦੋ ਵੀ ਕੋਈ ਦੂਜੀ ਨੀਤੀ ਵਾਲੀ ਗੱਲ ਹੋਵੇ ਪਰ ਮਾਰਥ ਤੋਂ ਬਿਨਾਂ ਮੈਂ ਤਾਂ ਕੁਝ ਕਹਿਣਾ ਵੀ ਨਹੀਂ ਜਿਹੜੇ ਬੰਦੇ ਪੁਰਾਣੇ ਨੇ ਉਹਨਾਂ ਨੂੰ ਪੁੱਛੋ ਵੀ ਮਹਾਰਾਜ ਕੀ ਚੀਜ਼ ਸਨ ਇਸ ਕਰਕੇ ਬਸ ਯਾਰ ਕੋਈ ਸਾਧ ਭਾਵੇਂ ਝੂਠਾ ਭਾਵੇਂ ਸੱਚਾ ਰੱਬ ਸਾਡਾ ਪੱਕਾ ਦੁਨੀਆ ਨੂੰ ਧੱਕਾ ਫੇਰਨ ਵਾਲਾ ਉਹ ਮੱਕਾ ਸਮਝ ਆ ਗਈ ਤੇ ਸੁਣਨੇ ਨਹੀਂ ਆਈ ਤੇ ਕਸੁਣਨੇ ਰੌਲਾ ਹੀ ਸਮਝਦਾ ਅੱਜ ਦਾ ਤੁਸੀਂ ਚੱਲਣ ਦਾ ਜੋ ਕਿਉਂਕਿ ਕੁਝ ਜਿਵੇਂ ਕਹਿੰਦੇ ਨੇ ਵੀ ਇੱਕ ਮੱਝ ਲਿਬੜੀ ਹੁੰਦੀ ਉਹਨਾਂ ਸਾਰਿਆਂ ਨੂੰ ਲਬੇੜਨਾ ਪਰ ਜਿਹੜਾ ਚੰਦਨ ਨੇ ਨਾ ਉਹਨੂੰ ਚਿੱਕੜ 'ਚ ਵੀ ਰੱਖ ਦੋ ਨਾ ਉਹਦਾ ਨਾਂ ਚੰਦਨ ਹੀ ਵਜਣਾ ਇਸ ਕਰਕੇ ਮਹਾਰਾਜ ਦੇ ਵੇਖੋ ਕਿੱਡੇ ਕਿੱਡੇ ਸਾਰੇ ਫੁੱਲ ਬਾਗੀਆਂ ਉਹਨਾਂ ਨੂੰ ਸ਼ੌਂਕ ਜਿਵੇਂ ਵੀ ਮਤਲਬ ਰਹਿਣੀ ਬਹਿਣੀ ਤੋਂ ਅਗਲਾ ਕਹਿੰਦਾ ਨਾ ਯਾਰ ਤੂੰ ਖਾਨਦਾਨੀ ਬੰਦਾ ਲੱਗਣਾ ਹੈਣਾ ਤੇ ਇੱਕ ਵਕਤ ਤਾਂ ਹੁੰਦਾ ਸਤਾਇਆ ਉਹ ਰੋਲ ਖੋਲ ਜਾਂਦਾ ਹੈਣਾ ਆਲਾ ਕਹਿੰਦਾ ਕੁੜੀ ਇਹ ਲੈਦਾ ਝੂਠ ਹੈ ਕੋਈ ਸਿੱਧਾ ਪੰਜਾਬੀ ਜਣਾ ਇਸ ਕਰਕੇ ਵਾਹਿਗੁਰੂ ਅਕਾਲ ਪੁਰਖ ਜਿਹੜਾ ਆਪਣੇ ਭਗਤਾਂ ਤੇ ਬੰਦਕੀ ਵਾਲਾਂ ਦੀ ਜਿਨ੍ਹਾਂ ਦੀ ਉਹ ਲਾਜ ਰੱਖਦਾ ਉਹ ਫਿਰ ਸਦਾ ਅੰਗ ਸੰਗ ਹੀ ਰਹਿੰਦਾ ਦੂਜਾ ਸਮਝੇ ਨਾ ਸਮਝੇ ਪਰ ਜਿਹੜੇ ਕੋਲ ਰਹਿੰਦੇ ਨੇ ਉਹਨਾਂ ਨੂੰ ਵੀ ਸਮਝ ਡੈਡ ਕਰ ਦਿੰਦਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕੌਣ ਆ ਕਈ ਵਾਰੀ ਵੇਖਿਆ ਨਾ ਅਗਲਾ ਬੰਦਾ ਆਪਣਾ ਨਾਂ ਹੀ ਪੁੱਛੀ ਜਾਂਦਾ ਯਾਰ ਮੈਂ ਕੌਣ ਆ ਕਿੱਥੋਂ ਆਇਆ ਆਪਾਂ ਕਹਿੰਨੇ ਯਾਰ ਛੱਡ ਖੇੜਾ ਇਹ ਤੋਂ ਲੈਣਾ ਕੀ ਏਹੀ ਗੱਲ ਏ ਵੀ ਕਮਲੇ ਤੇ ਸਿਆਣੇ ਚ ਹੁਕਮ ਤੇ ਪਾਣੇ ਚ ਤੇ ਗੱਲ ਟਕਾਣੇ ਚ ਬੜਾ ਔਖਾ ਜੀ ਮਹਾਰਾਜ ਦੇ ਜੀਵਨ ਪੜ੍ਹੀਏ ਮਹਾਰਾਜ ਦੇ ਜਦੋਂ ਆਪਾਂ ਕੋਈ ਉਹਨਾਂ ਦੇ ਕਾਰਨਾਮੇ ਵੇਖਨੇ ਆਂ ਪੁਰਾਣੇ ਬਜ਼ੁਰਗਾਂ ਨੂੰ ਸੁਣੀਂਦਾ ਫਿਰ ਉੱਥੋਂ ਪਤਾ ਲੱਗਦਾ ਵੀ ਹਾਂ ਸੰਤ ਮਹਾਰਾਜ ਕੀ ਚੀਜ਼ ਸਨ ਰਾੜਾ ਸਾਹਿਬ ਵਾਲੇ ਤੇ ਇਹ ਥਾਂ ਰੜਾ ਸੀ ਲਬਜਾਂ ਚੋਂ ਲਬਜ ਨਿਕਲਦਾ ਪਰ ਵੇਖੋ ਅੱਜ ਵਰਲਡ 'ਚ ਨਾ ਐ ਇੱਥੇ ਐਮਪੀ 'ਚ ਇੱਕ ਬੰਦਾ ਮਿਲਿਆ ਸੀ ਪਿਛਲੀ ਵਾਰੀ ਸਵਾਲ ਚ ਇੱਤੇ ਆਇਆ ਇੱਥੇ ਸਿੱਖ ਸੱਜਣ ਸੀ ਤੇ ਕੋਈ ਉੱਥੇ ਐਮਪੀ ਦੀ ਜਗ੍ਹਾ ਮਿਲ ਗਈ ਤੇ ਉਹਦਾ ਨਾ ਕਾਰੋਬਾਰ ਥੱਪ ਥੱਪ ਹੋ ਗਿਆ ਥੋੜਾ ਜਿਹਾ। ਜੀ। ਤੇ ਉਹਨਾਂ ਦਾ ਜਿਹੜਾ ਕੋਈ ਜਿਹੜੀ ਕੁੜੀ ਉਹਨਾਂ ਦੇ ਵਿਆਹੀ ਸੀ ਇੱਥੇ ਇਲਾਕੇ 'ਚੋਂ ਨੇੜੇ ਤੇੜੇ ਕਿਉਂਕਿ ਮਹਾਰਾਜ ਦਾ ਇੱਧਰ ਸਾਰੇ ਥਾਂ 'ਵਰਲਡ' 'ਚ ਕਲਕੱਤੇ ਵੀ ਮਹਾਰਾਜ ਦਿੱਲੀ ਵੀ ਬੰਬਈ ਵੀ ਸਾਰੇ ਥਾਂ ਤੇ ਜਾਂਦੇ ਰਹੇ ਨੇ ਕਿਉਂਕਿ ਜਿੱਥੇ ਕਿਉਂਕਿ ਸਾਧੂ ਦੀ ਧਰਤੀ ਆਪੇ ਸਗਲ ਤਰਤ ਸ੍ਰਿਸ਼ਟ ਦਾ ਮਾਲਕ ਉਹ ਕਿ ਨਹੀਂ ਇਹਦੇ ਤੂੰ ਮੈਂ ਮੈਂ ਅੱਜ ਮਹਾਰਾਜ ਨੂੰ ਮੈਂ ਬੁਲਾ ਲਿਆ ਮੈਂ ਆ ਗਿਆ ਚਾਰ ਕੋ ਪੰਜ ਉਹ ਮਾੜਾ ਮੋਟਾ ਛੱਕ ਛਕਾ ਕੇ ਬਾਅਦ ਚਾ ਗਏ ਆ ਬਾਬਾ ਜੀ ਦੇ ਯ ਪਤਾ ਨਹੀਂ ਮਿਲੇਗਾ ਕਿ ਨਹੀਂ ਬਾਬਾ ਜੀ ਬਸ ਨੁਕਸਾਨ ਖਰਚਾ ਕਰਾ ਗਏ ਨੇ ਹਨਾ ਪਰ ਜਿਨ੍ਹਾਂ ਨੂੰ ਸ਼ਰਧਾ ਹੁੰਦੀ ਹੈ ਨਾ ਉਹਨਾਂ ਅੰਦਰ ਗਰਦਾ ਨਹੀਂ ਹੁੰਦਾ ਉਹ ਪੂਰਨ ਕਰ ਦਿੰਦੇ ਤੇ ਉਹ ਬੰਦਾ ਕਹਿੰਦਾ ਵੀ ਮੇਰੇ ਕਾਰੋਬਾਰ ਚ ਥੋੜਾ ਜਿਹਾ ਠੱਪ ਹੋ ਗਿਆ ਇਸ ਤਰ੍ਹਾਂ ਇਸ ਤਰ੍ਹਾਂ ਤੇ ਕਹਿੰਦਾ ਵੀ ਬਸ ਹੌਰਤ ਨਹੀਂ ਕਹਿੰਦਾ ਨਾਲ ਦਾ ਮੇਰੇ ਨਾਲ ਜਿਹੜਾ ਕਪੈਨ ਕਪੈਨਾਂ ਚ ਜਾਂਦੇ ਨੇ ਨਾ ਬੰਦੇ ਜਿਵੇਂ ਆਪਣੇ ਪੰਜਾਬ ਤੋਂ ਵੀ ਜਾਂਦੇ ਨੇ ਉਹ ਮਹਾਰਾਜ ਨੂੰ ਮੰਨਦਾ ਹੈ ਉਹ ਕਹਿੰਦਾ ਵੀ ਭਾਈ ਇਸ ਤਰ੍ਹਾਂ ਵੀ ਚੱਲ ਤੂੰ ਰਾੜੇ ਵਾਲਿਆਂ ਦਾ ਨਾਮ ਜਿੱਦਾਂ ਸਿੱਧੀ ਜੀ ਬੋਲੀ ਹੈ ਕਹਿੰਦਾ ਰਾੜੇ ਵਾਲਿਆਂ ਨੂੰ ਧਿਆਲਾ ਵੀ ਕਿਤੇ ਵੇਖੀਏ ਮੰਨਣ ਦੀ ਗੱਲ ਹੈ ਹੁਣ ਬੰਦਾ ਵੀ ਉਹ ਉਹ ਬੰਦੇ ਦੇ ਦਰਸ਼ਨ ਕੀਤੇ ਨੇ ਜੀ ਇਹ 3 ਸਾਲ ਪੁਰਾਣਾ ਡਾਟਾ ਤੇ ਉਹ ਬੰਦਾ ਆਪ ਕਹਿੰਦਾ ਕਹਿੰਦਾ ਬਾਬਾ ਜੀ ਮੈਨੂੰ ਕਾਰੋਬਾਰ ਦੇ ਨਹੀਂ ਪਤਾ ਲੱਗਦਾ ਵੀ ਕੀ ਹੈ ਕਹਿੰਦਾ ਉਸੇ ਟਾਈਮ ਪਤਾ ਨਹੀਂ ਕਿਸ ਰੂਪ ਚ ਕਿਹੜਾ ਬੰਦਾ ਆਇਆ ਕੋਈ ਮਾਇਆ ਦਾ ਲੈਣ ਦੇਣ ਸੀ ਹੁਣ ਸਾਰਾ ਚੜ੍ਹਦੀ ਕਲਾ ਸਾਲ ਦੀ ਕਲਾ ਤੇ ਉਹ ਵਰਸੀ ਤੇ ਵੀ ਇੱਥੇ ਇੱਕ ਦੋ ਵਾਰ ਹੀ ਮਿਲਿਆ ਸੰਗ ਨੂੰ ਕਹਿਣ ਦਾ ਭਾਵੇਂ ਗੱਲਾਂ ਵੇਖੋ ਗੱਲ ਉਸ ਦੀ ਕੀਤੀ ਜਾਂਦੀ ਏ ਜਿੱਥੇ ਕੋਈ ਜਲਵਾ ਹੋਵੇ ਅੱਜ ਕੱਲ੍ਹ ਕਿਸ ਬੰਦੇ ਦਾ ਨਾਮ ਹੈ ਇੱਕ ਸਟਾਰ ਮਾਰਦਾ ਜਿਹਨੇ ਨਹੀਂ ਉਹ ਕਹਿੰਦਾ ਜਿਹਨੇ ਕੁੱਤੇ ਦੇ ਥੋਟੀ ਨਹੀਂ ਮਾਰੀ ਉਹ ਸਾਰਿਆਂ ਨੂੰ ਫਿਰ ਉਹ ਖੱਬੀਖਾਨ ਬਣ ਜਾਂਦਾ ਕਈ ਬੰਦੇ ਐਸੇ ਨੇ ਉਸਤਤ ਵੇਖ ਕੇ ਜੁੜਦੇ ਨੇ ਕਈ ਐਸੇ ਨੇ ਜਿਹੜੇ ਫੁਰਸਤ ਵੇਖ ਕੇ ਜੁੜਦੇ ਨੇ ਕਈ ਐਸੇ ਨੇ ਜਿਹੜੇ ਜੜਮਾਂ ਤੋਂ ਹੀ ਰੜਦੇ ਨੇ ਫਿਰ ਉਹਨਾਂ ਨੂੰ ਪੰਜੇ ਵਾਂਗੂ ਰੱਖ ਲੈਂਦਾ ਸਮਝਦੇ ਨਾ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਇਹ ਭਗਤਾਂ ਸੰਤਾਂ ਨੂੰ ਅਵਤਾਰਾਂ ਪੁਰਖਾਂ 'ਚ ਕਿਤੇ ਤੇ ਕਿਤੇ ਜਨਮ ਲੈ ਕੇ ਕੱਲਦਾ ਕਿੰਨੇ ਸਾਲ ਹੋ ਗਏ ਨੇ ਮਹਾਰਾਜ ਨੂੰ 10 35 75 ਤੇ ਗਏ ਨੇ ਆ ਪੈਂਤਵੀ ਪਤਾ ਨਹੀਂ ਸੈਂਤਵੀ ਵਰਸੀ ਸੀ 37 ਸਾਲ ਹੋ ਗਏ ਹੈ 39ਵੀ ਹੈਣਾ ਅੱਜ ਤੱਕ ਵੀ ਨਾਂ ਚੱਲਦਾ ਨਹੀਂ ਤੇ ਆ ਦੂਜੇ ਦਿਨ ਕਸ਼ਟ ਹੁੰਦੀ ਕਿਸੇ ਦੀ ਜਾਂ ਡਮਰੂ ਵੱਜ ਜਾਂਦੇ ਨੇ ਕਾਰਨ ਕੀ ਏ ਬਰਕਤ ਵੇਖੋ ਉਸ ਚੀਜ਼ ਦੀ ਹਰਕਤ ਵੇਖੋ ਵੀ ਅੰਦਰ ਕੀ ਹੈ ਤਾਕਤ ਜਿਹੜੀ ਹੈ ਨਾ ਬਾਬਾ ਉਹਦੀ ਕਥਣੀ ਨਹੀਂ ਜਿਵੇਂ ਤੁਸੀਂ ਪਹਿਲਾਂ ਹੀ ਆਖੇ ਸੀ ਨਾ ਵੀ ਇਹ ਤੇ ਹੁਣ ਆਪਾਂ ਚਲੋ ਸੋਭਾ ਸੰਗਤ ਹੈ ਦੋ ਜਣਿਆਂ ਦੀ ਵੀ ਉਨੀ ਸੰਗਤ ਹੈ ਭਾਵੇਂ ਮਹਿਫਲ ਹਜ਼ਾਰਾਂ ਦੀ ਲੱਗੀ ਹੋ ਜੇ ਮਾਨੀ ਨਹੀਂ ਲੱਗਦਾ ਉਹ ਤਾਂ ਫਿਰ ਉਹ ਉਹ ਜਿਵੇਂ ਕਹਾਵਤ ਜੀਏ ਕਿਸੇ ਨੇ ਕੋਈ ਦਾਣਾ ਪਾਤਾ ਕੀੜੀਆਂ ਤਾਂ ਤੇ ਕੀੜੀਆਂ ਮਿੰਟ ਚ ਇਕੱਠੀਆਂ ਹੋ ਗਈਆਂ ਉਹ ਕਹਿੰਦਾ ਯਾਰ ਇੱਥੇ ਤੇ ਕੁਝ ਵੀ ਨਹੀਂ ਸੀ ਕਹਿੰਦਾ ਇਹਨਾਂ ਦਾ ਸਬੰਧ ਦਾਣੇ ਨਾਲ ਤੇ ਮਿੱਠੇ ਨਾਲ ਸੀ ਉਹੀ ਇੱਕ ਸਾਧੂ ਗਿਆ ਪਤਾ ਕੁਛ ਨਹੀਂ ਰੜੇ ਥਾਂ ਤੇ ਬਹਿ ਗਿਆ ਬਾ ਜਿਹੜੇ ਪਹੁੰਚਣ ਵਾਲੇ ਨੇ ਜਾਂ ਕੋਈ ਚਾਹ ਬੰਦ ਨੇ ਫਿਰ ਆਟੋਮੈਟਿਕ ਹੀ ਇਕੱਠੇ ਕਰ ਲੈਂਦਾ ਇੱਕ ਮਦ ਉਹ ਉਹੀ ਗੱਲ ਹੁਣ ਦੁਨਿਆਵੀ ਆ ਜਾਂਦੀ ਇੱਕ ਮਦਾਰੀ ਏ ਇੱਕ ਭੰਡਾਰੀ ਏ ਇੱਕ ਲਖਾਰੀ ਏ ਤੇ ਤੀਜਾ ਇੱਕ ਜਵਾਰੀ ਏ ਇੱਕ ਸੰਸਾਰੀ ਏ ਇੱਕ ਕਰਤਾਰੀ ਏ ਇਹ ਤੋਕ ਨਹੀਂ ਇਹ ਹਕੀਕਤ ਏ ਬਿਆਨ ਉਸ ਚੀਜ਼ ਚ ਹੁੰਦੇ ਨੇ ਜਿੱਥੋਂ ਕੋਈ ਕੇਂਦਰ ਜੁੜਿਆ ਹੋਵੇ ਰਾਣਾ ਸਾਹਿਬ ਤੋਂ ਕਿੱਡੇ ਕਿੱਡੇ ਨੇ ਮਤਲਬ ਮਹਾਤਮਾ ਵੀ ਜਾਂ ਹੋਰ ਜਿਹੜੇ ਸੰਪਰਤਾ ਨਾਲ ਜੁੜੇ ਨੇ ਬਾਹਰ ਸੇਵਾਵਾਂ ਕਰਾਉਂਦੇ ਨੇ ਤੁਸੀਂ ਫੋਰਮ 'ਚ ਜਾ ਕੇ ਵੇਖ ਲਓ ਜਿੱਥੇ ਮਹਾਰਾਜ ਨੇ ਸਰੀਰ ਛੱਡਿਆ ਸੀ ਇੰਗਲੈਂਡ 'ਚ ਸੁਣਿਆ ਹੀ ਐ ਦਰਸ਼ਨ ਤੇ ਕੀਤੇ ਨਹੀਂ ਉਹ ਬੰਦੇ ਦੀ ਉਸ ਬੰਦੇ ਦਾ ਜੀਵਨ ਵੇਖ ਲਓ ਯਾਰ ਕਹਿੰਦੇ ਸੀ ਉਹ ਗੈਂਗਸਟਰ ਸੀ ਉਹ ਸਮੇਂ ਦਾ ਹਾਂ ਸਦਾਗਰ ਸਿੰਘ ਉਹਦਾ ਨਾਮ ਕਿਵੇਂ ਉਹਦਾ ਜੀਵਨ ਜੀਵਨ ਤੋਂ ਬਦਲਾ ਬਦਲਾ ਆਇਆ ਕਿ ਨਹੀਂ ਕਹਿਣ ਦਾ ਭਾਵ ਇਹ ਵੀ ਇਹ ਗੱਲਾਂ ਇੱਕ ਹੁੰਦੀਆਂ ਨੇ ਵੀ ਸੁਣੀਆਂ ਸੁਣਾਈਆਂ ਹੁਣ ਜੇ ਇੱਕ ਕਹਿ ਦਈਏ ਵੀ ਯਾਰ ਮਹਾਰਾਜ 10ਵੇਂ ਪਾਸ਼ਾ ਦੇ ਚਾਰ ਪੁੱਤਰ ਸਨ ਕਹਿੰਦੇ ਮਿਸਾਲ ਕੀ ਹੈ ਤੇ ਜਿਹੜਾ ਸਿਆਣਾ ਬੰਦਾ ਹੈ ਨਾ ਉਹ ਕਹਿੰਦਾ ਗੱਲ ਸੁਣ ਜਿੱਦਣ ਤੇਰੇ ਫਾਨਾ ਠੁਗਿਆ ਨਾ ਮੈਨੂੰ ਲੱਗਦਾ ਤੈਨੂੰ ਦੱਸਣ ਦੀ ਲੋੜ ਨਹੀਂ ਤੂੰ ਆਪ ਹੀ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਮੱਥਾ ਟੇਕੇਂਗਾ ਇਸ ਕਰਕੇ ਉਹੀ ਵਚਨ ਆਉਂਦਾ ਵੀ ਕਈਆਂ ਨੂੰ ਤੇ ਪਿੰਡ ਵਾਲੇ ਡਾਕਟਰ ਦੀ ਰਾਸ ਦਵਾਈ ਆ ਜਾਂਦੀ ਹੈ ਜੀ ਤੇ ਕਈਆਂ ਨੂੰ ਜਿਨ੍ਹਾਂ ਨੇ ਜ਼ਿਆਦਾ ਜਿਆ ਇੱਥੋਂ ਠੱਗੀ ਮਾਰੀ ਉੱਥੋਂ ਮਾਰੀ ਜਿਵੇਂ ਆਪਾਂ ਕਹਿੰਦੇ ਯਾਰ ਬਰਕਤ ਨਹੀਂ ਪੈਣਦੀ ਕੁਝ ਬਣਿਆ ਨਹੀਂ ਕੁਛ ਫਿਰ ਉਹ ਵਾਲੇ ਦੁਆਲੇ ਮਾਲਕ ਤੇ ਹੁੰਦਾ 100 ਕਿੱਲੇ ਦਾ ਹੀ ਉਹ ਫਿਰ ਘੁੰਮਦਾ ਪਰ ਜਦੋਂ ਉਹਦਾ ਪੂਰਾ ਅੰਜਲ ਜਿਹੜਾ ਟਾਈਮ ਟੇਬਲ ਮਿਕਸ ਹੋ ਕੇ ਉਹ ਸਮੇਂ ਨੇ ਉੱਥੇ ਲਿਆਉਣਾ ਹੁੰਦਾ ਫਿਰ ਉਹ ਕਹਿ ਦਿੰਦਾ ਯਾਰ ਹੁਣ ਇਸ ਟਾਈਮ ਦੀ ਇੱਕ ਟਾਈਮ ਦੀ ਰੋਟੀ ਹੀ ਮਿਲ ਜੇ ਬਸ ਬਹੁਤ ਹੈ ਸਕੂਨ ਚਾਹੀਦਾ ਗੱਲ ਇਹੀ ਏ ਕਿ ਮਹਾਰਾਜ ਸੰਤਾਂ ਮਹਾਂਪੁਰਖਾਂ ਦੀ ਸਾਧੂਆਂ ਦੀ ਸੰਗਤ ਕਰਕੇ ਹੀ ਹੁੰਦਾ ਬੰਦਕੀ ਵਾਲਿਆਂ ਦਾ ਵੀ ਬਸ ਰਿਲੈਕਸ ਹੋਮਾਚ ਸੁਣ ਇਹ ਮੈਂ ਨਹੀਂ ਹੁਣ ਤੁਸੀਂ ਇੱਥੇ ਬੈਠੇ ਹੋ ਤੁਸੀਂ ਆਪ ਹੀ ਦੱਸੋ ਕਿਸੇ ਨੂੰ ਕਹਿ ਕੇ ਤੇ ਬੜਾ ਸੁਹਣਾ ਹੁੰਦਾ ਵੀ ਕਿਵੇਂ ਲੱਗਨਦਿਆ ਮੈਂ ਤਾਂ ਇਹਨੇ ਜੋਗ ਵੀ ਨਹੀਂ ਥਾਂ ਮੈਨੂੰ ਤਾਂ ਪਤਾ ਵੀ ਨਹੀਂ ਕੁਦਰਤੀ ਮੈਂ ਕਿਹੜਾ ਤੁਹਾਡਾ ਨਾ ਪਲੈਨਿੰਗ ਕਰਕੇ ਆਇਆ ਹੈ ਹਣਾ ਸਭ ਲਿਖਿਆ ਹੋਣਾ ਤੂੰ ਉਥੋਂ ਤੁਰਿਆ ਸਾਰਾ ਸਿਸਟਮ ਤੁਰਿਆ ਮੈਂ ਕੁਦਰਤੀ ਆਉਣਾ ਹੀ ਰਾਜ ਮੈਨੂੰ ਦੋ ਵਾਰੀ ਤੂੰ ਮਿਲਿਆ ਹੈਨਾ ਅੱਛਾ ਤੇਰਾ ਤੁਸੀਂ ਪਹਿਲੀ ਵਾਰ ਇੱਥੇ ਆਏ ਸੀ ਕਿ ਮੈਂ ਚਾਹੁੰਦਾ ਵੀ ਉਹ ਸਾਰੀ ਉਦੋਂ ਮੈਂ ਫਸਟ ਟਾਈਮ ਮੈਨੂੰ ਇੱਥੇ ਕੋਈ ਸੱਜਣ ਹੀ ਲੈ ਕੇ ਆਉਣ ਵਾਲਾ ਮੈਂ ਆਪ ਨਹੀਂ ਆਇਆ ਅਸਲ ਮੈਂ ਵੀ ਨਹੀਂ ਕਿਸੇ ਨੂੰ ਪਹਿਲਾਂ ਮੰਨਦਾ ਸਾਂ ਮੇਰਾ ਵੀ ਜੀਵਨ ਨਹੀਂ ਮੈਂ ਇਹੀ ਸਮਝਦਾ ਹਾਂ ਮੈਂ ਵੀ ਇਹ ਚਿੱਟ ਕਿਪੜੀ ਇਸ ਤਰ੍ਹਾਂ ਹੀ ਹੁੰਦੇ ਨੇ ਜੀ ਪਰ ਜਦੋਂ ਹੁਣ ਆਪ ਵੇਖ ਲਓ ਖੱਦਰ ਦਾ ਮੈਂ ਆਪ ਥੋੜਾ ਵਕਤ ਨਹੀਂ ਪਵਾਇਆ ਪਵਾਦ ਤਾਂ ਵੈਗੁਰੂ ਨੇ ਕਹਿੰਦੇ ਸਾਰਾ ਕੁਸ਼ਣ ਆਇਆ ਪਿਛਲੀ ਲਾਈਫ ਚਲੋ ਗੁਪਤ ਪੈਰਾ ਰਹਿਣ ਦੋ ਦੱਸਣ ਨਹੀਂ ਸਭ ਡਾਟਾ ਵੈਗੁਰੂ ਦੀ ਕਿਰਪਾ ਪਰ ਮਤਲਬ ਯਾਰ ਕਿਸੇ ਦੇ ਹੱਥ ਕਿਸੇ ਦਾ ਜੀਵਨ ਨਹੀਂ ਸਮਾਂ ਤੇ ਵਕਤ ਐ ਹੋਜੀ ਤਾਕਤ ਤੇ ਨਾ ਪਤਾ ਹੀ ਨਹੀਂ ਲੱਗਦਾ ਕਿੱਥੋਂ ਕੀ ਹੋਣਾ ਹੁਣ ਅੱਜ ਕੱਲ ਬੋਲਿਆ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਤੇ ਵੀ ਕਰਨਾ ਕੱਲੂ ਆਪਣੇ ਤੇ ਕਿੰਤੂ ਪਰਿੰਤੂ ਵੀ ਹੋ ਸਕਦਾ ਵੀ ਯਾਰ ਇਹ ਨਵਾਂ ਹੀ ਉੱਠ ਗਿਆ ਕੋਈ ਗੱਲ ਨਹੀਂ ਜੇ ਉਹ ਚਾਵੇ ਇੱਕ ਸੈਕਿੰਡ ਨਹੀਂ ਲਾਵੇ ਜੇ ਉਹ ਨਾ ਚਾਵੇ ਭਾਵੇਂ ਵਰਲਡ ਲੈਵਲ ਤੇ ਕੱਪ ਖੇਢੀ ਜੋ ਭਾਵੇਂ ਵੱਡੀਆਂ ਟੀਮਾਂ ਨਾਲ ਤੁਸੀਂ ਐਗਰੀਮੈਂਟ ਸਾਈਨ ਕਰ ਲਓ ਹਾ ਹੁਣ ਹੀ ਦਿਆ ਕੀ ਆ ਵੇਖੋ ਇੰਡਸਟਰੀਆਂ ਸਾਰਿਆਂ ਚ ਬਣਨ ਕੀ ਦਿਆ ਵੱਡੇ ਵੱਡੇ ਚੀਜ਼ਾਂ 'ਚ ਵੇਖ ਨਹੀਂਦੇ ਆ ਇਹ ਤੇ ਮੈਂ ਵੀ ਨਹੀਂ ਗੁਰਨਾਨ ਨਾਨਕ ਸਾਹਿਬ ਨੇ ਤੇ ਪਹਿਲਾਂ ਹੀ ਕਹਿ ਤਾ ਸਾਡੇ 550 ਸਾਲ ਨਾਨਕ ਦੁਖੀ ਆ ਸਭ ਸੁਖੀ ਆ ਜੋ ਜਿਹਦੇ ਅੰਦਰ ਪਰਮੇਸ਼ਰ ਦਾ ਨਾਮ ਹੈ ਨਾ ਉਹੀ ਗੱਲ ਵੀ ਜਿੱਥੇ ਉਹਨੂੰ ਬਿਠਾ ਦੋ ਨਾ ਉੱਥੇ ਵੀ ਉਨੀ ਪਾਵਰ ਹੈ ਜਿੱਥੇ ਨਾਮ ਉਥੇ ਬਿਠਾਓ ਸੱਚ ਇੱਕ ਵਜਨ ਹੋਰ ਆਦਾ ਆ ਮਹਾਰਾਜ ਕਹਿੰਦੇ ਨੇ ਵੀ ਗੁਰਨਾਨ ਨਾਨਕ ਸਾਹਿਬ ਦੀ ਸਾਖੀ ਸੁਣਾਉਂਦੇ ਨੇ ਵੀ ਰਾਜਾ ਸੀ ਕੋਈ ਸੰਤ ਇੱਥੇ ਸੀ ਹਾਂ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਬਾਬਾ ਇਸ਼ਰ ਸਿੰਘ ਜੀ ਉਹ ਕਹਿੰਦੇ ਵੀ ਮਹਾਰਾਜ ਗਏ ਤੇ ਉਹ ਉਸ ਸਮੇਂ ਚ ਗੁਜ਼ਰ ਰਹੇ ਨੇ ਮਰਦਾਨਾ ਕਹਿੰਦਾ ਵੀ ਵੇਹ ਮਹਾਰਾਜੇ ਕਮਾਲ ਏ ਵੀ ਇੱਥੇ ਠਾਠਾ ਬਾਗਾ ਕਿਵੇਂ ਆਪਾਂ ਨੂੰ ਤਾਂ ਸਾਰੀ ਉਮਰ ਹੀ ਐਵੇਂ ਨੰਗ ਹੀ ਏ ਵੀ ਬਾਬੇ ਨੇ ਨਾ ਟਾਈਮ ਸਿਰ ਪ੍ਰਸ਼ਾਦਾ ਦਿੱਤਾ ਤੇ ਨਾ ਹੀ ਟਾਈਮ ਸਿਰ ਕੁਝ ਵੇਖਾਤਾ ਮਹਾਰਾਜ ਉਸਨੇ ਬੋਰਡ ਸੀ ਬਾਹਰ ਰਖਤਾਂ ਆਮ ਪਿੰਡਾਂ ਚ ਪਹਿਲਾਂ ਇੱਕ ਫਿਰਨੀ ਹੁੰਦੀ ਸੀ ਉੱਥੇ ਕੋਈ ਦਰਖਤ ਲਾਇਆ ਜਾਂਦਾ ਸੀ ਚੌਂਤਰਾ ਬਣ ਜਾਂਦਾ ਸੀ ਜਾਂ ਉੱਥੇ ਖੂਹ ਹੁੰਦਾ ਸੀ ਜਾਂ ਉਹ ਨਲਕਾ ਹੁੰਦਾ ਸੀ ਹੁਣ ਤੇ ਅੱਜ ਕੱਲ ਦਾ ਸਿਸਟਮ ਦਾ ਪਤਾ ਹੀ ਨਹੀਂ ਅੱਜ ਕੱਲ ਅਸੀਂ ਗ੍ਰੈਜੂਏਟ ਬੜੇ ਆਪਣੇ ਮਾਈਂਡ ਪਲੱਸ ਬਣ ਗਏ ਆ ਵੀ ਸਾਡਾ ਮਾਈਂਡ ਐਡਾ ਹੈ ਵੀ ਅਸੀਂ ਉਹਨੂੰ ਵੀ ਜਿੰਨੇ ਬਣਾਇਆ ਉਹਨੂੰ ਵੀ ਡੱਡ ਸਮਝੰਦੇ ਆ ਪਰ ਆਉਣਾ ਫੇਰ ਉੱਥੇ ਪੈਂਦਾ ਰੋਹ ਵਿਚਾਰ ਉਹ ਕਹਿੰਦੇ ਵੀ ਜਦੋਂ ਮਹਾਰਾਜਾ ਆ ਕੇ ਕਹਿੰਦੇ ਮਰਦਾਨੇ ਇਸ ਤਰ੍ਹਾਂ ਕਰ ਚੰਗਾ ਫਿਰ ਤੂੰ ਵੀ ਜਾਂ ਮਾੜਾ ਮੋਟਾ ਵੀ ਸ਼ਹਿਰ ਚ ਜਾਇਆ ਮਹਾਰਾਜ ਸੁਣਾਉਂਦੇ ਨੇ ਉੱਥੇ ਰਾਜੇ ਦਾ ਦਰਬਾਰ ਸੀ ਬੜਾ ਤਗੜਾ ਤੇ ਉਸ ਰਾਜ ਦੇ ਘਰ ਸੁਲਤਾਨ ਨਹੀਂ ਸੀ ਉਹ ਬਥੇਰੇ ਅੱਗੇ ਵੀ ਸੰਤਾਂ ਮਹਾਂਪੁਰਖਾਂ ਦਾ ਚਾਹ ਬੰਦ ਸੀ ਤੇ ਹੁੰਦਾ ਹੀ ਇਹ ਇੱਛਾ ਕਿਉਂ ਸੁਲਤਾਨ ਪਿੱਛੇ ਬੰਦਾ ਭਾਵੇਂ ਮਾੜੇ ਤੋਂ ਮਾੜਾ ਤਗੜੇ ਤੋਂ ਤਗੜਾ ਅਗਲਾ ਕਹਿੰਦਾ ਮੇਰੀ ਕੋਈ ਕੋਲ ਪਲਟੀ ਹੋਵੇ ਹਨਾ ਸਹਾਰਾ ਲੈਂਦਾ ਹਰਕ ਨੂੰ ਹਰਕ ਦਾ ਸਹਾਰਾ ਹੁੰਦਾ ਉਹ ਜਦੋਂ ਉੱਥੇ ਗਏ ਤੇ ਉਹ ਉਹਨੇ ਵੇਖਿਆ ਤੇ ਉਹ ਸਾਹਮਣੇ ਜਿਹੜਾ ਉਹ ਉਹਦਾ ਦੁਕਾਨਦਾਰ ਸੀ ਜਾਂ ਉਹਦਾ ਨੌਕਰ ਚਾਕਰ ਸੀ ਉਹ ਲੈ ਕੇ ਜਾਂਦਾ ਸੀ ਉਹਨੇ ਵੇਖਿਆ ਵੀ ਅੱਜ ਰਾਜਾ ਥੋੜਾ ਜਿਆਦਾ ਸਵੇਰ ਦਾ ਹੀ ਇਸ ਤਰ੍ਹਾਂ ਵੀ ਇਹ ਕੋਈ ਲੱਗਦਾ ਫਕੀਰ ਹੈ ਇਨੂੰ ਮੈਂ ਮਹਿਲ ਨਾਲ ਲੈ ਕੇ ਜਾਵਾਂ ਉਹ ਜਦੋਂ ਗੱਲਾਂ ਬਾਤਾਂ ਹੋ ਗਈਆਂ ਮਰਦਾਨੇ ਮਰਦਾਨੇ ਕੋਲ ਆ ਗਿਆ ਗੱਲਬਾਤ ਸ਼ੁਰੂ ਕੀਤੀ ਕਹਿੰਦੇ ਤੁਸੀਂ ਕੌਣ ਹੋ ਕਹਿੰਦੇ ਜੀ ਮੈਂ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦਾ ਰਬਾਬੀ ਕੀਰਤਨ ਉਹ ਅਲਾਹੀ ਬਾਣੀ ਦਾ ਕੀਰਤਨ ਕਰਦੇ ਨੇ ਤੇ ਮੈਨੂੰ ਆਪਣੀ ਤਾਕਤ ਨਾਲ ਸੁਰਾਂ ਦਾ ਗਿਆਨ ਤੇ ਮੈਂ ਉਹਨਾਂ ਦਾ ਰਬਾਬ ਵਜਾਉਣਾ ਜਦੋਂ ਪਾਤਸ਼ਾਹ ਦਾ ਨਾਮ ਲਿਆ ਉਹਨੇ ਪਹਿਲਾ ਪ੍ਰਕਰਮਾ ਕੀਤੀਆਂ ਵੇਖੋ ਉਸ ਬੰਦੇ ਦੀਆਂ ਕਿੱਡੀਓ ਚਪਾ ਬਣਾ ਹੋਏਗੀ ਜਿਹਦੇ ਰਾਜੇ ਦੇ ਅੰਦਰ ਇਟਾ ਦਰਦੇ ਉਹ ਕਹਿੰਦੇ ਨੇ ਵੀ ਸਿੱਧਾ ਜਾ ਬਜਣੇ ਜੇ ਤੁਹਾਡੇ ਅੰਦਰ ਕੋਈ ਤਾਕਤ ਹੈ ਨਾ ਘਰ ਦੇ ਵਿੱਚ ਕੋਈ ਰੂਹ ਏ ਜੀ ਬੰਦਕੀ ਵਾਲੀ ਜਾਂ ਕੋਈ ਪਿਛਲੇ ਜਨਮ ਦਾ ਕੋਈ ਤਾਪ ਏ ਆਟੋਮੈਟਿਕ ਹੀ ਉਹ ਕਿਤੇ ਤੇ ਕਿਤੇ ਉਹ ਵੀ ਪ੍ਰਗਟੇਗਾ ਉਹਨੇ ਪ੍ਰਕਰਮਾ ਕੀਤੀਆਂ ਮਰਦਾਨੇ ਨੂੰ ਨਮਸਕਾਰ ਕੀਤੀ ਕਹਿੰਦਾ ਜੀ ਪਹਿਲਾਂ ਇਸ ਤਰ੍ਹਾਂ ਕਰੋ ਤੁਹਾਨੂੰ ਮੈਂ ਆਪਣੇ ਰਾਜਾ ਸਾਹਿਬ ਨਾਲ ਮਲਾਉਣਾ ਉਹ ਇਹਨਾਂ ਨਾਲ ਮਿਲਿਏ ਅੱਗੋ ਰਾਜਾ ਵੀ ਬੜਾ ਇਸ ਤਰ੍ਹਾਂ ਹੈ ਜਦੋਂ ਵੇਖਿਆ ਜਲਾਲ ਕੀਤਾ ਵੀ ਹਾਂ ਕਹਿੰਦੇ ਜੇ ਉਹਨੇ ਦੱਸਿਆ ਇਹੂ ਕਾਰਨ ਵੀ ਕਹਿੰਦੇ ਵੀ ਮਹਾਰਾਜ ਇਸ ਤਰ੍ਹਾਂ ਇਸ ਤਰ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਰਬਾਬੀ ਇਹ ਮਤਲਬ ਕੀਰਤਨੀ ਸਾਜ਼ ਵਜਾਉਂਦੇ ਨੇ ਤੇ ਉਹ ਇਲਾਹੀ ਬਾਣੀ ਦਾ ਜਦੋਂ ਇੰਨੀ ਗੱਲ ਕੀਤੀ ਤੇ ਰਾਜਾ ਵੀ ਉੱਠਿਆ ਉਹ ਕਹਿੰਦਾ ਵੀ ਇਸ ਤਰ੍ਹਾਂ ਕਰ ਵੀ ਕਿੱਥੇ ਆਏ ਨੇ ਮਹਾਰਾਜ ਉੱਥੇ ਜਦੋਂ ਆਏ ਤੇ ਉਹ ਉਸੇ ਟਾਈਮ ਤੁਰ ਪਿਆ ਨਾਲ ਤੇ ਮਹਾਰਾਜ ਨੂੰ ਲੈ ਕੇ ਆਏ ਤੇ ਉੱਥੇ ਜਦੋਂ ਦੂਜੇ ਦਿਨ ਨਾ ਇੱਕ ਰਾਜਿਆਂ ਦਾ ਆਪਣਾ ਬੇਮਾਨ ਹੁੰਦਾ ਉਹ ਕਹਿੰਦੇ ਵੀ ਕੁਝ ਹੋ ਜੇ ਜਿਵੇਂ ਆਪਾਂ ਸਿੱਧਾ ਜੇ ਕਹਿ ਦੀ ਵੀ ਅੱਜ ਖੁਸ਼ੀ ਹੈ ਕੋਈ ਜਸ਼ਨ ਹੋ ਜੇ ਹਨਾ ਬੰਦਾ ਕਰਦਾ ਹੀ ਖੁਸ਼ੀ ਦਾ ਮਾਰ ਤੇ ਉਹ ਸਮੇ ਉਹਨੇ ਦਰਬਾਰੀ ਸੰਤਰੀ ਮੰਤਰੀ ਹੋਰ ਵੀ ਰਾਜੇ ਸੱਦੇ ਜੀ ਕਈ ਤੇ ਸ਼ਰਦਾ ਬਾਣ ਸਣ ਤੇ ਕਈ ਗਰਦਾ ਬਾਣ ਸਣ ਤੇ ਕਈ ਪਰਦਾ ਬਾਣ ਸਣ ਹੁਣ ਗੁਰੂ ਨਾਨਕ ਤੇ ਉਹ ਹੋਵੇ ਜਿਹਦੇ ਕੋਲ ਕਈ ਕੋਹ ਦੀ ਗੱਲ ਵੀ ਅੰਦਰ ਹੈ ਤੇ ਕਈ ਅੰਦਰ ਦੀ ਗੱਲ ਵੀ ਸੂਖਮ ਤੋਂ ਸੂਖਮ ਹੈ ਜੀ ਉਹਨਾਂ ਅੱਗੇ ਕੀ ਆਪਾਂ ਪਰਦਾ ਪਾ ਲਾਂਗੇ ਉਹ ਜਦੋਂ ਗਏ ਉੱਥੇ ਬਿਠਾਇਆ ਤੇ ਇੱਕ ਨਾ ਰਾਜਾ ਸਿੱਧਾ ਪੁਆਇੰਟ ਤੇ ਆਵਾ ਜਾਦੀ ਨਾ ਉਹ ਹੁੰਦਾ ਸੀ ਉਹ ਥੋੜਾ ਸ਼ੰਕੀ ਪਿਤਾ ਸੀ ਕਟੜ ਜਿਵੇਂ ਅੱਜ ਦਾ ਵੀ ਸਮਾ ਉਹ ਕਹਿੰਦਾ ਵੀ ਇਸ ਤਰ੍ਹਾਂ ਦੱਸੋ ਵੀ ਜਿਹੜਾ ਮਾਲਕ ਹੈ ਅਕਾਲ ਪੁਰਖ ਕਰਦਾ ਕੀ ਹੈ ਮਹਾਰਾਜ ਚੁੱਪ ਰਹੇ ਕਹਿੰਦੇ ਵੀ ਦੱਸੋ ਰਾਜੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਤਖਤ ਤੇ ਬਿਠਾਇਆ ਸੀ ਆਪ ਉਹਨਾਂ ਦੇ ਥੱਲੇ ਚਰਨਾ ਚ ਬੈਠੇ ਕਹਿੰਦੇ ਚੰਗਾ ਫਿਰ ਤੂੰ ਸਵਾਲ ਦਾ ਜਵਾਬ ਪੁੱਛਣਾ ਚਾਹੁੰਦਾ ਉਥੇ ਰਾਜ ਜਿੱਥੇ ਸਨ ਉਥੇ ਵਿਚਾਰੇ ਕੋਈ ਕੰਮ ਧੰਦੇ ਵਾਲੇ ਜਾਂ ਕੋਈ ਵੁਖਾਰੀ ਜਾਂ ਕੋਈ ਪਖੀਰ ਲਾਲੋ ਜਾਂ ਕੁਛ ਉਹਨਾਂ ਨੂੰ ਆਖਿਆ ਸੰਤਰੀ ਨੂੰ ਵੀ ਇਸ ਤਰ੍ਹਾਂ ਕਰਮਾਰਾਜ ਕਹਿੰਦੇ ਵੀ ਜਾ ਇੱਕ ਬਾਹਰੋਂ ਕੋਈ ਬੰਦਾ ਫੜ ਕੇ ਲਿਆ ਜਿਹਦੇ ਪਾਟੇ ਕੱਪੜੇ ਹੋਣ ਰੋਟੀ ਵੀ ਨਾ ਡੰਗ ਦੀ ਖਾਧੀ ਹੋਵੇ ਤੇ ਉਹਨੂੰ ਲੈ ਕੇ ਆ ਹੁਣ ਉਹ ਵਾਲੇ ਦੁਆਲੇ ਵੇਖਣ ਸਵਾਲ ਵੀ ਇਹ ਇੱਥੇ ਸਭਾ ਚ ਇਹੋ ਜਿਹੇ ਬੰਦੇ ਦਾ ਮਤਲਬ ਕੀ ਹੁਣ ਰਾਜਾ ਥੋੜੀ ਬਹੁਤੀ ਕਿਉਂ ਤਾਲੁਕ ਰੱਖਦਾ ਸੀ ਜਿਹੜਾ ਦਰਬਾਰੀ ਸੀ ਵੱਡਾ ਉਹਨੂੰ ਪਤਾ ਸੀ ਵੀ ਇਹਨਾਂ ਦੇ ਆਪਣੇ ਕੋਈ ਰਾਜ ਨੇ ਜਿਵੇਂ ਸਾਡੇ ਰਾਜਿਆਂ ਦੇ ਰਾਜ ਖੁਦ ਹੁੰਦੇ ਨੇ ਸਰਕਾਰਾਂ ਦੇ ਵੀ ਉਹ ਜਦੋਂ ਵੇਖਿਆ ਤੇ ਉਹ ਆਇਆ ਸਾਰਾ ਕੁਝ ਕਹਿੰਦੇ ਵੀ ਜਲਪਾਣੀ ਸ਼ਿਕਾ ਦਿਓ ਇਹਨੂੰ ਸ਼ਿਕਾਇਆ ਸਾਰਾ ਕੁਝ ਕੀਤਾ ਉਹ ਜਿਹੜਾ ਰਾਜਾ ਸੀ ਨਾ ਦੂਜੇ ਦੇਸ਼ ਦਾ ਕਹਿੰਦਾ ਥੱਲੇ ਆ ਜਾ ਕਹਿੰਦੇ ਠੀਕ ਆ ਗਿਆ ਕਹਿੰਦੇ ਵੀ ਪਤਾ ਨਹੀਂ ਕੀ ਕਰਨਾ ਕਹਿੰਦਾ ਚੰਗਾ ਫਿਰ ਇੱਥੇ ਬਹਿ ਜਾ ਬੈਠਾ ਰਹਾ ਉਹਨੂੰ ਚੋਕੇ ਉੱਤੇ ਬਿਠਾ ਦਿੱਤਾ ਮਹਾਰਾਜਾ ਆਣਾ ਤਾਂ ਜਿਹਦੇ ਪਾਟੇ ਕੱਪੜੇ ਪਾਟੇ ਕੱਪੜੇ ਸੀ ਉਹ 1 ਘੰਟਾ 2 ਘੰਟੇ ਸਾਰਾ ਦਿਨ ਬੀਤ ਗਿਆ ਜਿਵੇਂ ਬੰਦਾ ਹਰਕਿਆ ਨਹੀਂ ਹੁੰਦਾ ਕਈ ਵਾਰੀ ਘਰੋਂ ਵੀ ਦੁਖੀ ਹੁੰਦਾ ਉਹ ਕਹਿੰਦਾ ਹੋਰ ਨਹੀਂ ਚੱਲ ਪਿੰਡ ਵਾਲੇ ਬਾਬੇ ਤੇ ਚੜਜੋ ਐ ਹੋ ਜਾ ਸਿਸਟਮ ਹੈ ਉਹ ਹਰਕਿਆ ਕਹਿੰਦਾ ਕਹਿੰਦਾ ਮਹਾਰਾਜ ਮੈਨੂੰ ਇੰਨਾ ਸਾਰੀ ਦਿਹਾੜੀ ਬੀਤ ਗਈ ਤੁਸੀਂ ਸਵਾਲ ਦਾ ਜਵਾਬ ਨਹੀਂ ਦਿੱਤਾ ਮਹਾਰਾਜ ਕਹਿੰਦੇ ਵੀ ਕਦੇ ਦਾ ਸਵਾਲ ਤੇ ਜਵਾਬ ਤੇ ਕਦੇ ਦਾ ਹੋ ਗਿਆ ਤੂੰ ਆਖਿਆ ਵੀ ਉਹ ਵੈਗੁਰੂ ਅਕਾਲਪੁਰਖ ਕਰਦਾ ਕੀ ਹੈ ਕਹਿੰਦਾ ਜੀ ਫੇਰ ਨਹੀਂ ਸਮਝਿਆ ਕਹਿੰਦਾ ਵੀ ਕਰਦਾ ਏਹੀ ਵੀ ਤੂੰ ਕਿੱਥੇ ਸ ਹੈ ਉਹ ਕਿੱਥੇ ਗੱਲਾਂ ਇਹੀ ਨੇ ਅੱਜ ਤਰਕ ਪੈਦਾ ਹੋਇਆ ਅੱਜ ਇਹ ਜੀਵਨ ਦੇ ਵਿੱਚ ਸਾਡੀਆਂ ਕਟਨੇਹਾਵਾਂ ਪੈਦਾ ਹੋਈਆਂ ਗੁਰੂ ਤੋਂ ਹੀ ਗੱਲ ਸ਼ੁਰੂ ਕੀਤੀ ਮਹਾਤਮਾ ਦੀ ਪੰਕਤੀ ਤੱਕ ਅਪੜਦੀ ਏ ਸਾਹਮਣੇ ਮਸਾਲੇ ਦਰਬਾਰ ਸਾਹਿਬ ਅੱਜ ਵੀ ਜੁੰਦੀ ਜਾਗਦੀ ਅੰਮ੍ਰਿਤਸਰ ਸਾਹਿਬ ਕਿੱਡੀਆਂ ਕਰਾਮਾਤਾਂ ਦਾ ਗੜ ਹੈ ਜਿਨ੍ਹਾਂ ਨੂੰ ਤੇ ਵੀਰ ਸ਼ਰਧਾ ਹੈ ਨਾ ਉਹ ਤੇ ਕਹਿੰਦੇ ਘਰ ਬੈਠਿਆਂ ਗੰਗਾ ਭਗਤ ਰਵੀਦਾਸ ਵਰਗੇ ਤੇ ਜਿਨ੍ਹਾਂ ਨੂੰ ਸ਼ਰਧਾ ਨਹੀਂ ਨਾ ਮੇਰੇ ਵਰਗੇ ਜਾਦੇ ਜਿਆਦੇ ਸੂਝਵਾਨ ਬਣਦੇ ਨੇ ਨਾਲੇ ਖਾਂਦੇ ਵੀ ਆਪਾਂ ਉਹਦਾ ਵਾਂ ਤੇ ਕੱਪੜੇ ਵੀ ਆਪਣੇ ਪਾੜਨੇ ਨੂੰ ਉਹਦੇ ਤੇ ਕੀ ਪਾਟੇ ਨੇ ਉਹਦੇ ਟੱਕਣ ਨਾਲ ਇਸ ਕਰਕੇ ਉਹ ਫਿਰ ਉਹੀ ਬਜਨ ਆਉਂਦਾ ਵੀ ਕੂੜੇ ਉਹਦਾ ਨਾਂ ਹੀ ਕੂੜੇ ਉਹਨੂੰ ਮਖਬਲ ਚ ਲਵੇਟ ਲਾ ਜਦੋਂ ਖੋਲੇਗਾ ਉਹਨੇ ਮਖਬਲ ਨਹੀਂ ਨਾ ਉਹਦਾ ਵੱਜਣਾ ਕੱਪੜੇ ਦਾ ਸ਼ਾਇਦ ਵੱਜੇ ਪਰ ਉਹਦਾ ਨਾਂ ਕੀ ਵੱਜਣਾ ਕੂੜ ਮਖਬਲੇ ਕੂੜ ਚ ਸੁੱਟਤਾ ਤੇ ਕੁਛ ਕੂੜ ਨੂੰ ਤਾਂ ਨਾਂ ਵੱਜੇਗਾ ਉਹਦਾ ਪਰ ਅਗਲਾ ਪਹਿਲਾ ਗੱਲ ਕਹੇਗਾ ਯਾਰ ਮਖਬਲ ਦਾ ਕੱਪੜਾ ਇਸ ਕਰਕੇ ਸਾਧੂ ਬਹਿ ਜੇ ਥੱਲੇ ਸਾਧੂ ਬਹਿ ਜੇ ਉੱਤੇ ਤੇ ਸਾਧੂ ਭਾਵਿਆਂ ਨੂੰ ਪ੍ਰਵਿਰਤੀ ਚ ਠਾਠ ਬਾਠ ਨਾ ਰਵੇ। ਉਹਨੂੰ ਕਿਸੇ ਦੀ ਪਰਵਾਹ ਨਹੀਂ। ਹੋਵੇ ਸਾਧੂ। ਜੀ। ਬੋਲਣਾ ਨਹੀਂ ਆਉਂਦਾ। ਉਹ ਕਹਿੰਦੇ ਨਾ ਸਾਧੂ ਹੋਵੇ ਤਾਂ ਭਗਤ ਪਛਾਣ ਹੈ। ਜੀ। ਆਉਂਦਾ ਨਾ ਗੁਰਬਾਣੀ ਚ। ਉਹਨਾਂ ਨੂੰ ਪਤਾ ਹੈ ਵੀ ਚੰਗਾ ਕੌਣ ਹੈ ਮਾੜਾ ਪਰ ਸਾਵੇਂ ਬਿਰਾਂ ਕਈ ਇਹੋ ਜੇ ਸੰਗਤਾਂ ਨੇ ਕਈ ਇਹੋ ਜੇ ਵਾਹਿਗੁਰੂ ਦੇ ਪਿਆਰੇ ਮਿਲਦ ਨੇ ਯਾਰ ਸਾਡਾ ਤੇ ਬਣਿਆ ਕੁਛ ਨਹੀਂ। ਬਣਿਆ ਤੇ ਇੱਥੇ ਕਿਸੇ ਦਾ ਕੁਛ ਨਹੀਂ। ਨਾਗੇ ਆਵਣਾ ਨਾਗੇ ਨੇ ਜਾਵਣਾ ਭਾਵੇਂ 100 ਕਿੱਲੇ ਆਲਾ ਭਾਵੇਂ ਹਜ਼ਾਰਾਂ ਕਿੱਲੇ ਆਲਾ ਪਰ ਹਾਂ ਜੀਵਨ ਦੀ ਜਿਹੜੀ ਗੱਲ ਇਧਰ ਲੱਭ ਜੀਵਨ ਸਤਪੁਰਖਾਂ ਤੇ ਮਹਾਪੁਰਖਾਂ ਤੇ ਵਾਹਿਗੁਰੂ ਗੁਰਮੰਤਰ ਵਾਲਿਆਂ ਕੋਲ ਹੀ ਜਿਨ੍ਹਾਂ ਦਾ ਵਿਆਸ ਤੇ ਯੁੱਗਾਂ ਦਾ ਜਿਨ੍ਹਾਂ ਦੇ ਕੋਲ ਬਹਿ ਕੇ ਬਸ ਅਗਲਾ ਕਹਿੰਦਾ ਲੈ ਕੇ ਤੇ ਮੈਂ ਯਾਰ ਹੋਰ ਮਨ 'ਚ ਸ਼ੰਕਾ ਆਇਆ ਹਾਂ ਵੀ ਚੰਗਾ ਮਹਾਰਾਜ ਜੀ ਜਾਨਾਂ ਮੈਂ ਮਹਾਰਾਜ ਉਹ ਸਾਨਾ ਜਿਨ੍ਹਾਂ ਦੇ ਮਨ 'ਚ ਹਾਂ ਤਗੜੇ ਵੀ ਸਨ ਥੋੜੇ ਜਿਹਾ ਕਟੜੇ ਵੀ ਸਨ ਪਰੰਦਰ ਮੋਮ ਦਿਲ ਵੀ ਸਨ ਅੱਛਾ ਇੱਕ ਸਵਾਲ ਇਹ ਵੀ ਏ ਕਿਸੇ ਡੇਰੇ ਚ ਨਾ ਕਿਸੇ ਸਭਾ ਚ ਕਿਸੇ ਰਾਜ ਚ ਦੋ ਰਾਜੇ ਇਕੱਠੇ ਨਹੀਂ ਰਹਿੰਦੇ ਤੇ ਇੱਥੇ ਇੱਕ ਮਿਸਾਲ ਇਹ ਵੀ ਪੈਦਾ ਹੈ ਸੰਤ ਮਹਾਰਾਜ ਤੇ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦੋਵੇਂ ਇੱਕ ਮੀਆਂਨ ਚ ਦੋ ਤਲਵਾਰਾਂ ਰਹੀਆਂ ਜਿਵੇਂ ਛੇਵੇਂ ਪਾਸ਼ਾ ਨੇ ਪਾ ਕੇ ਵਿਖਾਤੀਆਂ ਇਸ ਕਰਕੇ ਲੱਭੋ ਖੋਜੋ ਬੜਾ ਕੋਸ਼ੇ ਤੇ ਆ ਜਿਹੜੀਆਂ ਕਾਲੀਆਂ ਘਟਾਂ ਆ ਇਹ ਕੁਝ ਸਮੇਂ ਦੀਆਂ ਹੁੰਦੀਆਂ ਨੇ ਜਿਹੜਾ ਮੀਂਹ ਹੈ ਨਾ ਉਹ ਕਈ ਵਾਰੀ ਸ਼ਾਂਤ ਮੀਂਹ ਚ ਵੀ ਪੈ ਜਾਂਦਾ ਇਸ ਕਰਕੇ ਸਾਧੂ ਸੰਤ ਮਹਾਤਮਾ ਖੁਦ ਪਰਮਾਤਮਾ ਉਹਨਾਂ ਦਾ ਜਿਹੜਾ ਇਤਿਹਾਸ ਵਿਰਸਾ ਜੂੰਦੇ ਜੀ ਤੇ ਘਟ ਸਮਝ ਆਉਂਦੀ ਮਰਿਆਂ ਬਾਦੀ ਜਾਂ ਇਸ ਸੰਸਾਰ ਤੋਂ ਜਦੋਂ ਅਲਵਿਦਾ ਕਹਿ ਜਾਂਦੇ ਨੇ ਉਹ ਤੋਂ ਸਮਝ ਆਉਂਦੀ ਏ ਮਹਾਰਾਜ ਤੇ ਉਹ ਸਾਣਾ ਬਈ ਯਾਰ ਨਹੀਂ ਲਫ਼ਜ਼ ਹੈ ਹੀ ਨਹੀਂ ਸੰਤ ਮਹਾਰਾਜ ਤੇ ਸੰਤ ਮਹਾਰਾਜ ਜੀ ਸਾਣ ਨਹੀਂ ਬਾਕੀ ਹੋਰ ਜੇ ਤੇਰੇ ਮਨ ਦਾ ਸ਼ੰਕਾ ਤੁਸੀਂ ਕੋ ਦੱਸਦੇ ਸੀਗੇ ਕਿ ਮੈਂ ਕਿਸੇ ਸਾਧੂ ਸੰਤ ਨੂੰ ਕਿਸੇ ਨੂੰ ਨਹੀਂ ਮੰਨਦਾ ਸੀਗਾ ਚਿੱਟੇ ਕੱਪੜੇ ਵਾਲਿਆਂ ਨੂੰ ਕੋਈ ਬਹੁਤਾ ਜਿਆਦਾ ਉਹ ਗੱਲ ਮੈਂ ਚਾਹੁੰਦਾ ਵੀ ਉਹ ਤੁਸੀਂ ਜਦੋਂ ਇੱਥੇ ਆਏ ਪਹਿਲੀ ਵਾਰ ਉਹ ਗੱਲ ਹਾਂ ਇਹ ਗੱਲ ਹਕੀਕਤ ਹੈ ਵੇਖੋ ਮੇਰਾ ਥੋੜਾ ਜਿਆ ਤਾਲੁਕ ਇਸ ਤਰ੍ਹਾਂ ਦਾ ਰਿਹਾ ਬਈ ਨਹੀਂ ਮੈਂ ਪਹਿਲਾਂ ਹਰ ਯੂਨੀਫਾਰਮ ਚ ਰਹਿਣਾ ਆਂ ਬ੍ਰੈਂਡਰ ਚੀਜ਼ਾਂ ਪਾਈਆਂ ਨੇ ਗੁਰੂ ਦੀ ਕਿਰਪਾ ਹਰ ਇੱਕ ਪਾਸੇ ਹੀ ਹਨਾ ਪਰ ਜਿਹੜੇ ਸੱਜਣ ਨੇ ਲਿਆਂਦਾ ਮੈਨੂੰ ਉਹ ਉਹਦੀ ਤੀਜੀ ਪੀੜ੍ਹੀ ਉਹ ਬਰਨਾਲੇ ਤੇ ਰਹਿਣ ਵਾਲੇ ਨੇ ਇਥੋਂ ਅਫਸਰ ਸੀ ਉਹ ਚੰਡੀਗੜ੍ਹ ਮਹਾਲੀ ਚ ਰਹਿੰਦਾ ਸੀ ਜਦੋਂ ਫਸਟ ਟਾਈਮ ਮੈਂ ਇੱਥੇ ਆਇਆ ਉਦੋਂ ਇਹ ਕੱਚੋ ਇੱਥੇ ਆ ਹੁਣ ਕੋ ਆ ਮੇਰੇ ਖਾਲ ਪੰਜ ਚਾਰ ਸਾਲਾਂ ਚ ਸਾਰਾ ਬਦਲੇਲ ਜੀ ਹੋਇਆ ਨਹੀਂ ਹਾਂ ਤੇ ਇਹ ਸਾਰਾ ਹੀ ਪਹਿਲਾਂ ਕੱਚਾ ਸੀ ਆ ਸਿਸਟਮ ਇੱਥੇ ਇੱਕ ਟਿੱਬਾ ਜਾਂ ਵੀ ਸੀ ਪਤਾ ਨਹੀਂ ਮਿੱਟੀ ਇਕੱਠੀ ਕੀਤੀ ਸੀ ਉਦੋਂ ਮੇਰਾ ਸ਼ੂਟ ਵੀ ਉਹ ਮੇਰੇ ਮਨ ਚ ਸੀ ਵੀ ਕੋਈ ਪੁਰਾਣੀਆਂ ਚੀਜ਼ਾਂ ਨਾਲ ਥੋੜਾ ਤਾਲੁਕ ਸੀ ਤੇ ਗੁਰੂ ਨੇ ਕਿਰਪਾ ਕੀਤੀ ਉਦੋਂ ਫਿਰ ਆਣ ਕੇ ਇੱਥੇ ਬੈਠੇ ਮੰਨਣਾ ਨਹੀਂ ਚਲੋ ਕਹਿਣਾ ਨਹੀਂ ਚਾਹੀਦਾ ਪਰ ਹਾਂ ਕਿਸੇ ਦਾ ਕੀ ਪਤਾ ਜੀਵਨ ਪਲਟ ਜੇ ਜ਼ਿੰਦਗੀ 'ਚ ਕਦੀ ਵੈਗਰੂ ਨਹੀਂ ਆਖਿਆ ਨਾ ਹੀ ਚੌਂਕੜਾ ਲੱਗਾ ਹਜੇ ਵੀ ਹਜੇ ਨੰਗ ਬਡੰਗਈ ਆ ਹੈ ਵੀ ਨਹੀਂ ਜੀਵਨ ਹਜੇ ਤੇ ਇਹ ਵੀ ਇੰਨਾ ਵੀ ਦਿਹਾੜੀਆਂ ਤੋਂ ਬਚਾਲਿਆ ਉਹਨੇ ਤੇ ਜੇ ਇਹਨੇ ਜੋਗੇ ਨਾ ਹੋਏ ਫਾਨਾ ਠੋਕ ਦਿੰਦਾ ਫਿਰ ਕੀ ਕਰਦੇ ਜਦੋਂ ਇੱਥੇ ਆਣ ਕੇ ਸਤਾਨ ਤੇ ਬੈਠੇ ਤੇ ਇੱਕ ਘੰਟਾ ਵੈਗਰੂ ਕਿਰਪਾ ਕਰੇ ਜੀ ਮੈਂ ਪਤਾ ਨਹੀਂ ਸੀ ਵੀ ਕਿੱਥੇ ਬੈਠੇ ਆ ਤੇ ਗੁਰੂ ਕਿਰਪਾ ਕਰੇ ਹੁਣ ਵੀ ਦੋ ਬੰਦਿਆਂ ਨੇ ਮੈਨੂੰ ਫਿਰ ਚੁੱਕ ਕੇ ਠਾਇਆ ਮੇਰਾ ਜਿਹੜਾ ਤੜਸੀ ਸੁਣ ਹੋ ਗਿਆ ਹੈ ਉਦੋਂ ਤੁਹਾਨੂੰ ਸੰਤੇਸ਼ਰ ਸਿੰਘ ਮਹਾਰਾਜ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਸੀ ਨਾ ਹੀ ਮੈਨੂੰ ਪਤਾ ਸੀ ਉਹ ਜਿਹੜੇ ਸੰਗਤ ਲੈ ਕੇ ਆਈ ਇੱਥੇ ਉਹ ਕਹਿੰਦੇ ਸਨ ਚਲੋ ਤੁਹਾਨੂੰ ਖੂ ਤੇ ਦਰਸ਼ਨ ਕਰਾ ਕੇ ਲਈਏ ਤਾਂ ਮੈਂ ਕਿਹਾ ਚਲ ਵੀ ਖੂ ਆਮ ਪਿੰਡਾਂ ਜਿਵੇਂ ਵੀ ਹੁਣ ਕਿਹਨਾਂ ਜਦੋਂ ਵਿਚਰੇ ਨਹੀਂ ਕਿਸੇ ਗੱਲ 'ਚ ਜਦੋਂ ਉਹ ਚੀਜ਼ ਦਾ ਵੇਖਿਆ ਆਣ ਕੇ ਫਿਰ ਪਤਾ ਲੱਗਿਆ ਵੀ ਵਾਕੇ ਤੇ ਫਸਟ ਟਾਈਮ ਹੀ ਨਹੀਂ ਤੇ ਪੂਰਾ ਸਾਹਿਬ ਦਾ ਟਾਈਮ ਹੁੰਦਾ ਉਦੋਂ ਇੱਥੇ ਮਹਾਰਾਜ ਸਨ ਪੂਰਾ ਸਾਹਬ ਵਾਲੇ ਬਾਬਾ ਤੇਜਾ ਸਿੰਘ ਜੀ ਉਦੋਂ ਫਸਟ ਟਾਈਮ ਇੱਕ ਇੱਕ ਸੱਜਣ ਸੀ ਤੇ ਉਹਨੇ ਫਸਟ ਟਾਈਮ ਮੈਨੂੰ ਸੰਤਾਂ ਦੇ ਵੀ ਮਹਾਪੁਰਖਾਂ ਦੇ ਦਰਸ਼ਨ ਕਰਾਏ ਕਿਹੜੇ ਮਹਾਪੁਰਖ ਜਿਹੜੇ ਮਹਾਪੁਰਖ ਅੰਦਰ ਸਨ ਬਾਬਾ ਤੇਜਾ ਸਿੰਘ ਜੀ ਪਿੱਛੇ ਸਰੀਰ ਜੀ ਸੁਰਗਵਾਸ ਹੋ ਗਏ ਨੇ ਤੇ ਇਹ ਗੱਲਾਂ ਨੇ ਵੀ ਉਹ ਯਾਰ ਜਦੋਂ ਤੁਸੀਂ ਬੈਠੇ ਸੀਗੇ ਕਿ ਸੁੰਨ ਦੇ ਵਿੱਚ ਮੈਂ ਚਾਹਣਾ ਵੀ ਉਹ ਤੁਸੀਂ ਇੱਥੇ ਨਾ ਉਹੀ ਹੈ ਮੇਰਾ ਇੱਥੇ ਆ ਨਾਲ ਹੀ ਇੱਥੇ ਉੱਤੇ ਹੀ ਹੁਣ ਤੇ ਲੋਕ ਲੱਗਾ ਤੈਨੂੰ ਵਿਖਾਉਂਦੇ ਨਹੀਂ ਤੇ ਬਈ ਉਹ ਖੂੰਜੇ ਚ ਬੈਠਾ ਫਾ ਮੈਂ ਆਮ ਹੀ ਜਿਵੇਂ ਆਮ ਇੱਕ ਸਧਾਰਨ ਬਹਿ ਜੀਏ ਕੋਈ ਸਰੀਰ ਵੀ ਪਾਰਾ ਕੋਈ ਉਸ ਤਰ੍ਹਾਂ ਦਾ ਕਦੀ ਨਾਲੇ ਸਿੱਧਾ ਜੇ ਬਜਣੇ ਜਿਵੇਂ ਇਸ ਰਸਤੇ ਤੁਰੇ ਨਹੀਂ ਆਪਾਂ ਤੇ ਪਤਾ ਕੀ ਲੱਗਣਾ ਹਾਂ ਜਦੋਂ ਉਹ ਜਿਵੇਂ ਕਹਿੰਦੇ ਨੇ ਕਿਸੇ ਨੇ ਮੈਡੀਸਿਨ ਦਿੱਤੀ ਏ ਵੀ ਅਸਰ ਹੋਇਆ ਘੰਟੇ ਬਾਅਦ ਫਿਰ ਉਹ ਡਾਕਟਰ ਦਾ ਨਾਮ ਵੀ ਦੱਸਣਾ ਪੈਂਦਾ ਯਾਰ ਆ ਸੀ ਤੇ ਆ ਫਲਾਨ ਸੀ ਇਸ ਕਰਕੇ ਵੀ ਤਾਂ ਕਰਕੇ ਵੀ ਜੋ ਜੋ ਜ਼ਿੰਦਗੀ ਨਾਲ ਵਿਚ ਰਿਹਾ ਪਰ ਮੈਂ ਤਾਂ ਕੁਝ ਵੀ ਨਹੀਂ ਕਿੱਡੀਆਂ ਕਿੱਡੀਆਂ ਸ਼ਕਤੀਆਂ ਨੇ ਜਿਹੜੀਆਂ ਆਪ ਦੱਸਦੀਆਂ ਨੇ ਹੁਣ ਉਹਨਾਂ ਨੂੰ ਕਿਹੜਾ ਕੰਬੈਨ ਵਾਲੇ ਨੇ ਵੀ ਦੱਸਿਆ ਕਿ ਅਸੀਂ ਤਾਂ ਮਾੜੀ ਨਹੀਂ ਕਿਹਾ ਉੱਠ ਖੜਾ ਹਾਂ ਫੇਰ ਆ ਦਸ਼ਮੇਸ਼ ਕ ਕਪੈਨ ਵਾਲਾ ਹਜੇ ਵੀ ਹਾਜ਼ਰ ਨਾਜ਼ਰ ਹੈਣਾ ਤੇ ਗਿਆਨੀ ਪਿੰਦਰਪਾਲ ਕਹਿੰਦਾ ਸੀ ਮੈਂ ਬਾਬਿਆਂ ਨੂੰ ਮੰਨਦਾ ਹੀ ਨਹੀਂ ਨਾਲੇ ਕਿੱਡੇ ਵੀ دیਵਾਨ ਨੇ ਗੁਰੂ ਦੀ ਕਿਰਪਾ ਉਹਨਾਂ ਤੇ ਹੈਣਾ ਮੈਂ ਲੁਧਿਆਣੇ ਉਦੋਂ ਕਥਾ ਕਰਦੇ ਸਨ ਇੱਥੇ ਹੀ ਆ ਆਪਣਾ ਦੁਖਣਵਾਰ ਸਾਹਿਬ ਯਾਰ ਜ਼ਿੰਦਗੀ ਦਾ ਜਿਹੜਾ ਮੋੜ ਹੈ ਨਾ ਕਿਸੇ ਨੂੰ ਕੋਈ ਪਤਾ ਨਹੀਂ ਕਿੱਥੋਂ ਮੁੜਨਾ ਹੈ ਪਲਾਨਿੰਗ ਤਾਂ ਕੀਤੀ ਹੁੰਦੀ ਹੈ ਉਹੀ ਗੱਲ ਆਪਾਂ ਚੱਲਣ ਦੇਣਾ ਕਿਤੇ ਤੁਸੀਂ ਮੇਰੇ ਕਾ ਮੇਰੇ ਵਾਰਕ ਤੇ ਪਲਾਨਿੰਗ ਥੋੜਾ ਕਰਕੇ ਆਏ ਸੋ ਕੁਝ ਪਤਾ ਜਿੱਤ ਚਿੱਤ ਤਾਂ ਹੀ ਨਹੀਂ ਸੀ ਇਹ ਗੱਲਾਂ ਹੁੰਦੀਆਂ ਨੇ ਵੀ ਅ ਫਿਰ ਉਹੀ ਗੱਲ ਹੈ ਇੱਥੇ ਪਿੰਡ ਤੇ ਤੁਹਾਨੂੰ ਦੱਸਿਆ ਸੀ ਗਿਆਨ ਸਿੰਘ ਰਾੜੇ ਵਾਲਾ ਅੱਜ ਅੱਜ ਵੇਖੋ ਮਹਾਰਾਜ ਨੂੰ ਉਹ ਲੈ ਕੇ ਆਏ ਸੀ ਉਸ ਤੋਂ ਬਾਅਦ ਉਹੀ ਕਿੰਤੂ ਪ੍ਰਿੰਤੂ ਬਾਅਦ ਚ ਹੋਣ ਲੱਗ ਗਿਆ ਵੀ ਜਿਵੇਂ ਆਪਾਂ ਸਿੱਧਾ ਪੰਜਾਬੀ ਚ ਕਹੀਏ ਯਾਰ ਇੱਥੇ ਤੇ ਹੁਣ ਟੱਕੀ ਹੈ ਮਾਣ ਆਉਣ ਲੱਗ ਜਾਨੀਆਂ ਨੇ ਫਲਾਣੇ ਸਾਧੂ ਸੰਤ ਹਨਾ ਵੀ ਪਹਿਲਾ ਬੰਦਾ ਉਹੀ ਗੱਲ ਹੈ ਨਾ ਜੇ ਸ਼ਰਧਾ ਰੱਖੀ ਰੱਖੀ ਏ ਵਾਹਿਗੁਰੂ ਜਿਹੜੀ ਸ਼ਰਧਾ ਰੱਖੀ ਏ ਉਹ ਸ਼ਰਧਾ ਖੰਡਣ ਵੀ ਕਰ ਦਿੰਦਾ ਤੇ ਖੰਡਣ ਵਾਲਿਆਂ ਨੂੰ ਸ਼ਰਧਾ ਜਗਾਵ ਵੀ ਦਿੰਦਾ ਹੁਣ ਇੱਥੇ ਹੀ ਅੱਜ ਉਹਦੇ ਕਬੂਤਰ ਬੋਲਦੇ ਨੇ ਉਹਨੇ ਫਿਰ ਮਹਾਰਾਜ ਨੂੰ ਹਾਂਜੀ ਕਹਿੰਦੇ ਸੀ ਵੀ ਕਿ ਸ਼ਰਧਾ ਪਰਨਾ ਚੁੱਕ ਵੀ ਆਪਣਾ ਜਾ ਇਤੋ ਖੂਤੋਂ ਹਾਂਜੀ ਹਾਂਜੀ ਮਹਾਰਾਜ ਕਹਿੰਦੇ ਵੀ ਅਸੀਂ ਕਿਹੜਾ ਵੀ ਕਿਸੇ ਦਾ ਐਗਰੀਮੈਂਟ ਸਾਈਨ ਸੀ ਮਹਾਰਾਜ ਤੇ ਆਪ ਜੋ ਮਤਲਬ ਉਹਨਾਂ ਦਾ ਠਾਠਾ ਬਗਾ ਸੀ ਯਾਰ ਪਿੱਛੋਂ ਤਗੜੀ ਫਰਮ ਹੋਵੇ ਇਹ ਬਸ ਗੱਲਾਂ ਇਹ ਦੁਨਿਆਵੀ ਗੱਲਾਂ ਨਹੀਂ ਇਹ ਤੇ ਵਕਤ ਨੂੰ ਚੇਂਜ ਕਰਨ ਵਾਲੀਆਂ ਨੇ ਠੀਕ ਨਹੀਂ ਅੱਜ ਵੇਖੋ ਵੀ ਮਤਲਬ ਹੁਣ ਤੁਸੀਂ ਆਲੇ ਦੁਆਲੇ ਵੇਖੋ ਵੀ ਰਾੜਾ ਸਾਹਿਬ ਦਾ ਕੀ ਮਹਾਰਾਜ ਦੀ ਕਿਰਪਾ ਹਣਾ ਅੱਜ ਫਿਰ ਉਹ ਗਿਆਨ ਸਿੰਘ ਰਾੜਾ ਜਿਹੜੇ ਰਾੜੇ ਵਾਲੇ ਸੀਗੇ ਉਹਨਾਂ ਦਾ ਫਿਰ ਅੱਗੇ ਕਿਵੇਂ ਕੀ ਰਿਹਾ ਫਿਰ ਇੱਥੇ ਹੀ ਇਹ ਬਸ ਇੰਨਾ ਕੁ ਜਾਣ ਕਰਨ ਉਹ ਜਿਹੜੇ ਪੁਰਾਣੇ ਵੇਖੋ ਬੱਚੇ ਇਸ ਤਰ੍ਹਾਂ ਹੁੰਦਾ ਨਾ ਜਿਹੜੇ ਬੰਦੇ ਪੁਰਾਣੇ ਕਿਸੇ ਪਿੰਡ ਦੇ ਵਸਨੀਕ ਹੋਣ ਉਹਨਾਂ ਨੂੰ 10 ਕਿਲੋਮੀਟਰ ਦਾ ਜਾਂ 20 ਕਿਲੋ 25 ਕਿਲੋਮੀਟਰ ਏਰੀਆ ਦਾ ਪਤਾ ਹੁੰਦਾ ਜੀ ਕਿਉਂਕਿ ਉਹਨਾਂ ਦਾ ਰੋਜ਼ ਆ ਸਰਕਲ ਉਧਰ ਦਾ ਘੁੰਮਦਾ ਹੁਣ ਅਸੀਂ ਅਸੀਂ ਆਪ ਨਹੀਂ ਇਹਨਾਂ ਚੀਜ਼ਾਂ 'ਚ ਵਿਚਰੇ ਇਥੋਂ ਦੀ ਸੰਗਤ ਹੀ ਜਾਂ ਪੁਰਾਣੇ ਬੰਦੇ ਦੱਸਦੇ ਨੇ ਜਿਹੜੇ ਉਹ ਸਮੇਂ ਦੇ ਸੰਗਤ ਵਾਲੇ ਸਨ ਵੀ ਉਹ ਥੋੜਾ ਜਿਹਾ ਉਦੇ ਮਨ ਚ ਹੰਕਾਰ ਆ ਗਿਆ ਜਾਂ ਕਿਸ ਤਰ੍ਹਾਂ ਵੀ ਯਾਰ ਜਿਵੇਂ ਸਿੱਧੀ ਜੀ ਕਹਿਦੀ ਕਿ ਕਿਸੇ ਨੂੰ ਉਂਗਲੀ ਦੇ ਦਿੱਤੀ ਵੀ ਯਾਰ ਤੂੰ ਕਿਹੜੇ ਬਾਬੇ ਦੇ ਪਿੱਛੇ ਲੱਗ ਗਿਆ ਕਿਵੇਂ ਅੱਜ ਕੱਲ ਉਹ ਐ ਹੋ ਜਾ ਇਹ ਅੱਜ ਦਾ ਦੌਰ ਨਹੀਂ ਉਹ ਸਮੇਂ ਦਾ ਪਰ ਉਹੀ ਗੱਲ ਨਾ ਵੀ ਜਿਹੜੀ ਤੁਹਾਨੂੰ ਵਜਨ ਪਹਿਲਾਂ ਕੀਤਾ ਸੀ ਹੀਰਾ ਜਿਹੜਾ ਕਿਸੇ ਨੇ ਗਧੇ ਦੇ ਗਲ ਚ ਲੈ ਲਿਆ ਜਿਹੜਾ ਸੂਝ ਬਾਣ ਨੇ ਉਹਨੇ ਹੀਰਾ ਨਹੀਂ ਮੰਗਿਆ ਗਧਾ ਨੂੰ ਜੀ ਹੁਣ ਦੋ ਕੰਮ ਹੋ ਗਏ ਨਾ ਉਹ ਵਜਨ ਵੀ ਢੋਂਦਾ ਤੇ ਉਹ جوہری ਦਾ ਮਾਲਕ ਵੀ ਬਣ ਗਿਆ ਇਸ ਤਰ੍ਹਾਂ ਜਿਹੜੇ ਮਹਾਪੁਰਖ ਸਤਪੁਰਖ ਹੁੰਦੇ ਨੇ ਸਾਧੂ ਸੰਤ ਜਿਨ੍ਹਾਂ ਦਾ ਭੇਤ ਹੀ ਨਹੀਂ ਅਨਪੇਤ ਜੀ ਉਥੇ ਸਮਾਇਆ ਹੀ ਪਤਾ ਲੱਗਣਾ ਜਾਂ ਫਿਰ ਉਹੀ ਗੱਲ ਵੀ ਜਾਂ ਤੇ ਅੰਦਰ ਗਿਆ ਪਤਾ ਲੱਗਦਾ ਤੇ ਜਾਂ ਵਿਚਰਿਆ ਤੇ ਜਾਂ ਫਿਰ ਕੁਝ ਕੋਈ ਕਾਰਨਾਮਾ ਵਰਤਿਆ ਹੋਵੇ ਜਿਵੇਂ ਅੱਜ ਕਿਸੇ ਨੇ ਵਰਤਿਆ ਜਿਨ੍ਹਾਂ ਜਿਨ੍ਹਾਂ ਨਾਲ ਕੋਈ ਵਰਤ ਦਾ ਉਹ ਦੱਸਦੇ ਨੇ ਹੁਣ ਜਿਨ੍ਹਾਂ ਨਾਲ ਦਰਬਾਰ ਸਾਹਿਬ ਕਲਾ ਵਰਤਦੀ ਏ ਕਈ ਐ ਖੁਦੀਆਂ ਰੂਹਾਂ ਨੇ 12:13 ਤੇ ਆਉਂਦੀਆਂ ਨੇ ਕਈ ਵਾਰੀ ਮੌਕਾ ਬਣਿਆ ਸੇਵਾ ਦਾ ਹਨਾ ਉਹ ਦੱਸਦੇ ਨੇ ਉਹਨਾਂ ਦੇ ਕੋਲ ਬੈਠੇ ਹੀ ਪਤਾ ਲੱਗਦਾ ਕਿ ਨਹੀਂ ਸਿੱਧੀ ਜੀ ਗੱਲ ਹੈ ਯਾਰ ਇੱਕ ਐਗਜ਼ੈਂਪਲ ਸੰਸਾਰ ਤੌਰ ਤੇ ਕਿਸੇ ਅਫਸਰ ਦੇ ਕੋਲ ਬੈਠੇਗਾ ਇੱਕ ਦਿਨ ਵਾਪਾਂ 5 ਮਿੰਟ ਵਾਸਤੇ ਹੀ ਮਹਿਸੂਸ ਹੋਏਗਾ ਸੈਲਫੀ ਲੈਣ ਨੂੰ ਵੀ ਦਿਲ ਕਰਦਾ ਹਨਾ ਜੀ ਵੀ ਯਾਰ ਮੈਂ ਬੈਠਾ ਇਹ ਤੇ ਆਪ ਮਤਲਬ ਸਮਝਦੇ ਹੋ ਨਾ ਇੱਕ ਕੁਦਰਤ ਹੈ ਕੁਦਰਤ ਦਾ ਆਨੰਦ ਵੱਖਰਾ ਹੀ ਹੈ ਇੱਕ ਕਹਿ ਕੇ ਆਨੰਦ ਸ਼ੋਅ ਕਰਨਾ ਇੱਕ ਆਨੰਦ ਜਿਹੜਾ ਉਹਦਾ ਸ਼ਬਦ ਵਿਆਖਿਆ ਬਿਆਨ ਹੀ ਨਹੀਂ ਕੀਤੀ ਜਾਂਦੀ ਜਿਵੇਂ ਏਕ ਓੰਕਾਰ ਹਜ਼ਾਰਾਂ ਹੀ ਗ੍ਰੰਥਾਂ ਦਾ ਮਾਲਕ ਹੈ ਜੀ ਤੇ ਜੇ ਉਹਦੀ ਵਿਆਖਿਆ ਕਰਨ ਲੱਗ ਜੇ ਮੈਂ ਕਹਿੰਦਾ ਨੌਵੇਂ ਮੱਲੇ ਦੇ ਸ਼ਲੋਕਾਂ ਤੱਕ ਪਹੁੰਚਣਾ ਹੀ ਨਹੀਂ ਕਿਸੇ ਨੇ ਰਸਮ ਤੇ ਕਸਮ ਬੜਾ ਵੱਡਾ ਰਸਮ ਪੂਰੀ ਨਹੀਂ ਕੀਤੀ ਜਾਂਦੀ ਨਾ ਹੀ ਖਸਮ ਪੂਰਾ ਹੁੰਦਾ ਇਹਦੇ ਆਪਾਂ ਹੀ ਆ ਜਿਹੜੇ ਪਟ ਵਾਂਗੂ ਕਦੀ ਆ ਗਏ ਕਈਆਂ ਨੂੰ ਬਰੋਜਾ ਲਾਤਾ ਵੀ ਉਤਰੇ ਨਾ ਵੀ ਲਾਲਚ ਤੇ ਦਿੱਤਾ ਵੀ ਮੇਰੇ ਨਾਲ ਜੁੜਿਆ ਰਵੇ ਤੇ ਕਈ ਇਹੋ ਜਿਹੇ ਨੇ ਜਿਹੜੇ ਭਾਵਕ ਹੋ ਕੇ ਹੀ ਜਿਨ੍ਹਾਂ ਦਾ ਕਈ ਵਾਰੀ ਗੁਰੂ ਵੀ ਕੋਈ ਨਹੀਂ ਜਿਨ੍ਹਾਂ ਦਾ ਕਈ ਵਾਰੀ ਮੁਰਸਿਦਾ ਵੀ ਕੋਈ ਨਹੀਂ ਹੁਣ ਮਨ 'ਚ ਇੱਕ ਵਾਰੀ ਕਈ ਵੀ ਸਵਾਲ ਸਵਾਲ ਆਉਂਦਾ ਹਰ ਬੰਦਾ ਕਹਿੰਦਾ ਯਾਰ ਕਿਸੇ ਦਾ ਗੁਰੂ ਉਸਤਾਦ ਹੁੰਦਾ ਤੇ ਮੇਰੇ ਮਨ 'ਚ ਆਉਂਦਾ ਮੈਂ ਹਕਾਲਪੁਰਖ ਵੈਗੁਰੂ ਤੇਰਾ ਗੁਰੂ ਕੌਣ ਹੈ ਤੇਰੀ ਬਣਸ ਕੌਣ ਹੈ ਕਿੱਥੋਂ ਆਇਆ ਤੇਰਾ ਵੀ ਮਾਂ ਪਿਓ ਹੁੰਦਾ ਇੱਕ ਛੋਟਾ ਜਿਹਾ ਵਜਨ ਯਾਦ ਆਇਆ ਜੀ ਸਮਾਪਤੀ ਕਰੀਏ ਟਾਈਮ ਥੋੜਾ ਇਜਾਜ਼ਤ ਨਹੀਂ ਦਿੰਦਾ ਕੋਈ ਨਹੀਂ ਮਹਾਰਾਜ ਕਰਨ ਕਿਰਪਾ ਹਸਰਤ ਹੋਇਆ ਨਾ ਜੀ ਭੇਡਾਂ ਚਾਰਦਾ ਅਹੀ ਮਸਕੀਨ ਜੀ ਜ਼ਿਕਰ ਕਰਦੇ ਨੇ ਕਹਿੰਦੇ ਉਹ ਸਿੱਧਾ ਸਾਦਾ ਸੀ ਤੇ ਮਨ ਚ ਆਇਆ ਤੇ ਕਹਿੰਦਾ ਇੱਕ ਦਿਨ ਖੁਦਾ ਨਾਲ ਕਹਿੰਦਾ ਜਿੱਥੇ ਮੰਦਿਰ ਚ ਆਲੇ ਦੁਆਲੇ ਕਹਿੰਦਾ ਯਾਰ ਲੱਗਦਾ ਤੂੰ ਵੀ ਮੇਰੇ ਵਾਂਗੂ ਅਨਾਥ ਹੀ ਹੈਂ ਤੂੰ ਵੀ ਮੈਨੂੰ ਲੱਗਦਾ ਤੇਰਾ ਵੀ ਘਰ ਨਹੀਂ ਹੋਣਾ ਚੱਲ ਇਸ ਤਰ੍ਹਾਂ ਕਰ ਤੂੰ ਆ ਜਾ ਮੇਰੇ ਕੋਲ ਮੇਰੇ ਕੋ ਭੇਡਾਂ ਵੀ ਨੇ ਜੀ ਮੈਂ ਇਹਨਾਂ ਦੀ ਓਨ ਬਣਾ ਕੇ ਤੈਨੂੰ ਬਿਸਤਰਾ ਵੀ ਬਣਾ ਕੇ ਵਧੀਆ ਸਵਾਵਾਂਗਾ ਤੂੰ ਮੇਰੇ ਨਾਲ ਰੱਬ ਨੂੰ ਕਹਿੰਦਾ ਹੈ ਰੱਬ ਨੂੰ ਕਹਿੰਦਾ ਕਹਿੰਦਾ ਚੰਗਾ ਫਿਰ ਤੂੰ ਰੋਟੀ ਵੀ ਦੋ ਤਿੰਨ ਦਿਨ ਦੀ ਨਹੀਂ ਕਈ ਕਦੀ ਕਦੀ ਖਾਣਾ ਹੋਣਾ ਚੱਲ ਕੋਈ ਨਹੀਂ ਆਪਾਂ ਰੋਟੀ ਪਾਣੀ ਦਾ ਵੀ ਜਿਗਾਰਡ ਕਰ ਲਾਂਗੇ ਮੈਂ ਤੈਨੂੰ ਪਕਾ ਕੇ ਦਵਾ ਕਰਾਂਗਾ ਤੈਨੂੰ ਖਵਾ ਦਾਂਗਾ ਹੁਣ ਉੱਥੇ ਪੁਜਾਰੀ ਸੀ ਰੋਜ਼ ਮਸਜਿਦ ਚੋਂ ਜਾਂਦਾ ਰੋਜ਼ ਆਉਂਦਾ ਜਦੋਂ ਉਹਨੇ ਗੱਲਾਂ ਸੁਣੀਆਂ ਉਹ ਪੜਕ ਗਿਆ ਕਹਿੰਦਾ ਅੱਜ ਮੇਰਾ ਧਿਆਨ ਨਹੀਂ ਲੱਗਾ ਕਹਿੰਦਾ ਯਾਰ ਸਾਡਾ ਤੇ ਲੱਗਾ ਨਹੀਂ ਸਾਰੀ ਉਮਰ ਪੇਡਾਂ ਚਾਰਦੇ ਨੰਗੀ ਜਿਵੇਂ ਸਿੱਧ ਜੀ ਕਹਿ ਦਈਏ ਅਗਲਾ ਕਹਿੰਦਾ ਯਾਰ ਸਾਰੀ ਉਮਰ ਡੰਗਰ ਚਾਰਦੇ ਨੰਗੀ ਏ ਵੀ ਸਾਡੇ ਤੇ ਹਾਲੇ ਪੱਲੇ ਕੁਝ ਨਹੀਂ ਉਹ ਸਿੱਧਾ ਜਾਂ ਬਚਨ ਹੋਇਆ ਰੱਬ ਉਸ ਸਮੇ ਉਹ ਪ੍ਰਗਟ ਹੋ ਕੇ ਉਹਨੂੰ ਮਿਸਾਲ ਪੈਦਾ ਕਰਨ ਦਿਆ ਵੀ ਅੱਜ ਤੂੰ ਦੱਸ ਜਿਵੇਂ ਧੰਨੇ ਜੱਟ ਵਰਗਿਆਂ ਵਰਗਿਆਂ ਸਤਨੇ ਸਾਈ ਵੀ ਕਿੱਦੇ ਮਤਲਬ ਸਾਡਾ ਤਾਂ ਇਤਿਹਾਸ ਹੀ ਬੜਾ ਜ਼ਬਰਦਸਤ ਹੈ ਅਸੀਂ ਮੈਟਰ ਤਾਂ ਕਿਸੇ ਹੋਰ ਦਾ ਚੁੱਕੀਏ ਜੇ ਆਪਣੀਆਂ ਆਪਣੇ ਘਰੋਂ ਚੋਂ ਲਾਇਬਰੀਆਂ ਖਤਮ ਹੋ ਗਈਆਂ ਤੁਹਾਨੂੰ ਦੱਸਿਆ ਨਾ ਵੀ ਇੱਕ ਓੰਕਾਰ ਤੇ ਹੀ ਕਿੱਦਿਆਂ ਦਾ ਬਿਜ਼ਨਸ ਚੱਲ ਸਕਦਾ ਤੇ ਚੱਲ ਵੀ ਰਿਹਾ ਉਹ ਫੇਰ ਹੀ ਖਤਮ ਨਹੀਂ ਹੁੰਦੇ ਹਨਾ ਇਸ ਕਰਕੇ ਜਿਹੜੀਆਂ ਪਾਉਣਾ ਹੁੰਦੀਆਂ ਨੇ ਸੱਤਰੰਗੀਆਂ ਚੀਜ਼ਾਂ ਹੁੰਦੀਆਂ ਨੇ ਕੁਝ ਸਮੇਂ ਵਾਸਤੇ ਜਿਹੜੀਆਂ ਤਰੰਗਾਂ ਹੁੰਦੀਆਂ ਨੇ ਨਾ ਆਨ ਮਿੱਠੀਆਂ ਹੁੰਦੀਆਂ ਨੇ ਪੀਂਗ ਚੜ੍ਹਦੀ ਵੇਖੀ ਕਦੀ ਜੀ ਹੈ ਕੀ ਮਸਾਲੇ ਉਹਦੇ ਕੋਸਮੇ ਵਾਸਤੀ ਹੈ ਜੀ ਹੈਨਾ ਹੁਣ ਇੱਕ ਐਸਾ ਰੰਗ ਏ ਜਿਹੜਾ ਉਤਰਦਾ ਨਹੀਂ ਇੱਕ ਰੰਗ ਆਪਾਂ ਬਾਰ-ਬਾਰ ਰੋਜ਼ ਨਹਾਨੇ ਆ ਫਰੈਸ਼ ਹੁੰਨੇ ਆ ਸਾਰਾ ਕੁਝ ਹੈਨਾ ਵੀ ਮਤਲਬ ਮੈਂ ਸਮਾਰਟ ਬਣਾ ਮੇਰੇ ਮਤਲਬ ਗੱਲ ਤੇ ਹੀ ਮੇਰੇ ਤੇ ਚਲਕ ਪਵੇ ਜੀ ਹੈਨਾ ਮਸਕੀਨ ਜੀ ਦੱਸ ਦਿੰਦੇ ਨਾ ਵੀ ਸੂਰਜ ਹੈ ਨਾ ਉਹਦੀਆਂ ਕਿਰਨਾਂ ਇੱਕ ਗੰਦ ਤੇ ਵੀ ਪੈਣਦੀਆਂ ਨੇ ਇੱਕ ਫੁੱਲ ਤੇ ਵੀ ਪੈਣਦੀਆਂ ਨੇ ਇੱਕ ਕਿਤੇ ਤੇ ਕਿਤੇ ਪਾਰਸ ਜਾਂ ਪੈਦਾ ਚੰਦਨ ਹੁੰਦਾ ਹੋਣਾ ਉੱਤੇ ਵੀ ਪੈਣਦੀਆਂ ਨੇ ਜੀ ਤੇ ਹੁਣ ਜੇ ਸੂਰਜ ਕਿਰਨਾਂ ਮੇਰੇ ਵਰਗਾ ਬੇਕੂਫ ਆ ਕੇ ਯਾਰ ਸੂਰਜ ਮੈਲਾ ਹੋ ਗਿਆ ਕਿਰਨਾਂ ਮੈਲੀਆਂ ਹੋ ਗਈਆਂ ਦੱਸੋ ਸਾਧੂ ਤੇ ਸੰਤ ਵੀ ਮਹਾਤਮਾ ਪਰਮਾਤਮਾ ਇਹੋ ਜਿਹਾ ਸ਼ਰਾਬੀ ਵਰਗਿਆਂ ਦਾ ਕਲੈਕਟਰ ਲੈਸ ਵਰਗਿਆਂ ਦਾ ਜੀਵਨ ਪਲਟਣ ਲੱਗਿਆ ਮਿੰਟ ਹੀ ਲਾਉਂਦਾ ਤੇ ਜੋ ਦੇ ਵੀ ਵੇਖੋ ਇਤਿਹਾਸ ਇਹੋ ਜਿਹੀ ਪੈਦਾ ਕਰਦਾ ਉਹ ਤੇ ਜਿਹੜਾ ਮੇਰੇ ਵਾਂਗੂ ਜਾਦਾ ਕਈ ਵਾਰੀ ਮੋਸ਼ਲ ਜਾ ਹੋ ਕੇ ਵੀ ਕਈ ਵਾਰੀ ਆਪਣੇ ਉਨੂੰ ਪ੍ਰਭਾਵ ਪਾਉਣਾ ਚਾਹੁੰਦਾ ਉਹਨੂੰ ਫਿਰ ਡੈੱਡ ਕਰ ਦਿੰਦਾ ਵੀ ਤੂੰ ਜਿਵੇਂ ਕਹਿ ਦੋ ਖੂਦ ਹੀ ਮਿੱਟੀ ਖੂਨ ਨੂੰ ਲੱਗ ਜਾਂਦੀ ਇਸ ਕਰਕੇ ਫਿਰ ਉਹ ਜਿਨ ਕ ਆਰਾਮ ਬਸੇ ਮਨ ਮਾਹਿਤ ਨੇ ਉਹ ਠਾਗਾ ਨਾ ਜਾਏ ਵੀ ਆਉਂਦਾ ਨਹੀਂ ਚਲੋ ਪੜਨਾ ਜੋ ਬੁਲਾਉਂਦਾ ਠੀਕ ਹੀ ਹੈ ਵੀ ਮਤਲਬ ਜਿਨ੍ਹਾਂ ਦੇ ਅੰਦਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਖਸਮ ਪੂਰਾ ਉਹ ਕੰਮ ਅਧੂਰਾ ਨਹੀਂ ਕਰਦੇ ਜੇ ਜੇ ਅਧੂਰੇ ਕੋਲ ਜਾਣਗੇ ਵੀ ਕੁਝ ਸਮੇਂ ਬਾਅਦ ਤੇ ਉਹਨਾਂ ਦਾ ਵੀ ਪੂਰਾ ਹੋ ਜਾਂਦਾ ਇਹ ਐਹੋ ਜਿਹੀਆਂ ਚੀਜ਼ਾਂ ਨੇ ਵੀ ਜਿਨ੍ਹਾਂ ਦੀ ਅਨਮਿੱਥੀ ਮੰਜ਼ਿਲ ਹੈ ਹਨਾ ਕਲਗੀਧਰ ਪਾਤਸ਼ਾਹ ਦਾ ਜ਼ਿਕਰ ਕਰੋ ਕਿੱਡੇ ਕਿੱਡੇ ਕਵੀ ਨੇ ਕਿੱਡੇ ਕਿੱਡੇ ਉਹਨਾਂ ਕੋ ਮਹਾਤਮਾ ਉਦੋਂ ਵੀ ਸੰਤ ਸਾਧੂ ਆਉਂਦੇ ਸਨ ਫਿਰ ਇੱਕ ਵਿਚਾਰ ਹੋਰ ਆਈ ਸੰਤ ਮਹਾਰਾਜ ਬਾਬਾ ਬੀਰਮਦਾਹ ਜੀ ਬਦੋਸ਼ੀ ਵਾਲੇ ਸਾਰਿਆਂ ਦੇ ਘੜਿਆਲ ਸਾਰਿਆਂ ਦਾ ਜਿਵੇਂ ਕਹਿੰਦੇ ਨੇ ਵੀ ਸਮੁੰਦਰ ਜਿੱਥੋਂ ਤੋਂ ਸੂਬੇ ਨਹਿਰਾਂ ਦਰਿਆ ਨਿਕਲੇ ਤੇ ਸੋਚਿਆ ਜਾ 10ਵੇਂ ਪਾਸ਼ਾ ਦੇ ਮਾਮਾ ਜੀ ਵੀ ਸਨ ਉਹ ਦੋ ਮਾਮੇ ਹੋਏ ਨੇ ਇੱਕ ਮਾਮਾ ਕਰਪਾਲ ਸਿੰਘ ਜੀ ਜਿਨ੍ਹਾਂ ਨੇ ਪਗਾਣੀ ਦਾ ਜੁੱਧ ਲੜਿਆ ਇੱਕ ਬਾਬਾ ਵੀਰਮ ਦਾ ਉਹਨਾਂ ਦਾ ਕੋਈ ਸੰਤ ਮਾਰਨ ਨਾਲ ਵੀ ਸਭ ਕੁਝ ਸੀ ਉਹਨਾਂ ਤੋਂ ਉਹ ਗੇਮ ਪਲਟੀ ਸਾਰੀ ਮਹਾਰਾਜ ਮਹਾਰਾਜ ਕੋ ਗਏ ਜਿਵੇਂ ਮਤਲਬ ਉਹ ਦਰਸ਼ਨ ਕਰਨ ਗਏ ਜਿੱਥੋਂ ਸੁਣਨ ਮੁਤਾਬਕ ਆਇਆ ਤੇ ਉਹ ਕੋਈ ਬਚਪਨਾ ਇਹੋ ਜੀ ਚੀਜ਼ ਹੀ ਹੁੰਦੀ ਹੈ ਵੀ ਘਰ ਵਾਲੇ ਕਹਿੰਦੇ ਵੀ ਸੰਤਾਂ ਮਹਾਂਪੁਰਖਾਂ ਕੋਲ ਬੱਚੇ ਨੂੰ ਨਾਂ ਲੈ ਕੇ ਜਾਈਏ ਉਹ ਤੋਂ ਸੰਤ ਮਹਾਰਾਜ ਛੋਟੇ ਜਿਹੇ ਸਨ ਜੀ ਤੇ ਉਹ ਪਿੱਛੇ ਜਿਵੇਂ ਸ਼ਰਦਾ ਬਾਣ ਸਨ ਤੇ ਉਹ ਮਹਾਰਾਜ ਵਾਸਤੇ ਰਹਿ ਗਏ ਛੇਤੀ ਕਿਸੇ ਬਾਬਾ ਵੀਰਮਦਾਸ ਜੀ ਕਿਸੇ ਦੇ ਮੱਥੇ ਨਹੀਂ ਲੱਗਦੇ ਸਨ ਟਕੇ ਟਕੇ ਦੀਆਂ ਸਿੱਧੀਆਂ ਗਾਲਾਂ ਦਿੰਦੇ ਸਨ ਜੀ ਨੇੜੇ ਬੈਣ ਨਹੀਂ ਦਿੰਦੇ ਸਨ ਕਿਸੇ ਨੂੰ ਜਿਹੜਾ ਬੰਦਾ ਜ਼ਿਆਦਾ ਆਪਣੇਆਂ ਨੂੰ ਹਾਈ ਫਾਈ ਆਉਂਦਾ ਸੀ ਨਾ ਜਿਵੇਂ ਹੁਣ ਤੇ ਅੱਜ ਕੱਲ ਕੋਈ ਫੋਰਚੂਨਰ ਚੁੱਤਰੇ ਅਗਲਾ ਕਹਿੰਦਾ ਮੱਥਾ ਬਾਹਰ ਚ ਟੇਕੀ ਪਹਿਲਾਂ ਅੰਦਰ ਲਿਆ ਕੀ ਪਤਾ ਸਾਮੀ ਮੋਟੀ ਆਈ ਏ ਓਏ ਬੋਲੋ ਵਾਹਿਗੁਰੂ ਇਸ ਕਰਕੇ ਉਹ ਉਹ ਫਕੀਰ ਸਾਧੂ ਸੰਤ ਐ ਹੋ ਜੇ ਸਨ ਜੀ ਤੇ ਉਹ ਜਦੋਂ ਦੋਵਾਂ ਕੌਲਿਆਂ ਬਾਟਿਆਂ ਚ ਉਹ ਬਾਟੇ ਹੀ ਸਨ ਪਾਉਣ ਲੱਗੇ ਕਹਿੰਦਾ ਨਾ ਤੀਜਾ ਇੱਕ ਹੋਰ ਵੀ ਪਿੱਛੇ ਉਹ ਕਹਿਣ ਵੀ ਤੀਜਾ ਕੌਣ ਨਾ ਚੌਥਾ ਤਿੰਨ ਉਹ ਸਨ ਕਹਿੰਦਾ ਚੌਥੇ ਦੀ ਵੀ ਪਾ ਦੇ ਜਦੋਂ ਇੰਨੀ ਗੱਲ ਕਹੀ ਤੇ ਕਹਿੰਦੇ ਕਹਿੰਦੇ ਆ ਜਾ ਜਦੋਂ ਵੇਖਿਆ ਮਕਸਦ ਉਹਨਾਂ ਦਾ ਵੀ ਟਾਕਰਾ ਹੋਇਆ ਕਹਿੰਦੇ ਵੀ ਇਹਨਾਂ ਦਾ ਫਿਕਰ ਛੱਡ ਦੋ ਸੰਤ ਮਹਾਰਾਜ ਦੇ ਮਾਤਾ ਪਿਤਾ ਨੂੰ ਉਹਨਾਂ ਨੇ ਹਾਂਜੀ ਬਚਨ ਕੀਤਾ ਵੀ ਇਹ ਆਮ ਨਹੀਂ ਇਹ ਬਚਪਨ ਦੀ ਗੱਲ ਹੈ ਇਹ ਬਚਪਨ ਦੀ ਗੱਲ ਹੈ ਜਦੋਂ ਫਸਟ ਟਾਈਮ ਜਿਵੇਂ ਇਸ ਖੂਦ ਦੇ ਦਰਸ਼ਨ ਹੋਏ ਆਪਾਂ ਜਿਵੇਂ ਹਨਾ ਤੇ ਇਸ ਤਰ੍ਹਾਂ ਹੀ ਉਹ ਉਹਨਾਂ ਦਾ ਜੀਵਨ ਸੀ ਸੰਤ ਬਾਬਾ ਬੀਰਮਦਾਸ ਜੀ ਜੋ ਸਾਹਮਣੇ ਮਿਲੇ ਉਹ ਆਪਣਾ ਹੁਣ ਵੇਖੋ ਅੰਦਰ ਦੀ ਗੱਲ ਤੇ ਉਹੀ ਕਰਦਾ ਜਿਹੜਾ ਅੰਦਰ ਤੱਕ ਪਹੁੰਚਿਆ ਹੋਵੇ ਜੀ ਇੱਕ ਡ੍ਰੈنگ ਰੂਮ ਬਣਿਆ ਜੀ ਇੱਕ ਬਾਹਰਲੇ ਫਰੰਟ ਤੇ ਘਰ ਪਾਇਆ ਹੁੰਦਾ ਛੋਟਾ ਜਿਹਾ ਅਗਲਾ ਕਹਿੰਦਾ ਯਾਰ ਉੱਥੇ ਤੱਕ ਨਹੀਂ ਜਿਹੜੇ ਕੋਈ ਸ਼ੌਰਟਕਟ ਬੰਦਾ ਉੱਥੇ ਹੀ ਰਹਿੰਦੇ ਹੁਣ ਉਹ ਸਿੱਧੀ ਜੀ ਗੱਲ ਹੈ ਵੀ ਘਰ ਵਾਲੀ ਘਰ ਦੇ ਵਿੱਚ ਜਾਏਗੀ ਨਾ ਉਹਨੂੰ ਪੇਤ ਹੁੰਦਾ ਜਾਂ ਘਰ ਵਾਲਾ ਘਰ ਜਾਵੇਗਾ ਹਨਾ ਇਸ ਤਰ੍ਹਾਂ ਜਿਹੜੇ ਗਿਆਨ ਨੇ ਜਾਂ ਕੋਈ ਪਰਮੇਸ਼ਰ ਦੀ ਕਿਰਪਾ ਜਿਨ੍ਹਾਂ ਤੇ ਉਹ ਫਿਰ ਉੱਥੋਂ ਦੀ ਗੱਲ ਕਰ ਦਿੰਦੇ ਨੇ ਕਈ ਵਾਰੀ ਬੰਦਾ ਹੈਂਗ ਜਿਵੇਂ ਅਗਲਾ ਕਹਿੰਦਾ ਯਾਰ ਪੈਂਦਾ ਕਿਰਪਾ ਕਰ ਦੇ ਮੇਰੇ ਤੇ ਮੈਂ ਤੇ ਬਹੁਤ ਐਡਵਾਂਸ ਥਾ ਤੂੰ ਮੈਨੂੰ ਕੋਈ 0 0 ਕਰਤਾ ਜਿਵੇਂ ਮਿਸਤਰੀ ਵਧੀਆ ਨਹੀਂ ਹੁੰਦਾ ਅਗਲਾ ਕਹਿੰਦਾ ਯਾਰ ਢਲਾਈ 'ਚ ਪੱਥਰ ਲਾਈ 0 0 ਕਰ ਦੀ ਇਸ ਤਰ੍ਹਾਂ ਹੀ ਮਹਾਪੁਰਖ ਸਾਧੂ ਸੰਤ ਕਈ ਵਾਰੀ ਇਹੋ ਜਿਹੇ ਮੌਜ ਦੇ ਮਾਲਕ ਹੁੰਦੇ ਨੇ ਭੇਦ ਨਹੀਂ ਹਾਂ ਕਿੰਤੂ ਵਾਲੇ ਵੀ ਬਥੇਰੇ ਨੇ ਜਿਹੜੇ ਕੋਈ ਸ਼ਰਧਾ ਜਾਂ ਕੋਈ ਸਹਿਜ ਜਾਂਦੇ ਨੇ ਉਹ ਕੁਝ ਲੈ ਜਾਂਦੇ ਨੇ ਕਈ ਫਿਰ ਨਦੀਆਂ ਵਾਂਗੂ ਵਹਿ ਜਾਂਦੇ ਨੇ ਉਹ ਮਹਾਰਾਜ ਦਾ ਜੀਵਨ ਸੀ ਉਹਨਾਂ ਨੇ ਉਹਨਾਂ ਨੇ ਕਈ ਫੁੱਲਵਾੜਾਂ ਕਾਰ ਸੇਵਾ ਵੇਖੋ ਉਹਨਾਂ ਤੋਂ ਪੈਦਾ ਹੋਈ ਹਨਾ ਕਿ ਇੱਕ ਗਾਣਾ ਵੀ ਸੀਗਾ ਸੰਤ ਟੋਕਰੀ ਵਾਲਾ ਹਾਂਜੀ ਸੰਤ ਟੋਕਰੀ ਵਾਲੇ ਉਹ ਸੌਂਗ ਮਹਾਰਾਜ ਨੇ ਕਰਵਾਇਆ ਸੀ ਉਹਨਾਂ ਦੀ ਉਹ ਉਹ ਤੁਸੀਂ ਕਿਵੇਂ ਲਿਖਿਆ ਸੀਗਾ ਉਹ ਬਸ ਵੈਗਰੂ ਲਿਖਣ ਵਾਲਾ ਆਪ ਹੀ ਤੇ ਇਹ ਗੱਲਾਂ ਨੇ ਵੀ ਜਦੋਂ ਜਦੋਂ ਕੋਈ ਫਿਰ ਉੱਥੇ ਗੱਲ ਕਰਦਾ ਵੀ ਜਦੋਂ ਜਾਗ ਲੱਗਦੀ ਹੈ ਨਾ ਭਾਗ ਤੇ ਆਟੋਮੈਟਿਕ ਹੀ ਪ੍ਰਗਟ ਹੋ ਜਾਂਦੇ ਨੇ जिदे तो कुछ मिलना है जिदे तो कुछ किसी ने कार्य सवारना है ना कोई पता नहीं करदा जेड़ा कुत्ता रख्या वो भी रास आ जांदा ते आज कल ते मौल ही चलन दे आ बी बिजनेस ही कई चीजਾਂ ਦਾ ਬਣਾ ਲਿਆ ਇਹ ਜਿਹੜੇ ਕੁੱਤੇ ਵੇਚਦੇ ਆ ਸਾਰਾ ਕੋਈ ਕਿਸੇ ਨੂੰ ਪਹਿਲਾਂ ਵੇਚਿਆ ਹੋਣਾ ਤਾਂ ਹੀ ਆਪਾਂ ਵੇਚਨਦੇ ਆ ਮੈਂ ਨਹੀਂ ਕਹਿੰਦਾ ਹੁਣ ਇਹ ਇਤਿਹਾਸ ਵੇਖੋ ਸਤ ਸਤਨੇ ਦੀ ਗੱਲ ਸਦਨੇ ਦੀ ਸੁਣ ਲਓ ਹਾਂਜੀ ਉਹਦਾ ਜੇ ਪਿਛਲਾ ਜੀਵਨ ਸੀ ਤਾਂ ਹੀ ਟਾਕਰਾ ਹੋਇਆ ਜਦੋਂ ਬੋਲਿਆ ਕਹਿੰਦਾ ਯਾਰ ਇਹੀ ਕੰਮ ਚੱਲਦਾ ਰਹਿਣਾ ਬੰਦਾ ਬੋਲਦਾ ਹੀ ਉਦੋਂ ਜਦ ਚੰਡ ਨੂੰ ਚੰਡ ਮਿਲੇ ਕਹਿੰਦਾ ਹੁਣ ਦੱਸ ਫਿਰ ਹੋਰ ਜਦੋਂ ਬੱਕਰੇ ਵੜਦਾ ਸੀਗਾ ਉਹ ਹੈਨਾ ਇਹ 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 ਤਾਕਤ ਅੱਜ ਦੀ ਨਹੀਂ ਇਹ ਪਿੱਛੋਂ ਇਤਿਹਾਸ ਬੜਾ ਖਤਰਨਾਕ ਆ ਆ ਸੰਤ ਮਹਾਰਾਜ ਦੀ ਤਾਂ ਹੁਣ ਦੀਆਂ ਗੱਲਾਂ ਨੇ ਹੁਣਾ ਕੁਝ ਸਮਾਂ ਹੀ ਹੋਇਆ ਹੈਨਾ ਤੇ ਇਸ ਕਰਕੇ ਵੀ ਮਤਲਬ ਜਿਹੜਾ ਗਲਾਬ ਹੁੰਦਾ ਨਾ ਉਹਨੂੰ ਕੰਡੇ ਦੀ ਲੋੜ ਹੈ ਤੇ ਜਿਹੜਾ ਚੋਟੀ ਦਾ ਸਾਧ ਏ ਜੀ ਉਹਨੂੰ ਵੀ ਦੋ ਪੱਖ ਦੀ ਲੋੜ ਏ ਤੇ ਜਿਹੜਾ ਯੋਧਾ ਉਹਨੂੰ ਖੰਡੇ ਦੀ ਲੋੜ ਏ ਤੇ ਜਿਹੜਾ ਮਹਾਪੁਰਖ ਬ੍ਰਹਮ ਗਿਆਨੀ ਉਹਨੂੰ ਬ੍ਰਹਮੰਡੇ ਸੰਡੇ ਪਿੰਡੇ ਸਾਰੇ ਸਾਰਿਆਂ ਸ਼ੈਦ ਦੀ ਲੋੜ ਏ ਕਿਉਂ ਉਹਦੇ ਵਿੱਚ ਸਮਾਇਆ ਹੁੰਦਾ ਉਹ ਆਪਾਂ ਇੱਕ ਸੰਸਾਰ ਕਰਕੇ ਜਨਮ ਲਿਆ ਜੀ ਨਰੰਗਕਾਰ ਤੇ ਕਾਰਜ ਆਪਣਾ ਕੋਈ ਹੋਰ ਹੀ ਏ ਸਿਸਟਮ ਤੇ ਦਾਣਾ ਪਾਣਾ ਹੀ ਹੋ ਰਹੀ ਏ ਕੋਈ ਇਹ ਗੱਲ ਇਹ ਸਮਝ ਆਉਂਦੀ ਉਹੀ ਗੱਲ ਹੈ ਜੇ ਸਮਝ ਆ ਗਈ ਤੇ ਅੱਲਾ ਜੇ ਨਾ ਸਮਝ ਆਈ ਤੇ ਗੱਲਾਂ ਇਹ ਸਮਝ ਕਿਵੇਂ ਆ ਸਕਦੀ ਸਾਨੂੰ ਸਮਝ ਠੋਕਰ ਇਹ ਕਿਤਾਬ ਤੇ ਹੈ ਨਹੀਂ ਗੱਲਾਂ ਤੇ ਹੈ ਨਹੀਂ ਵੀ ਜਾਂ ਹੁਣ 5-4 ਘੰਟੇ ਜਾਂ ਆਪਾਂ 2 ਘੰਟੇ ਆਪਾਂ ਕੋਈ ਮੱਥਾ ਮਾਰ ਲਿਆ ਉਹ ਜਿਵੇਂ ਬੁਲਾਉਂਦਾ ਜਿਵੇਂ ਉਹ ਕਰਦਾ ਇਹ ਠੋਕਰ ਹੈ ਠੋਕਰ ਤਾਂ ਬੈਨ ਨਾ ਜੇ ਕਿਤਾਬ ਨੇ ਗਿਆਨ ਹੁੰਦਾ ਫਿਰ ਜਿੰਨੇ 15 ਭਗਤ ਸਨ ਤੇ ਉਸ ਸਮੇ ਵਿਦਵਾਨ ਲੋਕ ਵੀ ਸਨ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਆਇਆ ਦੱਸੋ ਹਾਂਜੀ ਇਹ ਗੱਲਾਂ ਨੇ ਵੀ ਆ ਸਾਧੂ ਜਿਹੜਾ ਉਸਤਤ ਨਿੰਦਿਆ ਦੋਹੇ ਤਿਆਗੋ ਭਾਵੇਂ ਉਹ ਕਲੈਕਟਰ ਲੈਸ ਵਾਲੇ ਬੰਦੇ ਵੀ ਉਹਦੇ ਕੋਲ ਬੈਠੇ ਰਹਿਣ ਤਾਂ ਵੀ ਕੋਈ ਗੱਲ ਨਹੀਂ ਤੇ ਜੇ ਉਹਦੇ ਕੋਲ ਕੋਈ ਵੱਡੇ ਤੋਂ ਵੱਡਾ ਕੋਈ ਆਪਣੇ ਆਉ ਨੂੰ ਵੀ ਮੈਂ ਮੇਰਾ ਜੱਪਤਾ بڑا ਉਹ ਵੀ ਬੈਠਾ ਰਵੇ ਉਹਨੂੰ ਕੋਈ ਉਹਦੇ ਨਾਲ ਕੋਈ ਤੇ ਜੇ ਉਹਦੀ ਪਰਲ ਸਾਰੇ ਥਾਂ ਤੇ ਉਹਦੀ ਪਰਵਰ ਲਾਧੂ ਹੁੰਦੀ ਏ ਇੱਥੇ ਵੀ ਦੋਹੀਂ ਜਾਣੇ ਨਹੀਂ ਉਹਨੂੰ ਤਾਂ ਵੀ ਮਤਲਬ ਨਹੀਂ ਉਹ ਕਹਿੰਦਾ ਯਾਰ ਪਤਾ ਹੀ ਨਹੀਂ ਮੈਨੂੰ ਮੈਂ ਕੌਣ ਆ ਉਹ ਦੂਜੇ ਨੂੰ ਪੁੱਛਦਾ ਜੇ ਉਹਨੂੰ ਕਹਿ ਵੀ ਦੇਵੇ ਵੀ ਤੁਹਾਡਾ ਤਾਂ ਨਾਂ ਹੀ ਬੜਾ ਉਹ ਕਹਿੰਦਾ ਅੱਛਾ ਉਹ ਫਲਾਣਾ ਫਲਾਣਾ ਅੱਛਾ ਠੀਕ ਹੈ ਉਹ ਗੱਦੀ ਘੜ ਪਾ ਦੇਗਾ ਕਈ ਵੇਖਿਆ ਨਾ ਕਈਆਂ ਨੂੰ ਮਹਾਰਾਜ ਦੀ ਐਡੀ ਕਿਰਪਾ ਰਿਜਕਤਾਨ ਦੌਲਤ ਬੜਾ ਕੁਝ ਏ ਜਿਹੜੇ ਐਨੂੰ ਰਿਲੈਕਸ ਨੇ ਹੈਨਾ ਇਸ ਕਰਕੇ ਅ ਫੇਰ ਮੈਟਰ ਉੱਥੇ ਚੱਲਿਆ ਸੀ ਜਿੱਥੇ ਮੁੱਕਦਾ ਬਈ ਸਾਧੂ ਤੇ ਸੰਤਾਂ ਮਹਾਤਮਾ ਦਾ ਸਤਕਾਰ ਕੀਤਾ ਜਾਵੇ ਤਾਂ ਵੀ ਕੋਈ ਫਰਕ ਨਹੀਂ ਨਾ ਕੀਤਾ ਜਾਵੇ ਤਾਂ ਵੀ ਕੋਈ ਫਰਕ ਨਹੀਂ ਇਹ ਬੇਪਰਵਾਹ ਹੁੰਦੇ ਨੇ ਹੋਵੇ ਕੋਈ ਪੂਰਨਾ ਪੂਰਨੀ ਮਾਂ ਹੋਵੇ ਤੇ ਪੂਰਨੀ ਪਿਓ ਹੋਵੇ ਇਹ ਕਰਮ ਕਰਕੇ ਇਹ ਚੀਜ਼ਾਂ ਮਿਲਦੀਆਂ ਨੇ ਕੋਈ ਇਹ ਨਹੀਂ ਵੀ ਮਤਲਬ ਆਪਾਂ ਹਾਂ ਕਈ ਵਾਰੀ ਕਰਮਨਸ਼ਟ ਵੀ ਕਰ ਦਿੰਦਾ ਹਜ਼ਾਰਾਂ ਜੁਗਾਂ ਦਾ ਤਪ ਐ ਨੂੰ ਪਾਂਡੇ ਚ ਵੜ ਦੇ ਫਿਰ ਕੀ ਕਰ ਲੋਗੇ ਬਸ ਇਹੀ ਗੱਲ ਸ਼ਾਮ ਸਵੇਰੇ ਪੜ੍ਹਦੇ ਆ ਨਾ ਤਰਥ ਪਿਆਵੇਂ ਸਤਿਗੁਰੂ ਸਜਣ ਸਜਣ ਦੀ ਆਸ ਹੀ ਰੱਖੋ ਤਰਸ ਦੇ ਆਪਿ ਉਹ ਕਰ ਲੇਗਾ ਕਿ ਨਹੀਂ ਇਹੀ ਜਦੋਂ ਦੋਵੇਂ ਟਾਈਮ ਆਪਾਂ ਮੱਥੇ ਲੱਗੀਏ ਗੁਰੂ ਸਾਹਿਬ ਦੇ ਚਰਨਾਂ 'ਚ ਕੋਈ ਸਾਧੂ ਕਿਸੇ ਕੋਲ ਵੀ ਜਾਣਾ ਸ਼ੰਕਾ ਲੈ ਕੇ ਨਾ ਜਾਈਏ ਅੱਬਲ ਤੇ ਜਾਓ ਇਹਨਾਂ ਕਿਉਂ ਪਾਰ ਚੜਾਉਨੇ ਆ ਅਨਿੰਦੇ ਆਈਏ ਚਾਰੇ ਪਾਸੇ ਵੇਖਣਦੇ ਆ ਕੀ ਖਟਣਦੇ ਆ ਕੋਈ ਲੱਭਣਦੇ ਆ ਬਸ ਦਸਤਾਖੀ ਮਾਫ ਕਰਿਓ ਬੋਲਣਾ ਤਾਂ ਇਹਨਾ ਹੁੰਦਾ ਨਹੀਂ ਨਾ ਹੀ ਨਹੀਂ ਅਗਲੇ ਨਾ ਹੀ ਪਤਾ ਯਾਰ ਨਿੰਦੇ ਆ ਉਸਤ ਨਿੰਦੇ ਆ ਤੋ ਤਿਆਗ ਕਰੀਏ ਕਿਸੇ ਨੂੰ ਆਪਾਂ ਨਾ ਪੰਡੀਏ ਆਪਣੇ ਜੀਵਨ ਨਾਲ ਤੁਸੀਂ ਜਿੰਮੇਦਾਰੇ ਹੈਗੇ ਉਹਨਾਂ ਉਵੇਂ ਦੇ ਬਣਜੋ ਜੀ ਜੇ ਕੰਡਿਆਂ 'ਚ ਤੋਂ ਨੇ ਸੁੱਟਿਆ ਨਾ ਕੰਡਿਆਂ ਦੀ ਆਦਤ ਪਾ ਲੋ ਆਪ ਹੀ ਫੁੱਲ ਬਣ ਜਾਓਗੇ ਕਿ ਨਹੀਂ ਜਿਵੇਂ ਜਿਵੇਂ ਦਾ ਰਹਿਣੀ ਬਿਆਣੀ ਹਾਂ ਸੰਸਾਰੀ ਲੋਕ ਹਾਂ ਆਪਾਂ ਵਿਸ਼ੇ ਵਿਕਾਰਾਂ ਦੇ ਮਾਰੇ ਆ ਤੇ ਬਾਬੇ ਨਾਨਕ ਨੇ ਤਾਰੇ ਨੇ ਜੇ ਤੇ ਉਹਦੇ ਦੁਆਰੇ ਆ ਫਿਰ ਬਚਨ ਦੀ ਆਸ ਹੈ ਨਹੀਂ ਤੇ ਲਾਡਿਆ ਜੁਗਾ ਦੁਗਾ ਦਾ ਬਨਵਾਸ ਹੈ अच्छा ਤੁਸੀਂ ਵਾਹਿਗੁਰੂ ਭਲਾ ਕਰੇ ਮਤਲਬ ਜਿਵੇਂ ਬੰਦੇ ਪੈਸੇ ਕਮਾਉਣ ਦੇ ਲੱਖਾਂ ਕਰੋੜਾਂ ਦੀਆਂ ਗੱਡੀਆਂ ਜਾਂਦੇ ਨੇ ਤੁਸੀਂ ਉਹਦੋਂ ਵੀ ਅਸੀਂ ਤੁਸੀਂ ਤੁਰ ਕੇ ਜਾ ਰਹੇ ਤੁਸੀਂ ਤੁਹਾਨੂੰ ਅਮੀਰੀ ਕੀ ਲੱਗਦੀ ਵੀ ਅਸਲ ਅਮੀਰੀ ਕੀ ਹੈ ਤੁਸੀਂ ਕਿਹਨੂੰ ਕਹਿੰਦੇ ਹੋ ਨਹੀਂ ਵੇਖੋ ਮੈਂ ਤਿਆਗੀ ਕੋਈ ਨਹੀਂ ਮੈਂ ਹੁਣ ਆਹ ਗੱਲ ਤੂੰ ਆਖੇ ਵੀ ਹਾਂ ਥੋੜਾ ਜਿਹਾ ਪੰਪਣਾ ਦੇ ਇਹਦੇ ਵਿੱਚ ਇਹ ਵੀ ਹੁੰਦਾ ਕਈ ਵਾਰੀ ਮਤਲਬ ਮੈਂ ਤਿਆਗੀ ਨਹੀਂ ਸਾਰਾ ਕੁਝ ਹੈ ਮਾ ਗੁਰੂ ਦੀ ਕਿਰਪਾ ਨਾਲ ਮਤਲਬ ਪੈਸੇ ਦੀ ਵੀ ਲੋੜ ਹੈ ਕਈ ਨਹੀਂ ਉਹ ਤੇ ਕਈ ਵਾਰੀ ਮਨ ਦਾ ਮਾਹੌਲ ਦਾ ਹੁੰਦਾ ਕੋਈ ਸਰੀਰ ਵਾਲਾ ਉਸ ਤਰ੍ਹਾਂ ਦਾ ਵੀ ਚਲੋ ਬੰਦਾ ਤੁਰ ਕੇ ਤੁਰ ਜਾਂਦਾ ਨਹੀਂ ਤੇ ਸਭ ਕੁਝ ਇਹ ਗੁਰੂ ਦੀ ਕਿਰਪਾ ਵੀ ਚਲੋ ਮਾੜਾ ਮੋਟਾ ਹਨਾ ਇਹ ਇਹ ਬੱਚੇ ਇਹ ਇਹ ਵੀ ਗੱਲਾਂ ਹੁੰਦੀਆਂ ਅੱਜ ਕੱਲ੍ਹ ਕਹਿ ਦਿੰਦਾ ਮੈਂ ਘਰ-ਬਾਰ ਛੱਡਤਾ ਤਿਆਗੀ ਹੋ ਗਿਆ ਹੁਣ ਜਿਨ੍ਹਾਂ ਤੇ ਆਪਾਂ ਸੰਤ ਮਹਾਰਾਜ ਤੇ ਵਚਨ ਕੀਤਾ ਸੀ ਉਹਨਾਂ ਦਾ ਪੁਰਾਣਿਆਂ ਦਾ ਜੀਵਨ ਪੜੋ ਸੰਤ ਮਹਾਰਾਜ ਇੱਕ ਵਚਨ ਕਰਦੇ ਨੇ ਰਾਜੇ ਜਨਕ ਦਾ ਸਾਰਾ ਕੁਝ ਰਹਿ ਕੇ ਵਿੱਚ ਨਰਲੇਪ ਰੈਂਦਾ ਤੇ ਇੱਕ ਮੇਰੇ ਵਾਂਗੂ ਟੌਂਗੀ ਜਾ ਕੋਈ ਉਹ ਉਹਦੇ ਕੋਲ ਆਉਂਦਾ ਤੇ ਉਹ ਕਹਿੰਦਾ ਮਹਾਰਾਜ ਜੀ ਸੁਣਾਉਂਦੇ ਨੇ ਕਹਿੰਦੇ ਵੀ ਰਾਜਾ ਕੁਛ ਲਿਖਣ ਦਿਆ ਜਨਕ ਜੀ ਤੇ ਉਹ ਕਹਿੰਦਾ ਵੀ ਤੁਹਾਡੇ ਮਹਿਲਾਂ ਨੂੰ ਅੱਗ ਲੱਗ ਗਈ ਇੱਕ ਵਾਰੀ ਆਖ ਦੋ ਵਾਰੀ ਆਹ ਉਹ ਕਹਿੰਦਾ ਵੀ ਮੇਰੀ ਲੰਗੋਟੀ ਬਾਹਰ ਪਈ ਏ ਤੂੰ ਭੱਜ ਕੇ ਗਿਆ ਉਹ ਕਹਿੰਦਾ ਤੇਰਾ ਇਹਨਾਂ ਮਹਿਲ ਕਹਿੰਦਾ ਬਸ ਤੇਰੇ ਤੇ ਮੇਰੇ ਚ ਇੰਨਾ ਹੀ ਫਰਕ ਏ ਵੀ ਤੂੰ ਅਜ ਲੰਗੋਟੀ ਜੀ ੜਿਆ ਜੀ ਕਹਿਣ ਦਾ ਪਾਵ ਇਹੀ ਏ ਕਈ ਵਾਰੀ ਗੱਲਾਂ ਬੰਦਾ ਬੜੀਆਂ ਤਗੜੀਆਂ ਕਰਦਾ ਪ੍ਰਭਾਵ ਵੀ ਬੜਾ ਪਾਉਂਦਾ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਹਾਂ ਜਿਹੜਾ ਸੰਸਾਰ 'ਚ ਆਇਆ ਨਾ ਤਿਆਗ ਕਿਸੇ ਕੋਲ ਨਹੀਂ ਹਾਂ ਰਹਿਣਾ ਵਿੱਚ ਪੈਂਦਾ ਕਿਉਂਕਿ ਸਾਡੇ ਤੋਂ ਪਹਿਲੀ ਗੱਲ ਤੋਂ ਫਿਰ ਉਹੀ ਗੱਲ ਹੈ ਇਤਿਹਾਸ ਤੋਂ ਹੀ ਗੱਲ ਸ਼ੁਰੂ ਕਰੀਏ ਜਾਂ ਤੇ ਗੁਰੂ ਸਾਹਿਬਾਂ ਨੇ ਤਿਆਗ ਦੱਸਿਆ ਹੋਵੇ ਕਿਸੇ ਚੀਜ਼ ਦਾ ਗੁਰੂ ਸਾਹਿਬ ਨੇ ਤੇ ਇਹ ਗੱਲ ਆਖੀ ਹੈ ਵੀ ਤੂੰ ਵਿਚਰ ਗ੍ਰਸਤ ਪ੍ਰਧਾਨ ਹੋ ਜੀ ਹੁਣ ਕਈਆਂ ਤੇ ਇਹ ਵੀ ਹੋਏਗਾ ਤੂੰ ਕਿਉਂ ਗ੍ਰਸਤੀ ਹੋਇਆ ਹੁਣ ਕਰਮਾਂ ਨੇ ਲੈ ਕੇ ਇੱਧਰ ਗਿਆ ਕਿਹੜਾ ਨਹੀਂ ਕਹਿੰਦਾ ਹਨਾ ਇਹ ਚੀਜ਼ਾਂ ਨੇ ਵਕਤ ਤੇ ਸਮਾਂ ਬੰਦੇ ਨੂੰ ਹਾਲਾਤ ਤੋਂ ਆਟੋਮੈਟਿਕ ਹੀ ਕਰਮਾ ਨਾਲ ਕਈ ਵਾਰੀ ਉਹੀ ਗੱਲ ਹੈ ਨਾ ਵੀ ਜਾਣਾ ਕਿਸੇ ਰਾਸਤੇ ਹੋਰ ਹੁੰਦਾ ਤੇ ਤੁਰ ਕਿਸੇ ਹੋਰ ਰਸਤੇ ਤੁਰ ਜਾਂਦੇ ਆ ਇਸ ਤਰ੍ਹਾਂ ਹੀ ਹੈ ਵੈਗਰੂ ਦੀ ਕਿਰਪਾ ਸਭ ਕੁਝ ਹੀ ਉੱਥੇ ਵੇ ਦਿਲ ਕਰਦਾ ਕਈ ਵਾਰੀ ਪੈਦਲ ਕਈ ਵਾਰੀ ਵੀਕਲ ਤੇ ਵੀ ਆ ਜੀਦਾ ਕਈ ਵਾਰੀ ਕੋਈ ਸੱਜਣ ਮਿੱਤਰ ਮਿਲਦਾ ਉਹ ਗੱਡੀ ਤੇ ਲੈ ਕੇ ਵੀ ਆ ਜਾਂਦਾ ਕਿ ਨਹੀਂ ਤੁਹਾਨੂੰ ਅਸਲ ਅਮੀਰੀ ਤੁਸੀਂ ਕਿਹਨੂੰ ਸਮਝਦੇ ਹੋ ਯਾਰ ਅਮੀਰੀ ਇਹੀ ਹੈ ਮਿਕਸ ਜੂਸ ਠੀਕ ਜਿੱਥੇ ਉਹ ਰੱਖੇ ਉਹਦਾ ਆਨੰਦ ਹੈ ਯੋ ਮੈਂ ਕੋਈ ਲਵਜ ਕਹਿ ਤਾ ਉਹਨੇ ਕੱਲ ਨੂੰ ਹੋਰ ਕਿਸੇ ਨੇ ਸਵਾਲ ਕਰ ਲੈਣਾ ਲੈ ਵੀ ਤੈਨੂੰ ਤੇ ਆ ਆਨੰਦ ਤੇ ਮੇਰੇ ਨਾਲ ਕੋਈ ਚਾਂਸ ਹੋਰ ਹੋ ਜੇ ਫੜੇ ਗਏ ਇਹਦੇ ਨਾਲ ਬਿਨ ਬਾਊਟ ਟਿਕਟ ਠੀਕ ਸਿੱਧਾ ਹੀ ਕਹਿ ਦੋ ਵੀ ਯਾਰ ਸਾਡੇ ਕੋਲ ਤੇ ਕੁਝ ਨਹੀਂ ਮੰਗ ਖਾਣੀ ਜਾ ਤਾਂ ਬੋਲੋ ਵਾਹਿਗੁਰੂ ਕਿ ਨਹੀਂ ਇਸ ਕਰਕੇ ਜਿਵੇਂ ਜਿਵੇਂ ਉਹ ਰੱਖਦਾ ਪੈ ਖਾਰੀ ਸੇ ਰਾਜਾ ਰਾਜੇ ਸੇ ਉਹ ਚਾਵੇ ਤੂੰ ਉਹਦੇ ਵਾਸਤੇ ਕੁਝ ਵੀ ਨਹੀਂ ਉਹ ਨਾ ਚਾਵੇ ਤਾਂ ਵੀ ਸਮਝਦੇ ਹੋ ਨਾ ਇਸ ਤਰ੍ਹਾਂ ਵੀ ਮਤਲਬ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਤਿਆਗੀ ਆ ਮੈਂ ਜਾਂ ਇਸ ਬਾਣੇ 'ਚ ਮੈਂ ਹੁਣ ਫਕੀਰ ਆ ਵੀ ਲੋਕ ਯਾਰ ਦੁਨੀਆ ਨੂੰ ਤੁਸੀਂ ਨਹੀਂ ਵਾਰਿਆ ਸਕਦੇ ਇਹ ਜਿਵੇਂ ਖੁਸ਼ ਰਹਿੰਦੇ ਨੇ ਓਵੇਂ ਰਹਿਣ ਜੀ ਜਿੱਥੇ ਉਹ ਰਖੇ ਉਹਥੇ ਉਹ ਬਹਿਣ ਪਰ ਦੁਬਾਰਾ ਆ ਸਕਲ ਦੁਆਰ ਕੋ ਛਾੜ ਕੇ ਗਇਓ ਫਿਰ ਅੱਗੇ ਵੀ ਪੜਦੇ ਹੈ ਵਾਹੀ ਵਾਹੀ ਕਿਲਾ ਜਿਸ ਗੋਬਿੰਦਾਸ ਤਾ ਤੇ ਆਉਣਾ ਤੇ ਉਥੇ ਪਿਓ ਨੂੰ ਉਹਨੂੰ ਮੰਨਣਾ ਪੈਣਾ ਨਾ ਆਉਣਾ ਉਹਦੇ ਕੋਲੇ ਪੈਂਦਾ ਬੱਚਾ ਜਿੰਨਾ ਮਰਜੀ ਟੈਲੈਂਟ ਹੋ ਜੇ ਪਰ ਜਿੰਨੇ ਤੱਕ ਘਰ ਦੀ ਜੈਂਦਾ ਤਾਂ ਉਹਦੇ ਗੂਠੇ ਵਾਲਾ ਪਿਓ ਮਾਂ ਬਾਪ ਨਾਲ ਨਹੀਂ ਲਾਉਂਦਾ ਹੁਣ ਤੱਕ ਤੇ ਉਹ ਖਾਨਾ ਬਦੋਸ਼ ਹੀ ਹੈ ਭਾਵੇਂ 100 ਕਿੱਲੇ ਦੇ ਮਾਲਕ ਦਾ ਪੁੱਤਰ ਹੋਵੇ ਹਾਂਜੀ ਇਸ ਕਰਕੇ ਗੁਰੂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਜਿਹੜਾ ਉਹਦੀ ਸ਼ਰਨ ਡਿੱਗਿਆ ਭਾਵੇਂ ਕੋਈ ਪਾਪੀ ਹੈ ਅਪਰਾਧੀ ਭਾਵੇਂ ਅਨਾਥੀ ਭਾਵੇਂ ਕੋਈ ਜੀਵਨ ਤੋਂ ਕੋਈ ਰਹਿਤ ਨਹੀਂ ਜਿਹੜੇ ਜਿਹੜੇ ਵੀ ਉਸ ਦੇ ਕਰਨ ਨਾਲ ਜੁੜੇ ਨੇ ਜਾਂ ਮਹਾਤਮਾ ਸਤਪੁਰਖਾਂ ਦੀ ਸੰਗਤ ਜਿਨ੍ਹਾਂ ਨੇ ਕੀਤੀ ਹੈ हां ਵੈ ਗੁਰੂ ਤਰਸ ਕਰੇ ਕੋਈ ਕਰਮ ਨਾ ਮਾੜਾ ਹੋਵੇ ਐਸਾ ਕੋਈ ਦੁਨੀਆ ਚ ਨਹੀਂ ਜਿਹੜਾ ਨਾਂ ਉਹਨਾਂ ਦੇ ਜਸ ਕੋਈ ਗਾਂਦਾ ਹੋਵੇ ਤੇ ਨਾਂ ਉਹਨਾਂ ਨੇ ਤਾਰਿਆ ਹੋਵੇ ਬੜੀਆਂ ਘਟਨਾਵਾਂ ਵਾਲੇ ਮਿਲਣਗੇ ਜਿਨ੍ਹਾਂ ਨਾਲ ਕੁਝ ਬੜੇ ਬੜੇ ਤੁਹਾਨੂੰ ਦੱਸਿਆ ਨਾ ਵੀ ਆਹ ਸੰਤ ਮਹਾਰਾ ਦੇ ਜੀਵਨ ਦੇ ਵਿੱਚ ਕਿੱਡੇ ਕਿੱਡੇ ਹਜੇ ਵੀ ਰੂਹਾਂ ਕਈ ਜਾਗਦੀਆਂ ਨੇ ਉਹ ਗਾਂ ਗਾਂ ਲੱਭਿਓ ਕਈ ਹੋਰ ਵੀ ਚਾਂਸ ਹਨ ਇਹ ਅਪਰਾਲਾ ਹੀ ਏ ਇਹ ਇੱਕ ਇਹ ਸਭ ਤੋਂ ਵੱਡਾ ਇੱਕ ਸਮਝ ਲੈ ਵੀ ਖਰਾਕ ਏ ਕੀ ਪਤਾ ਕਿਹੜਾ ਯਾਰ ਬੰਦਾ ਕਿਵੇਂ ਬਚ ਜੀਏ ਹੁਣ ਅੱਧੇ ਵੈਦ ਤੇ ਫੇਸਬੁੱਕ ਵਾਲੇ ਨੇ ਕਈ ਜਿਹੜੇ ਵਿਚਾਰੇ ਧੁਰ ਧੁਰ ਦਾ ਤੁੰ ਜਿਨ੍ਹਾਂ ਨੇ ਸਾਰੀ ਉਮਰ ਗਾਲੀ ਉਹਨਾਂ ਕੋਲ ਜਾਂਦਾ ਕੋਈ ਨਹੀਂ ਕਿਉਂਕਿ ਸਾਡੇ ਵਰਗਿਆਂ ਦਾ ਵੀ ਸੁਭਾਅ ਉਹੋ ਜਿਹਾ ਪੈ ਗਿਆ ਲੋਕ ਅੱਜਕੱਲ ਵੇਖਦੇ ਮਸਾਲਾ ਹੀ ਨੇ ਜੀ ਅਪਰਾਲਾ ਤੇ ਬੜਾ ਟਰਾਲਾ ਪਤਾ ਨਹੀਂ ਕਿੱਥੇ ਵੇ ਕਹ ਨਹੀਂ ਇਸ ਕਰਕੇ ਫੇਰ ਉਹੀ ਵਜਾਣੇ ਵੀ ਸੰਗਤ ਕਰੀਏ ਤੇ ਆਪਣੇ ਆਪ ਤੇ ਇਕੱਲੇ ਬਹਿ ਕੇ ਕਰੀਏ ਸੁਣੀਆਂ ਕਰੀਏ ਤੇ ਦੋਵੇਂ ਟਾਈਮ ਗੁਰੂ ਸਾਹਿਬ ਦੇ ਮੱਥੇ ਲੱਗੀਏ ਉਥੇ ਜਾ ਕੇ ਜਦੋਂ ਵੀ ਸੰਗਤ ਜ ਜਾਣਾ ਵਾ ਕਿੰਤੂ ਪ੍ਰਿੰਤੂ ਕਿਤੇ ਵੀ ਜਾਣਾ ਤੁਸੀਂ ਯਾਰ ਕਿਸੇ ਬਾਰੇ ਛੱਡੋ ਆਪਣਾ ਕੁਝ ਅੰਦਰੋਂ ਕੱਢੋ ਐਵੇਂ ਨਾ ਕਿਸੇ ਨੂੰ ਜੜਾਂ ਚ ਵੱਢੋ ਉਹ ਨਹੀਂ ਫਿਰ ਕਿਸੇ ਨੂੰ ਛੱਡਦਾ ਲਾੜਿਆ ਸੁਭਾਅ ਬਦਲ ਉਹ ਤੇ ਝੰਡਾ ਹਮੇਸ਼ਾ ਹੀ ਕੱਢਦਾ ਤੁਹਾਡਾ ਪਹਿਲਾਂ ਵੀ ਸੁਣਿਆ ਤੁਸੀਂ ਗਾंदे ਵੀ ਹੋ ਤੇ ਤੁਸੀਂ ਤੁਹਾਡੇ ਕੁਝ ਮਨ ਚ ਹੋਵੇ ਤਾਂ ਜ਼ਰੂਰ ਅਸੀਂ ਕੀ ਗਾਣਾ ਸੀ ਕਿਹੜਾ ਕੋ ਕਵੀ ਆ ਜਾਂ ਕੁਝ ਆ ਤੇ ਉਹਦੇ ਉੱਤੇ ਧਿਆਨ ਕਰ ਠੀਕ ਹੈ ਬਈ ਗੁਰੂ ਸਾਹਿਬ ਇਹ ਵਾਹ ਸਿਮਰਨ ਹੀ ਹੈ ਵਾਹਿਗੁਰੂ ਵਾਹਿਗੁਰੂ ਦਾ ਤੇ ਨਾਮ ਹੈ ਸੰਗਤ ਨਾਲ ਇਕੱਲੇ ਬੈਠੇ ਰਹੀਏ ਜਿਵੇਂ ਵਾਹੇ Oh ਇਹ ਬਾ ਦੋ ਵਾਰ ਵੀ ਆ ਖੋਤਾ ਵੀ ਹੁੰਨਾ ਘੰਟਾ ਲਾ ਲੋ ਤੇ ਉਹਦੀ ਮਰਜ਼ੀ ਸਿਮਰ ਨਹੀਂ ਹੈ ਇਕੱਲੇ ਬੈ ਕੇ ਜੇ ਸੰਗਤ ਹੋ ਜਾਏ ਤੇ ਬਹੁਤ ਵੱਡੀ ਗੱਲ ਹੈ ਇਕੱਲਿਆਂ ਦਾ ਵੀ ਆਨੰਦ ਹੈ ਅੰਦਰ ਸਾਢੇ 3 ਕਰੋੜ ਕਹਿੰਦੇ ਨੇ ਰੋਮ ਹੈ ਜੇ ਚੱਲਣ ਲੱਗ ਜੇ ਤੇ ਬ੍ਰਹਮੰਡ ਗੂੰਜਦਾ ਤੇ ਜੇ ਜ਼ਿਆਦਾ ਕੋ ਆਪਣੇ ਆਪ ਨੂੰ ਥੋੜਾ ਬਹੁਤਾ ਜਿਵੇਂ ਕਹਿੰਦੇ ਮੈਗਜ਼ੀਨ ਭਰ ਜੇ ਜਾਂ ਡਾਟਾ ਜ਼ਿਆਦਾ ਅਪਲੋਡ ਲੋ ਫਿਰ ਉਹ ਥੋੜਾ ਜਿਹਾ ਬੈਗ ਮਾਰਦਾ ਸਮਝਣਾ ਨਾ ਉਹ ਕਹਿੰਦਾ ਵੀ ਫਿਰ ਮੈਂ ਹੁਣ ਮੇਰੇ ਚ ਜਲਾਲ ਆ ਗਿਆ ਵੀ ਪਤਾ ਨਹੀਂ ਹੁਣ ਬੰਦ ਕੀ ਏ ਉਹ ਕਈਆਂ ਦਾ ਇਹ ਵੀ ਹੁੰਦਾ ਵੀ ਬੜੀ ਲਾਲੀ ਏ ਜੀ ਬੜਾ ਵੀ ਨੂਰ ਏ ਫੇ ਭਗਤਾਂ ਦੇ ਵੇਖੋ ਮੁਖ ਵੀ ਉਜਲੇ ਨੇ ਤੇ ਅੰਦਰ ਵਿਅਕਾਇ ਸੁੱਕਾ ਹੋ ਗਿਆ ਇਹਨੂੰ ਕਬੀਰ ਜੀ ਤਾਂ ਕਹਿੰਦੇ ਨੇ ਵੀ ਜਦੋਂ ਮੈਂ ਵੇਖਣਾ ਮੈਨੂੰ ਤੇ ਭੂਤ ਹੀ ਲੱਗਣਾ ਡਰਾਉਣਾ ਲੱਗਦਾ ਮੈਂ ਭਗਤ ਕਿੱਥੋਂ ਆ ਇਹ ਗੱਲ ਏ ਵੀ ਯਾਰ ਨੰਮੀ થી ਕੋਈ ਉਹਦੀ ਕਤਨੀ ਹੋਣੀ ਕੋਈ ਉਹਦਾ ਸਾਮੀ ਹੋ ਨਹੀਂ ਸਕਦਾ ਆਪਣੀ ਮੰਜ਼ਲ ਕਿੱਥੇ ਹੈ ਕਿ ਕੀ ਹੈ ਮੰਜ਼ਲ ਕੀ ਹੈ ਮੰਜ਼ਲ ਨਹੀਂ ਇਹਦਾ ਕੋਈ ਹਜੇ ਦਾਵਾ ਨਹੀਂ ਤਰਸੀਏ ਜਿੰਨਾ ਤੁਹਾਨੂੰ ਸਮਝ ਨਹੀਂ ਸਮਝ ਮੈਨੂੰ ਲੱਗੀ ਹੋ ਕੁਛ ਨਹੀਂ ਐਵੇਂ ਆਖਾਂ ਮੈਂ ਜੇ ਸਮਝ ਲੱਗੀ ਹੁੰਦੀ ਫਿਰ ਇਸ ਤਰ੍ਹਾਂ ਤੇਰਾ ਮੇਰਾ ਮੇਲ ਹੀ ਨਾ ਹੁੰਦਾ ਕਿ ਨਹੀਂ ਫਿਰ ਤੇ ਉਹ ਉਹੀ ਗੱਲ ਹੈ ਵੀ ਸਮੁੰਦਰ ਚ ਇੱਕ ਗੰਦ ਵਾਲਾ ਵੀ ਜੀ ਸਿਵਰੇਜ ਪਾਣਦੇ ਆ ਇੱਕ ਗੰਗਾ ਦਾ ਵੀ ਪੈਨਦਿਆ ਤੇ ਇੱਕ ਸਤਲੋ ਜਿਹੜਾ ਵੀ ਵਿਆਸ ਜਿਹੜੇ ਪੂਜੇ ਜਾਂਦੇ ਨੇ ਉਹਨਾਂ ਦਾ ਵੀ ਪੈਨਦਿਆ ਤੇ ਮੇਰੇ ਵਰਗਾਨਾ ਅਕਲ ਦਾ ਬਾੜਾ ਫੂਜਵਾਨ ਕਹਿੰਦਾ ਯਾਰ ਸਮੁੰਦਰ ਦਾ ਪਾਣੀ ਨਹੀਂ ਪੀਣਾ ਇਹਨੇ ਸਾਰਾ ਕੁਝ ਕਰਤਾ ਤੇ ਜਿਹੜੇ ਹਜ਼ਾਰਾਂ ਜੀ ਜੰਤ ਉਸ ਚੀਜ਼ ਚ ਰਹਿੰਦੇ ਨੇ ਉਹ ਪ੍ਰਵਾਨ ਕਰੁੰਦੇ ਨੇ ਤੇ ਜਿੰਨੂੰ ਸਮਝ ਆ ਗਈ ਉਹ ਫਿਰ ਉਹ ਗੱਟਰ ਨਹੀਂ ਵੇਖਦਾ ਗੱਲ ਇੰਨੀ ਹੈ ਵੀ ਬਸ ਉਹ ਫਿਰ ਉਹੀ ਹੈ ਨਾ ਫਿਰ ਵਾਰ-ਵਾਰ ਆਉਂਦਾ ਵੀ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰੂ ਸੱਜਣ ਮਿਲੇ ਆ ਕਿਸੇ ਦੀ ਮੰਜ਼ਲ ਦਾ ਕੋਈ ਆਪਾ ਨਹੀਂ ਕਹਿ ਸਕਦੇ ਵੀ ਹਾਂ ਜਿਨ੍ਹਾਂ ਨੇ ਕੁਝ ਕੀਤਾ ਉਹਨਾਂ ਬਾਰੇ ਉਹ ਜ਼ਿਕਰ ਉਹ ਕਰਾਵੇ ਤੇ ਤਾਂ ਠੀਕ ਚੰਗਾ ਵਈ ਗੁਰੂ ਕਿਰਪਾ ਕਰੇ ਮਹਾਰਾਜ ਪੜਾ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ